ਹੈਲੋ ਆਲ ਆਫ ਯੂ, ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਅੱਜ ਦਾ ਆਪਣਾ ਟੋਪਿਕ ਸੰਬੰਧਿਤ ਹੈ ਜੀ ਪੀ ਐੱਸ ਟੈਟ ਦੇ ਨਾਲ। ਪੀ ਐੱਸ ਟੈਟ ਦਾ ਸਬਜੈਕਟ ਹੈਗਾ ਜੀ ਐੱਸ ਐੱਸ ਟੀ, ਐੱਸ ਐੱਸ ਟੀ ਦਾ ਸਬ ਸਬਜੈਕਟ ਹੈਗਾ ਜੀ ਜੀਓਗ੍ਰਾਫੀ। ਉਹਦੇ ਨਾਲ ਸੰਬੰਧਿਤ ਜਿਹੜੇ ਤਾਂ ਆਪਾਂ ਟੋਪਿਕ ਜਿਹੜਾ ਕਰ ਰਹੇ ਹਾਂ ਜੀ। ਸੋ ਅੱਜ ਦਾ ਆਪਣਾ ਜਿਹੜਾ ਟੋਪਿਕ ਹੈਗਾ ਉਹ ਹੈਗਾ ਜੀ ਇੰਡੀਅਨ ਜੀਓਗ੍ਰਾਫੀ, ਭਾਰਤ ਦੇ ਬਾਰੇ ਦੇ ਵਿੱਚ, ਭਾਰਤ ਦੇ ਭੂਗੋਲ ਦੇ ਬਾਰੇ ਦੇ ਵਿੱਚ ਆਪਾਂ ਜਿਹੜਾ ਜਾਣਾਂਗੇ, ਇੰਡੀਅਨ ਜੀਓਗ੍ਰਾਫੀ ਦੇ ਬਾਰੇ ਦੇ ਵਿੱਚ ਜਾਣਾਂਗੇ ਜੀ। ਸੋ ਕੁਝ ਇੰਪੋਰਟੈਂਟ ਜੋ ਗੱਲਾਂ ਨੇ, ਕੁਝ ਇੰਪੋਰਟੈਂਟ ਜੋ ਪੁਆਇੰਟ ਨੇ, ਜੋ ਕਿ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਜਿਹੜੇ ਇੰਪੋਰਟੈਂਟ ਨੇ, ਸੋ ਉਹਨਾਂ ਸਭ ਦੇ ਬਾਰੇ ਦੇ ਵਿੱਚ ਆਪਾਂ ਜਿਹੜੀ ਗੱਲ ਹੈ ਉਹ ਕਰਾਂਗੇ ਜੀ ਇੰਡੀਅਨ ਜੀਓਗ੍ਰਾਫੀ ਦੇ ਵਿੱਚ। ਸੋ ਇਹਦੇ ਵਿੱਚ ਜਿਹੜੀ ਫਸਟ ਆਪਾਂ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਡਾਇਗਰਾਮ ਤੁਹਾਡੇ ਸਾਹਮਣੇ ਸ਼ੋਅ ਹੋ ਰਹੀ ਹੈ। ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਆਪਣੀ ਪਲੇਲਿਸਟ ਬਣੀ ਹੋਈ ਆ ਅਲੱਗ ਤੋਂ, ਜਿਹਦੇ 'ਚ ਸੀਕੁਐਂਸ ਵਾਈਜ਼ ਜਿਹੜੀਆਂ ਵੀਡੀਓਜ਼ ਆ ਉਹ ਅਪਲੋਡ ਕੀਤੀਆਂ ਹੋਈਆਂ ਨੇ। ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਹੁੰਦੀਆਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਆਪਣੇ ਫਰੈਂਡਸ ਦੇ ਨਾਲ ਵਟਸਐਪ ਗਰੁੱਪ ਦੇ ਵਿੱਚ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ, ਅਤੇ ਮੈਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ, ਤਾਂ ਜੋ ਮੈਨੂੰ ਮੋਟੀਵੇਸ਼ਨ ਮਿਲ ਸਕੇ ਅਤੇ ਮੈਂ ਹੋਰ ਵੀ ਵੀਡੀਓਜ਼ ਤੁਹਾਡੇ ਲਈ ਅਪਲੋਡ ਕਰ ਸਕਾਂ। ਸੋ ਇਹ ਤੁਹਾਡੇ ਸਾਹਮਣੇ ਜਿਹੜਾ ਸਕਰੀਨ 'ਤੇ ਸ਼ੋਅ ਹੋ ਰਿਹਾ ਜੀ, ਇੱਕ ਗਲੋਬ ਦੀ ਜਿਹੜੀ ਸ਼ੇਪ ਹੈ ਉਹ ਸ਼ੋਅ ਹੋ ਰਹੀ ਹੈ, ਅਤੇ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਆਪਣਾ ਜਿਹੜਾ ਇੰਡੀਆ ਕਿੱਥੇ ਆ। ਸੋ ਇਹ ਹੈਗਾ ਜੀ ਤੁਹਾਡੇ ਸਾਹਮਣੇ ਜਿਹੜਾ ਇੱਕ ਜਿਹੜਾ ਗਲੋਬ ਜਿਹੜਾ ਸ਼ੋਅ ਹੈ ਉਹ ਹੋ ਰਿਹਾ, ਚਾਰ ਹਿੱਸਿਆਂ ਦੇ ਵਿੱਚ ਆਪਣੀ ਜਿਹੜੀ ਧਰਤੀ ਹੈ ਇਹ ਵੰਡੀ ਹੋਈ ਹੈ, ਠੀਕ ਹੈ। ਗਲੋਬ ਦੇ ਅਕੋਰਡਿੰਗ ਆਪਾਂ ਸਮਝ ਰਹੇ ਹਾਂ, ਧਰਤੀ ਦੀ ਗੱਲ ਕਰ ਰਹੇ ਹਾਂ, ਜੇਕਰ ਧਰਤੀ ਹੈ ਤਾਂ ਚਾਰ ਹਿੱਸਿਆਂ ਦੇ ਵਿੱਚ ਇਹ ਵੰਡੀ ਹੋਈ ਹੈ ਜੀ, ਠੀਕ ਹੈ। ਫਸਟ ਆ ਜਾਂਦਾ ਜੀ, ਇਹ ਤੁਹਾਨੂੰ ਪਤਾ ਹੀ ਜੀ, ਇਹ ਨੌਰਥ ਸਾਈਡ ਹੈ, ਇਹ ਸਾਊਥ ਸਾਈਡ ਹੈ ਜੀ, ਠੀਕ ਹੈ, ਇਹ ਵੈਸਟ ਸਾਈਡ ਹੈ, ਇਹ ਈਸਟ ਸਾਈਡ ਹੈ, ਓਕੇ। ਤਾਂ ਇਹ ਵਾਲਾ ਜਿਹੜਾ ਹਿੱਸਾ ਹੈ ਜੀ ਇਹ ਹੈਗਾ ਜੀ ਨੌਰਥ ਈਸਟ, ਇਹਨੂੰ ਬੋਲਿਆ ਜਾਂਦਾ ਨੌਰਥ ਈਸਟ, ਠੀਕ ਹੈ ਜੀ, ਨੌਰਥ ਈਸਟ ਹਿੱਸਾ ਹੈ ਜੀ ਇਹ। ਇੱਧਰ ਵਾਲਾ ਜਿਹੜਾ ਹਿੱਸਾ ਹੈ ਜੀ ਇਹ ਨੌਰਥ ਵੈਸਟ ਹਿੱਸਾ ਹੈ ਜੀ, ਇੱਧਰ ਵਾਲਾ ਜਿਹੜਾ ਹਿੱਸਾ ਹੈ ਜੀ ਇਹ ਸਾਊਥ ਵੈਸਟ ਹੈ ਜੀ, ਇੱਧਰ ਵਾਲਾ ਜਿਹੜਾ ਹਿੱਸਾ ਹੈ ਜੀ ਇਹ ਜਿਹੜਾ ਸਾਊਥ ਈਸਟ ਹੈ ਜੀ, ਠੀਕ ਹੈ ਜੀ। ਸੋ ਇਹ ਚਾਰ ਹਿੱਸੇ ਨੇ, ਠੀਕ ਹੈ, ਨੌਰਥ ਵੈਸਟ, ਨੌਰਥ ਈਸਟ, ਸਾਊਥ ਵੈਸਟ ਅਤੇ ਸਾਊਥ ਈਸਟ। ਜੇਕਰ ਆਪਣੇ ਇੰਡੀਆ ਦੀ ਗੱਲ ਕਰੀਏ ਤਾਂ ਆਪਣਾ ਇੰਡੀਆ ਕਿੱਥੇ ਹੈ ਜੀ, ਆਪਣਾ ਇੰਡੀਆ ਏਰੀਆ ਜਿਹੜਾ ਤੁਹਾਨੂੰ ਜਿਹੜਾ ਸ਼ੋਅ ਹੋ ਰਿਹਾ, ਆਪਾਂ ਕਲਰ ਚੇਂਜ ਕਰ ਲੈਂਦੇ ਹਾਂ, ਆਪਣਾ ਇੰਡੀਆ ਕਿੱਥੇ ਹੈ ਜੀ, ਇਹ ਰਿਹਾ ਆਪਣਾ ਇੰਡੀਆ, ਠੀਕ ਹੈ, ਜਿਹਨਾਂ ਗ੍ਰੀਨ ਮਾਰਕ ਹੋਇਆ ਵਾ ਇਹ ਰਿਹਾ ਆਪਣਾ ਇੰਡੀਆ। ਸੋ ਇਹ ਇੰਡੀਆ ਆਪਣਾ ਜੀ ਇਹ ਕਿੱਥੋਂ, ਇੱਕ ਤੁਹਾਨੂੰ ਇੱਥੇ ਜਿਹੜੀ ਹੋਰ ਜਿਹੜਾ ਪਤਾ ਹੋਣਾ ਚਾਹੀਦਾ ਜੀ, ਇਹ ਵਾਲੀ ਜਿਹੜੀ ਆਪਣੀ ਹੈਗੀ ਹੈ ਜੀ ਇਹ ਕੀ ਹੈ ਜੀ, ਇਹ ਆਪਣਾ ਇਕੁਏਟਰ ਹੈ, ਭੂ ਮੱਧ ਰੇਖਾ ਜਿਹੜੀ ਇਹਦੇ ਉੱਪਰੋਂ ਲੰਘਦੀ ਹੈ ਜੀ, ਇਹ ਕਰਕ ਰੇਖਾ ਹੈ, ਤਾਂ ਇਹ ਕਰਕ ਰੇਖਾ ਕਿੱਥੋਂ ਜਿਹੜੀ ਕ੍ਰੋਸ ਕਰ ਰਹੀ ਹੈ, ਆਪਣੇ ਭਾਰਤ ਦੇ ਵਿੱਚੋਂ ਕ੍ਰੋਸ ਕਰ ਰਹੀ ਹੈ, ਠੀਕ ਹੈ। ਇੰਡੀਆ ਆਪਣਾ ਇੱਥੇ ਆ ਅਤੇ ਕਰਕ ਰੇਖਾ ਕ੍ਰੋਸ ਕਰ ਰਹੀ ਹੈ, ਅਤੇ ਇੱਥੇ ਜਿਹੜੀ ਇਟਲੀ ਹੈ ਜੀ ਇਹ ਮਕਰ ਰੇਖਾ ਵਾ, ਠੀਕ ਹੈ। ਇੰਡੀਆ ਆਪਣਾ ਕਿੱਥੇ ਆ ਜੀ, ਜੇਕਰ ਆਪਾਂ ਪੁੱਛਦੇ ਆ ਜੀ ਇੰਡੀਆ ਦੇ ਵਿੱਚੋਂ ਕਿਹੜੀ ਰੇਖਾ ਕ੍ਰੋਸ ਕਰਦੀ ਹੈ, ਤਾਂ ਕਰਕ ਰੇਖਾ ਜਿਹੜੀ ਕ੍ਰੋਸ ਹੈ ਉਹ ਕਰਦੀ ਹੈ ਜੀ। ਸੋ ਨੈਕਸਟ ਆ ਜਾਓ ਜੀ, ਗੋਲੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਟੋਟਲ ਜਿਹੜਾ ਗੋਲ ਹੈ ਜੀ ਇਹ 360 ਡਿਗਰੀ ਦਾ, ਜੇਕਰ ਟੋਟਲ ਜਿਹੜੇ ਗੋਲ ਗੋਲੇ ਦੀ ਆਪਾਂ ਗੱਲ ਕਰੀਏ, ਇਹ ਜਿਹੜਾ ਗੋਲ ਹੈ ਜੀ ਇਹ ਹੈਗਾ ਜੀ 360 ਡਿਗਰੀ ਦਾ ਹੈ, ਠੀਕ ਹੈ।
ਤੇ ਜੇਕਰ ਆਪਾਂ ਇਕੁਆਟਰ ਦੀ ਗੱਲ ਕਰੀਏ ਕਿੰਨੇ ਤੇ ਆ, ਕਿੰਨੇ ਜਿਹੜਾ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈ, ਤੇ ਜਦੋਂ ਭੂਮੱਧ ਰੇਖਾ ਵਿਚਕਾਰ ਦੀ ਲੰਘ ਜਾਂਦੀ ਹੈ ਤਾਂ ਇਹ 180 ਡਿਗਰੀ ਤੇ ਜਿਹੜੀ ਉਹ ਜਾਂਦਾ ਹੈ। ਠੀਕ ਹੈ ਜੀ, 180 ਡਿਗਰੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ, ਨੌਰਥ ਅਤੇ ਸਾਊਥ, ਅਤੇ 180 ਦੇ ਵਿੱਚ ਜਿਹੜਾ ਵੰਡ ਦਿੰਦਾ ਹੈ। ਸੋ ਗੋਲਾ ਸਾਡਾ ਜਿਹੜਾ ਟੋਟਲ ਜਿਹੜਾ 4 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ, ਉਹ ਆਪਾਂ ਗੱਲ ਕਰ ਲਈਏ। ਠੀਕ ਹੈ ਜੀ, ਕਿ ਕਿਹੜੇ ਜਿਹੜੇ 4 ਹਿੱਸੇ ਨੇ। ਠੀਕ ਹੈ ਜੀ, ਨੌਰਥ ਵੈਸਟ ਹੈ, ਨੌਰਥ ਈਸਟ ਹੈ, ਸਾਊਥ ਵੈਸਟ ਹੈ ਅਤੇ ਸਾਊਥ ਈਸਟ ਹੈ। ਭਾਰਤ ਕਿੱਥੇ ਹੈ ਜੀ, ਭਾਰਤ ਕਿੱਥੇ ਹੈ ਜੀ, ਹੁਣ ਨੌਰਥ ਈਸਟ ਦੇ ਵਿੱਚ ਹੈ। ਸੋ ਭਾਰਤ ਕਿੱਥੇ ਰਿਹਾ ਜੀ, ਤੁਹਾਡੀ ਸਕਰੀਨ 'ਤੇ ਸ਼ੋ ਹੋ ਰਿਹਾ, ਭਾਰਤ ਕਿੱਥੇ ਹੈ ਜੀ, ਇਹ ਰਿਹਾ ਭਾਰਤ, ਅਤੇ ਕਿੱਥੇ ਹੈ ਜੀ ਇਹ, ਨੌਰਥ ਈਸਟ ਦੇ ਵਿੱਚ। ਸੋ ਭਾਰਤ ਕਿੱਥੇ ਹੈ ਜੀ, ਭਾਰਤ ਹੈਗਾ ਜੀ ਨੌਰਥ ਈਸਟ ਦੇ ਵਿੱਚ। ਸੋ ਇੰਡੀਅਨ ਜਿਹੜਾ ਨੌਰਥਨ ਹੈਮੀਸਫੇਅਰ ਦੇ ਵਿੱਚ ਹੈ। ਇੱਕ ਤਾਂ 4 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ, ਇੱਕ 2 ਹਿੱਸਿਆਂ ਦੇ ਵਿੱਚ ਵੀ ਜਿਹੜਾ ਵੰਡਿਆ ਜਾਂਦਾ, ਜਿਹੜਾ ਸਿਰਫ ਇਸ, ਜੇਕਰ ਆਪਾਂ ਰੇਖਾ ਦੀ ਗੱਲ ਕਰੀਏ, ਇਸ ਰੇਖਾ ਦੀ ਗੱਲ ਕਰੀਏ ਤਾਂ ਇਹ ਨੌਰਥ ਹੈਮੀਸਫੇਅਰ ਹੈ, ਨੌਰਥ ਹੈਮੀਸਫੇਅਰ। ਇਹ ਵਾਲਾ ਜੀ ਜਿਹੜਾ ਇਹ ਸਾਰਾ ਜਿਹੜਾ ਇਹ ਹੈਗਾ ਜੀ ਸਾਊਥ ਹੈਮੀਸਫੇਅਰ, ਉੱਪਰ ਵਾਲਾ ਨੌਰਥ ਹੈਮੀਸਫੇਅਰ ਆ ਜੂ ਸਾਰਾ, ਹੇਠਾਂ ਵਾਲਾ ਆ ਗਿਆ ਜੀ ਸਾਊਥ ਹੈਮੀਸਫੇਅਰ। ਠੀਕ ਹੈ, ਅਤੇ ਇੰਡੀਆ ਦੀ ਜੇਕਰ ਗੱਲ ਕਰੀਏ ਤਾਂ ਇੰਡੀਆ ਜਿਹੜਾ ਇਹ ਨੌਰਥਨ ਹੈਮੀਸਫੇਅਰ ਦੇ ਵਿੱਚ ਹੈ। ਭਾਰਤ ਦੇ ਸੈਂਟਰ ਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਤਾਂ ਕਰਕ ਰੇਖਾ ਰੇਖਾ ਲੰਘਦੀ ਹੈ, ਭਾਰਤ ਦੇ ਸੈਂਟਰ ਵਿੱਚੋਂ ਕਰਕ ਰੇਖਾ ਲੰਘਦੀ ਹੈ। ਭਾਰਤ ਪ੍ਰਾਇਦੀਪ ਪੈਨੀਸੂਲਾ ਹੈ, ਭਾਰਤ ਕੀ ਹੈ, ਭਾਰਤ ਪ੍ਰਾਇਦੀਪ ਜਿਹੜਾ ਪੈਨੀਸੂਲਾ ਹੈ, ਕਿਉਂਕਿ ਇਹ 3 ਪਾਸਿਆਂ ਤੋਂ ਜਿਹੜਾ ਪਾਣੀ ਦੇ ਨਾਲ ਘਿਰਿਆ ਹੋਇਆ ਹੈ। ਸੋ ਭਾਰਤ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਜਿਹੜਾ ਪ੍ਰਾਇਦੀਪ ਜਿਹੜਾ ਜਿਹੜਾ ਪੈਨੀਸੂਲਾ ਹੈ, ਕਿਉਂਕਿ ਇਹ 3 ਪਾਸਿਆਂ ਤੋਂ ਜਿਹੜਾ ਪਾਣੀ ਦੇ ਨਾਲ ਘਿਰਿਆ ਹੋਇਆ। ਇੱਕ ਪਾਸੇ ਤਾਂ ਬੇ ਆਫ ਬੰਗਾਲ ਹੈ, ਇੱਕ ਪਾਸੇ ਅਰਬਨ ਸੀ ਹੈ, ਇੱਕ ਇੰਡੀਅਨ ਓਸ਼ਨ ਹੈ। ਠੀਕ ਹੈ, ਭਾਰਤ ਕੀ ਹੈ ਜੀ, ਪ੍ਰਾਇਦੀਪ ਜਿਹੜਾ ਪੈਨੀਸੂਲਾ ਹੈ ਜੀ, ਇਹ 3 ਪਾਸਿਆਂ ਤੋਂ ਜਿਹੜਾ ਪਾਣੀ ਦੇ ਨਾਲ ਘਿਰਿਆ ਹੋਇਆ ਹੈ। ਇੱਕ ਪਾਸੇ ਬੇ ਆਫ ਬੰਗਾਲ ਹੈ, ਇੱਕ ਪਾਸੇ ਬੇ ਆਫ ਬੰਗਾਲ, ਇੱਕ ਪਾਸੇ ਅਰਬਨ ਸੀ ਹੈ, ਇੱਕ ਪਾਸੇ ਜਿਹੜਾ ਇੰਡੀਅਨ ਓਸ਼ਨ ਹੈ ਜੀ, 3 ਪਾਸਿਓਂ ਜਿਹੜਾ ਪਾਣੀ ਦੇ ਨਾਲ ਘਿਰਿਆ ਹੋਇਆ ਹੈ। ਦੀਪ ਆਇਰਲੈਂਡ ਉਸਨੂੰ ਕਿਹਾ ਜਾਂਦਾ ਜੋ ਚਾਰੇ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਵੇ, ਵਿੱਚ ਹਿੱਸਾ ਜ਼ਮੀਨੀ ਹੋਵੇ। ਇੱਕ ਤਾਂ ਹੋ ਜਾਂਦਾ ਪੈਨੀਸੂਲਾ, ਪੈਨੀਸੂਲਾ ਕੀ ਹੈ, 3 ਪਾਸਿਆਂ ਤੋਂ ਜਿਹੜਾ ਪਾਣੀ ਦੇ ਨਾਲ ਘਿਰਿਆ ਹੁੰਦਾ। ਠੀਕ ਹੈ, ਇੱਕ ਆ ਜਾਂਦਾ ਆਇਰਲੈਂਡ, ਆਇਰਲੈਂਡ ਕੀ ਹੈ, ਦੀਪ ਕੀ ਹੁੰਦਾ, ਜਿਹੜਾ ਚਾਰੋਂ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੁੰਦਾ ਅਤੇ ਵਿਚਕਾਰ ਜਿਹੜਾ ਜ਼ਮੀਨੀ ਹਿੱਸਾ ਹੁੰਦਾ। ਪ੍ਰਾਇਦੀਪ 3 ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੁੰਦਾ ਅਤੇ ਆਇਰਲੈਂਡ ਦੀਪ 4 ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੁੰਦਾ ਹੈ। ਨੈਕਸਟ ਆਪਾਂ ਗੱਲ ਕਰੀਏ ਭਾਰਤ ਦੇ ਨਾਮ ਦੀ, ਗੱਲ ਕਰੀਏ ਭਾਰਤ ਦੇ ਕਿਹੜੇ ਕਿਹੜੇ ਨਾਮ ਨੇ। ਸੋ ਉਹਨਾਂ ਦੀ ਗੱਲ ਕਰੀਏ, ਭਾਰਤ ਦੇ ਨਾਮ ਦੀ ਗੱਲ ਕਰੀਏ। ਠੀਕ ਹੈ ਜੀ, ਸੋ ਭਾਰਤ ਦੇ ਨਾਮ ਦੀ ਗੱਲ ਕਰੀਏ ਤਾਂ ਇੰਡੀਆ, ਇੰਡੀਆ ਜਿਹੜਾ ਨਾਮ ਦਿੱਤਾ ਗਿਆ ਸੀਗਾ ਜੀ, ਇੰਡੀਆ ਨਾਮ ਦਿੱਤਾ ਗਿਆ ਜਿਹੜਾ, ਠੀਕ ਹੈ, ਇਹ ਜਿਹੜਾ ਸੀ ਗਰੀਕ ਲੋਕਾਂ ਨੇ ਦਿੱਤਾ, ਗਰੀਕ ਜਿਹੜਾ ਯੂਨਾਨੀ ਲੋਕਾਂ ਨੇ ਇਹ ਨਾਮ ਰੱਖਿਆ ਜੀ ਇੰਡੀਆ। ਭਾਰਤ ਦੇ ਨਾਮ ਦੀ ਗੱਲ ਕਰੀਏ ਤਾਂ ਇੰਡੀਆ ਜਿਹੜਾ ਨਾਮ ਹੈ ਜੀ, ਇਹ ਗਰੀਕ ਜਿਹੜਾ ਯੂਨਾਨੀ ਲੋਕਾਂ ਨੇ ਇਹ ਵਾਲਾ ਜਿਹੜਾ ਨਾਮ ਰੱਖਿਆ ਇੰਡੀਆ, ਗਰੀਕ ਯੂਨਾਨੀ ਲੋਕਾਂ ਨੇ ਨਾਮ ਰੱਖਿਆ। ਹਿੰਦੁਸਤਾਨ ਦੀ ਗੱਲ ਕਰੀਏ ਤਾਂ ਹਿੰਦੁਸਤਾਨ ਨਾਮ ਜਿਹੜਾ ਜੀ, ਇਹ ਪਰਸ਼ੀਅਨ ਲੋਕਾਂ ਨੇ ਦਿੱਤਾ। ਹਿੰਦੁਸਤਾਨ ਨਾਂ ਕਿਹਨੇ ਦਿੱਤਾ ਜੀ, ਹਿੰਦੁਸਤਾਨ ਨਾਂ ਜਿਹੜਾ ਪਰਸ਼ੀਅਨ ਲੋਕਾਂ ਨੇ ਦਿੱਤਾ ਸੀਗਾ। ਆਰਿਆਵਰਤ ਦੀ ਗੱਲ ਕਰੀਏ ਤਾਂ ਆਰਿਆਵਰਤ ਜਿਹੜਾ ਨਾਮ ਹੈ ਜੀ, ਇਹ ਆਰੀਅਨ ਲੋਕਾਂ ਨੇ ਦਿੱਤਾ ਸੀ। ਸੋ ਭਾਰਤ ਨਾਮ ਸੀ ਜਿਹੜਾ, ਇਹ ਰਾਜਾ ਭਰਤ ਨੇ ਦਿੱਤਾ ਸੀ, ਭਾਰਤ ਨਾਮ ਜਿਹੜਾ ਦਿੱਤਾ ਸੀ ਇਹ ਰਾਜਾ ਭਰਤ ਨੇ ਦਿੱਤਾ ਸੀ। ਠੀਕ ਹੈ ਜੀ, ਇੱਕ ਇਹਦਾ ਹੋਰ ਨਾਮ ਹੈ ਜੀ ਜੈਂਬੋਦੀਪ, ਜੈਂਬੋਦੀਪ ਵੀ ਭਾਰਤ ਲਈ ਨਾਮ ਵਰਤ ਲਿਆ ਜਾਂਦਾ ਹੈ। ਇਹ ਜਿਹੜਾ ਨਾਮ ਹੈ ਜੀ ਜੈਂਬੋਦੀਪ, ਇਹ ਜਿਹੜੇ ਪੁਰਾਣੇ ਪੁਰਾਣ ਨੇ, ਪੁਰਾਣਾਂ ਦੇ ਵਿੱਚ ਇਹ ਵਾਲਾ ਜਿਹੜਾ ਨਾਮ ਹੈ ਇਹ ਮਿਲਦਾ ਹੈ। ਭਾਰਤ ਦੇ ਅਲੱਗ ਅਲੱਗ ਨਾਮ ਨੇ,
ਫਸਟ ਜਿਹੜਾ ਇੰਡੀਆ ਨਾਮ ਹੈ ਜੀ, ਇਹ ਗ੍ਰੀਕ ਲੋਕਾਂ ਨੇ ਦਿੱਤਾ ਜੀ, ਯੂਨਾਨੀ ਲੋਕਾਂ ਨੇ ਦਿੱਤਾ। ਹਿੰਦੁਸਤਾਨ ਨਾਮ ਹੈ ਜੀ ਜਿਹੜਾ, ਇਹ ਪਰਸ਼ੀਅਨ ਲੋਕਾਂ ਨੇ ਦਿੱਤਾ ਹਿੰਦੁਸਤਾਨ ਨਾਮ। ਆਰਿਆਵਰਤ ਨਾਮ ਜਿਹੜਾ, ਆਰੀਅਨ ਲੋਕਾਂ ਨੇ ਦਿੱਤਾ ਹੈ। ਅਤੇ ਭਾਰਤ ਜਿਹੜਾ ਨਾਮ ਹੈ ਜੀ, ਇਹ ਰਾਜਾ ਭਰਤ ਨੇ ਦਿੱਤਾ ਹੈ। ਅਤੇ ਜੰਬੋ ਦੀਪ ਨਾਮ ਜਿਹੜਾ ਭਾਰਤ ਨੂੰ, ਇਹ ਜਿਹੜਾ ਪੁਰਾਣ ਦੇ ਵਿੱਚ ਜਿਹੜਾ ਇਹ ਨਾਮ ਹੈ ਇਹ ਮਿਲਦਾ ਹੈ ਜੀ। ਸੋ ਭਾਰਤ ਕੀ ਹੈ ਜੀ? ਭਾਰਤ ਹੈਗਾ ਜੀ ਇੱਕ ਪ੍ਰਾਇਦੀਪ ਹੈ ਜੀ, ਪੈਨੀਸੂਲਾ ਹੈ, ਕਿਉਂਕਿ ਇਹ ਤਿੰਨ ਪਾਸਿਆਂ ਤੋਂ ਜਿਹੜਾ ਪਾਣੀ ਦੇ ਨਾਲ ਜਿਹੜਾ ਘਿਰਿਆ ਹੋਇਆ। ਸੋ ਤਿੰਨ ਪਾਸਿਆਂ ਤੋਂ ਕੀ ਹੈ? ਪਾਣੀ ਦੇ ਨਾਲ ਘਿਰਿਆ ਹੋਇਆ ਹੈ। ਲੋਕੇਸ਼ਨ ਦਾ ਜੇਕਰ ਆਪਾਂ ਗੱਲ ਕਰੀਏ, ਲੋਕੇਸ਼ਨ ਦਾ ਪਤਾ ਜੇਕਰ ਲਗਾਉਣਾ ਹੈ ਤਾਂ ਉਹ ਆਪਾਂ ਲੈਟੀਟਿਊਡ ਅਤੇ ਲੌਂਗੀਟਿਊਡ ਦੇ ਨਾਲ ਜਿਹੜਾ ਆਪਾਂ ਲਗਾਉਂਦੇ ਹਾਂ। ਠੀਕ ਹੈ ਜੀ। ਲੌਂਗੀਟਿਊਡ ਲੈਟੀਟਿਊਡ ਲੇਟਵੀਆਂ ਅਤੇ ਲੌਂਗੀਟਿਊਡ ਜਿਹੜੀਆਂ ਲੰਬਕਾਰ ਹੁੰਦੀਆਂ ਨੇ। ਸੋ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਲੈਟੀਟਿਊਡ ਕਿੰਨਾ ਜੀ, ਲੈਟੀਟਿਊਡ ਗੱਲ ਕਰੀਏ ਤਾਂ ਭਾਰਤ ਦਾ ਲੈਟੀਟਿਊਡ ਜਿਹੜਾ ਕਿੰਨੇ ਲੈਟੀਟਿਊਡ 'ਤੇ ਆ? ਇਹ 8 ਡਿਗਰੀ 4 ਇੰਚ ਨੌਰਥ ਟੂ 37 ਡਿਗਰੀ 6 ਨੌਰਥ ਹੈ ਜੀ। ਠੀਕ ਹੈ। ਲੌਂਗੀਟਿਊਡ ਦੀ ਗੱਲ ਕਰੀਏ ਤਾਂ 68 ਡਿਗਰੀ 7 ਇੰਚ ਜਿਹੜਾ ਈਸਟ ਹੈ ਟੂ 97 ਡਿਗਰੀ 25 ਇੰਚ ਈਸਟ ਹੈ ਜੀ। ਠੀਕ ਹੈ ਜੀ। ਇਹ ਲੌਂਗੀਟਿਊਡ 'ਤੇ ਜਿਹੜਾ, ਲੈਟੀਟਿਊਡ 'ਤੇ ਜਿਹੜਾ ਲੌਂਗੀਟਿਊਡ ਹੈ ਜੀ। ਠੀਕ ਹੈ। ਇਹ ਇੰਪੋਰਟੈਂਟ ਹੈ, ਇਹਨਾਂ ਦੇ ਵਿੱਚੋਂ ਜਿਹੜੇ ਕੁਸ਼ਚਨ ਆ ਪੁੱਛ ਲਏ ਜਾਂਦੇ ਆ, ਲੈਟੀਟਿਊਡ ਕਿੰਨਾ ਅਤੇ ਲੌਂਗੀਟਿਊਡ ਕਿੰਨਾ। ਸੋ ਲੈਟੀਟਿਊਡ ਹੈ ਜਿਹੜਾ ਉਹ 8 ਡਿਗਰੀ 4 ਇੰਚ ਨੌਰਥ ਹੈ ਟੂ 37 ਡਿਗਰੀ 6 ਨੌਰਥ ਹੈ ਜੀ। ਲੌਂਗੀਟਿਊਡ ਦੀ ਗੱਲ ਕਰੀਏ ਤਾਂ 68 ਡਿਗਰੀ 7 ਈਸਟ ਹੈ ਟੂ 97 ਡਿਗਰੀ 25 ਇੰਚ ਈਸਟ ਹੈ ਜੀ। ਕਿਉਂਕਿ ਭਾਰਤ ਹੈ ਜਿਹੜਾ ਇਹ ਨੌਰਥ ਈਸਟ ਦੇ ਵਿੱਚ ਹੈ, ਇਸ ਕਰਕੇ ਇਸ ਨਾਲ ਜਿਹੜਾ ਨੌਰਥ ਈਸਟ ਹੀ ਰੱਖਣਾ ਵਾ। ਭਾਰਤ ਕਿੱਥੇ ਹੈ ਜੀ? ਨੌਰਥ ਈਸਟ ਦੇ ਵਿੱਚ ਹੈ, ਇਸ ਕਰਕੇ ਇਹਨਾਂ ਦੇ ਨਾਮ ਦੇ ਨਾਲ ਜਿਹੜਾ ਆਪਾਂ ਨੌਰਥ ਈਸਟ ਹੀ ਰੱਖਣਾ ਜੀ। ਨੈਕਸਟ ਹੈ ਜੀ ਟਾਈਮ ਦੀ ਗੱਲ ਕਰੀਏ, ਇੰਡੀਅਨ ਸਟੈਂਡਰਡ ਟਾਈਮ ਦੀ ਗੱਲ ਕਰੀਏ, IST ਦੀ ਗੱਲ ਕਰੀਏ, ਟਾਈਮ IST ਦੀ ਗੱਲ ਕਰੀਏ ਤਾਂ 82.5 ਹੈ ਜੀ। ਠੀਕ ਹੈ। ਇੰਡੀਅਨ ਸਟੈਂਡਰਡ ਟਾਈਮ ਦੀ ਗੱਲ ਕਰੀਏ ਤਾਂ ਕਿੰਨੇ ਡਿਗਰੀ 'ਤੇ ਹੈ ਜੀ ਭਾਰਤ? 82.5 'ਤੇ ਹੈਗੇ ਜੀ। ਹੈ ਜੀ ਇਹ ਵਾਲੀ ਜਿਹੜੀ ਲਾਈਨ ਲੰਘਦੀ ਹੈ ਜੀ, ਇਹ ਮੀਰਜ਼ਾਪੁਰ ਤੋਂ ਜਿਹੜੀ ਲੰਘਦੀ ਹੈ ਜੀ, ਮੀਰਜ਼ਾਪੁਰ। ਇੰਡੀਅਨ ਸਟੈਂਡਰਡ ਟਾਈਮ ਦੀ ਗੱਲ ਕਰੀਏ ਤਾਂ ਇਹ ਵਾਲੀ ਜਿਹੜਾ ਟਾਈਮ ਹੈ ਲੰਘਦਾ ਜੀ, ਇਹ ਮੀਰਜ਼ਾਪੁਰ ਤੋਂ ਜਿਹੜਾ ਲੰਘਦਾ ਜੀ, 82.5 ਹੈਗਾ ਜੀ। ਭਾਰਤ ਦੇ ਵਿੱਚ ਜਿਹੜੀ ਕਰਕ ਰੇਖਾ ਉਹ ਲੰਘਦੀ ਹੈ। ਠੀਕ ਹੈ। ਭਾਰਤ ਦੇ ਵਿੱਚੋਂ ਪਤਾ ਜੀ ਤੁਹਾਨੂੰ ਕਰਕ ਰੇਖਾ ਲੰਘਦੀ ਹੈ, ਇਹ 8 ਰਾਜਾਂ ਦੇ ਵਿੱਚੋਂ ਦੀ ਲੰਘਦੀ ਹੈ। ਕਿਹੜੇ ਕਿਹੜੇ 8 ਰਾਜ ਹੈ ਜਿਨ੍ਹਾਂ ਤੋਂ ਇਹ ਲੰਘਦੀ ਹੈ? ਗੁਜਰਾਤ ਦੇ ਵਿੱਚੋਂ ਲੰਘਦੀ ਹੈ, ਰਾਜਸਥਾਨ ਦੇ ਵਿੱਚੋਂ ਲੰਘਦੀ ਹੈ, MP ਦੇ ਵਿੱਚ ਲੰਘਦੀ ਹੈ, ਛੱਤੀਸਗੜ੍ਹ ਦੇ ਵਿੱਚ ਲੰਘਦੀ ਹੈ, ਝਾਰਖੰਡ ਦੇ ਵਿੱਚ ਲੰਘਦੀ ਹੈ, ਵੈਸਟ ਬੰਗਾਲ ਦੇ ਵਿੱਚ ਲੰਘਦੀ ਹੈ, ਤ੍ਰਿਪੁਰਾ ਦੇ ਵਿੱਚ ਲੰਘਦੀ ਹੈ, ਮਿਜ਼ੋਰਮ ਦੇ ਵਿੱਚੋਂ ਲੰਘਦੀ ਹੈ। ਸੋ ਭਾਰਤ ਦੇ ਵਿੱਚ ਜਿਹੜੀ ਕਰਕ ਰੇਖਾ ਹੈ ਉਹ ਲੰਘਦੀ ਹੈ, ਅਤੇ ਇਹ 8 ਰਾਜਾਂ ਦੇ ਵਿੱਚ ਜਿਹੜੀ ਇਹ ਵਾਲੀ ਜਿਹੜੀ ਕਰਕ ਰੇਖਾ ਹੈ ਇਹ ਲੰਘਦੀ ਹੈ। 8 ਰਾਜ ਕਿਹੜੇ ਕਿਹੜੇ ਨੇ? ਗੁਜਰਾਤ ਦੇ ਵਿੱਚੋਂ ਲੰਘਦੀ ਹੈ, ਰਾਜਸਥਾਨ ਦੇ ਵਿੱਚੋਂ ਲੰਘਦੀ ਹੈ, MP ਦੇ ਵਿੱਚੋਂ ਲੰਘਦੀ ਹੈ, ਛੱਤੀਸਗੜ੍ਹ ਦੇ ਵਿੱਚ ਲੰਘਦੀ ਹੈ, ਝਾਰਖੰਡ ਦੇ ਵਿੱਚ ਲੰਘਦੀ ਹੈ, ਵੈਸਟ ਬੰਗਾਲ ਦੇ ਵਿੱਚ ਲੰਘਦੀ ਹੈ, ਤ੍ਰਿਪੁਰਾ ਦੇ ਵਿੱਚ ਲੰਘਦੀ ਹੈ, ਅਤੇ ਮਿਜ਼ੋਰਮ ਦੇ ਵਿੱਚ ਲੰਘਦੀ ਹੈ। ਭਾਰਤ ਵਿੱਚ ਜਿਹੜੀ ਕਰਕ ਰੇਖਾ ਜੀ ਇਹ ਲੰਘਦੀ ਹੈ ਜੀ, ਇਹ 8 ਰਾਜਾਂ ਦੇ ਵਿੱਚੋਂ ਜਿਹੜੀ ਲੰਘਦੀ ਹੈ ਭਾਰਤ ਦੇ ਵਿੱਚੋਂ ਕਰਕ ਰੇਖਾ, ਭਾਰਤ ਵਿੱਚ ਜਿਹੜੀ ਕਰਕ ਰੇਖਾ ਉਹ ਲੰਘਦੀ ਹੈ ਜੀ, ਇਹ 8 ਰਾਜਾਂ ਦੇ ਵਿੱਚੋਂ ਲੰਘਦੀ ਹੈ, ਗੁਜਰਾਤ ਦੇ ਵਿੱਚੋਂ ਲੰਘਦੀ ਹੈ, ਰਾਜਸਥਾਨ ਦੇ ਵਿੱਚੋਂ ਲੰਘਦੀ ਹੈ, MP 'ਚੋਂ ਲੰਘਦੀ ਹੈ, ਛੱਤੀਸਗੜ੍ਹ 'ਚੋਂ ਲੰਘਦੀ ਹੈ, ਝਾਰਖੰਡ 'ਚੋਂ ਲੰਘਦੀ ਹੈ, ਵੈਸਟ ਬੰਗਾਲ 'ਚੋਂ ਲੰਘਦੀ ਹੈ, ਤ੍ਰਿਪੁਰਾ 'ਚੋਂ ਲੰਘਦੀ ਹੈ, ਮਿਜ਼ੋਰਮ ਦੇ ਵਿੱਚ ਲੰਘਦੀ ਹੈ। ਸੋ ਇਹ 8 ਜਿਹੜੀ ਹੈ ਰਾਜਾਂ ਦੇ ਵਿੱਚੋਂ ਜਿਹੜੀ ਭਾਰਤ ਦੇ ਵਿੱਚੋਂ ਜਿਹੜੀ ਕਰਕ ਰੇਖਾ ਜੀ ਉਹ ਲੰਘਦੀ ਹੈ ਜੀ। ਗੁਜਰਾਤ, ਰਾਜਸਥਾਨ, MP, ਮੱਧਿਆ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਵੈਸਟ ਬੰਗਾਲ, ਤ੍ਰਿਪੁਰਾ ਅਤੇ ਮਿਜ਼ੋਰਮ।
ਸੋ ਨੈਕਸਟ ਆ ਜਾਓ ਜੀ, ਨੈਕਸਟ ਇੱਕ ਜਿਹੜੀ ਡਾਇਗਰਾਮ ਹੈ ਤੁਹਾਨੂੰ ਸਕਰੀਨ ਤੇ ਜਿਹੜੀ ਸ਼ੋਅ ਹੈ ਉਹ ਹੋ ਰਹੀ ਹੈ, ਇਹਦੇ ਵਿੱਚ ਹੈ ਕਿ ਇੰਡੀਆ ਹੈ ਜਿਹੜਾ ਆਪਣੇ ਉਹਦੇ ਜਿਹੜੇ ਲਾਸਟ ਲਾਸਟ ਵਾਲੇ ਜਿਹੜੇ ਪੁਆਇੰਟ ਹੈ ਉਹ ਕਿਹੜੇ ਨੇ। ਠੀਕ ਹੈ, ਜੇਕਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੀ ਜਿਹੜੀ ਆਹ ਵਾਲੀ ਜਿਹੜੀ ਇੱਕ ਸ਼ੇਪ ਹੈ, ਹੈ ਨਾ, ਆਹ ਵਾਲੀ ਜਿਹੜੀ ਇੱਕ ਸ਼ੇਪ ਹੈ, ਠੀਕ ਹੈ, ਇਹ ਜਿਹੜੀ ਇੱਥੇ ਕਿਹੜਾ ਐਂਡ ਪੁਆਇੰਟ ਹੈ ਇੰਡੀਆ ਦਾ, ਸਾਊਥ ਵਾਲੀ ਸਾਈਡ 'ਤੇ, ਨੌਰਥ ਵਾਲੀ ਸਾਈਡ 'ਤੇ ਕਿਹੜਾ ਐਂਡ ਪੁਆਇੰਟ ਹੈ, ਈਸਟ ਵਾਲੀ ਸਾਈਡ 'ਤੇ ਕਿਹੜਾ ਐਂਡ ਪੁਆਇੰਟ ਹੈ ਅਤੇ ਵੈਸਟ ਵਾਲੀ ਸਾਈਡ 'ਤੇ ਕਿਹੜਾ ਐਂਡ ਪੁਆਇੰਟ ਹੈ, ਉਹਦੇ ਬਾਰੇ ਦੇ ਵਿੱਚ ਆਪਾਂ ਜਿਹੜੀ ਗੱਲ ਹੈ ਉਹ ਕਰਨੀ ਹੈ। ਤਾਂ ਇੱਕ ਜਿਹੜੀ ਛੋਟਾ ਜਿਹਾ ਜਿਹੜਾ ਤੁਹਾਡੇ ਸਾਹਮਣੇ ਇੱਕ ਜਿਹੜਾ ਬਣਾਇਆ ਹੈ ਇੰਡੀਆ ਦਾ ਮੈਪ ਦਾ ਹੀ ਲਗਾ ਲਓ, ਉਹਨੂੰ ਜਿਹੜੇ ਚਾਰ ਇਹਦੀਆਂ ਨੁੱਕਰਾਂ ਦੇ ਦਿੱਤੀਆਂ। ਤਾਂ ਆਪਾਂ ਜੇਕਰ ਨੌਰਥ ਵਾਲੀ ਸਾਈਡ ਦੀ ਗੱਲ ਕਰੀਏ ਤਾਂ ਉਹ ਜਿਹੜਾ ਪੁਆਇੰਟ ਹੈ ਜੀ ਉਹਨੂੰ ਇੰਦਰਾ ਕੌਲ ਪੁਆਇੰਟ ਕਹਿ ਦਿੱਤਾ ਜਾਂਦਾ ਹੈ, ਇੰਦਰਾ ਕੌਲ ਪੁਆਇੰਟ। ਠੀਕ ਹੈ, ਇਹ ਜਿਹੜਾ ਲੰਦਾਖ ਦੇ ਵਿੱਚ ਹੈ ਜੀ, ਲੰਦਾਖ ਦੇ ਵਿੱਚ ਹੈ ਇੰਡੀਅਨ ਕੌਲ ਇੰਡੀਆ ਇੰਦਰਾ ਸੋਰੀ ਇੰਦਰਾ ਕੌਲ ਪੁਆਇੰਟ ਹੈ ਜੀ, ਲੰਦਾਖ ਦੇ ਵਿੱਚ ਹੈ। ਸੋ ਪਾਕਿਸਤਾਨ ਜਿਹੜਾ ਡਿਸਪਿਊਟ ਜਿਹੜਾ ਹੋਇਆ ਜੀ ਇਹ ਕਸ਼ਮੀਰ ਦੇ ਵਿੱਚ ਹੈਗਾ ਜੀ, ਪਾਕਿਸਤਾਨ ਜਿਹੜਾ ਡਿਸਪਿਊਟਡ ਜਿਹੜਾ ਇਹ ਹੈਗਾ ਜੀ। ਠੀਕ ਹੈ, ਪਾਕਿਸਤਾਨ ਮਤਲਬ ਕਿ ਜਿਹੜਾ ਇੱਕ ਜਿਹੜਾ ਡਿਸਪਿਊਟਡ ਜਿਹੜਾ ਏਰੀਆ ਹੈ ਜੀ ਉਹ ਹੈ ਜੀ। ਠੀਕ ਹੈ ਜੀ, ਇੰਦਰਾ ਕੋਲ ਪੁਆਇੰਟ ਹੈ ਜੀ। ਨੌਰਥ ਵਾਲੀ ਸਾਈਡ ਦੀ ਗੱਲ ਕਰੀਏ ਤਾਂ ਇੰਡੀਆ ਦਾ ਜਿਹੜਾ ਐਂਡ ਜਿਹੜਾ ਪੁਆਇੰਟ ਹੈ ਨੌਰਥ ਵਾਲੀ ਸਾਈਡ 'ਤੇ ਉਹ ਇੰਦਰਾ ਕੌਲ ਪੁਆਇੰਟ ਹੈ ਜੀ, ਹੁਣ ਜਿਹੜਾ ਇਹ ਲੰਦਾਖ ਦੇ ਵਿੱਚ ਹੈਗਾ ਜੀ। ਠੀਕ ਹੈ, ਇਹ ਜਿਹੜਾ ਡਿਸਪਿਊਟਡ ਏਰੀਆ ਜੀ ਹੈ ਨਾ ਜੀ ਉਹ ਉੱਥੇ ਹੈ ਜੀ। ਠੀਕ ਹੈ, ਇੱਕ ਜਿਹੜਾ ਨੌਰਥ ਵਾਲਾ ਜਿਹੜਾ ਪੁਆਇੰਟ ਹੈ ਜੀ ਐਂਡ ਵਾਲਾ, ਇਹਨੂੰ ਜਿਹੜਾ ਸਿਚਿਆਨ ਗਲੇਸ਼ੀਅਰ ਵੀ ਕਹਿ ਦਿੱਤਾ ਜਾਂਦਾ ਜੀ। ਇਹਨਾਂ ਨੂੰ ਕੀ ਕਹਿ ਦਿੱਤਾ ਜਾਂਦਾ ਜੀ? ਸਿਚਿਆਨ ਜਿਹੜਾ ਗਲੇਸ਼ੀਅਰ ਵੀ ਜਿਹੜਾ ਇਹਨਾਂ ਨੂੰ ਜਿਹੜਾ ਕਹਿ ਦਿੱਤਾ ਜਾਂਦਾ ਨੌਰਥ ਵਾਲੀ ਸਾਈਡ 'ਤੇ, ਅਤੇ ਇੰਦਰਾ ਜਿਹੜਾ ਕੋਲ ਪੁਆਇੰਟ ਵੀ ਜਿਹੜਾ ਉਹ ਕਹਿ ਦਿੱਤਾ ਜਾਂਦਾ। ਪਾਕਿਸਤਾਨ ਡਿਸਪਿਊਟਡ ਜਿਹੜਾ ਕਸ਼ਮੀਰ ਦੇ ਵਿੱਚ ਹੈ, ਲੰਦਾਖ ਦੇ ਵਿੱਚ ਹੈਗਾ। ਨੌਰਥ ਵਾਲੀ ਸਾਈਡ 'ਤੇ ਗੱਲ ਕਰੀਏ ਤਾਂ ਸਿਆਚਿਨ ਜਿਹੜਾ ਗਲੇਸ਼ੀਅਰ, ਸਿਆਚਿਨ ਜਿਹੜਾ ਗਲੇਸ਼ੀਅਰ ਵੀ ਇਹਨੂੰ ਜਿਹੜਾ ਨੌਰਥ ਜਿਹੜਾ ਪੁਆਇੰਟ ਹੈ ਜੀ ਉਹਨੂੰ ਜਿਹੜਾ ਕਹਿ ਦਿੱਤਾ ਜਾਂਦਾ, ਸਿਆਚਿਨ ਗਲੇਸ਼ੀਅਰ ਅਤੇ ਇੰਦਰਾ ਕੋਲ ਪੁਆਇੰਟ। ਉਸ ਤੋਂ ਬਾਅਦ ਆਪਾਂ ਸਾਊਥ ਦੀ ਗੱਲ ਕਰ ਕਰੀਏ ਤਾਂ ਸਾਊਥ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਜਿਹੜਾ ਹੈ ਇੰਦਰਾ ਪੁਆਇੰਟ, ਇਹਨੂੰ ਵੀ ਜਿਹੜਾ ਇੰਦਰਾ ਪੁਆਇੰਟ ਵੀ ਜਿਹੜਾ ਕਹਿ ਦਿੱਤਾ ਜਾਂਦਾ। ਠੀਕ ਹੈ, ਇੰਦਰਾ ਪੁਆਇੰਟ ਇਹ ਜਿਹੜਾ ਪਿੰਗਮੇਲੀਅਨ ਪੁਆਇੰਟ ਵੀ ਜਿਹੜਾ ਇਹਨੂੰ ਕਹਿ ਦਿੱਤਾ ਜਾਂਦਾ, ਪਿੰਗਮੇਲੀਅਨ ਪੁਆਇੰਟ ਵੀ। ਠੀਕ ਹੈ ਜੀ, ਪਿੰਗਮੇਲੀਅਨ ਪੁਆਇੰਟ ਹੈ ਜੀ ਇਹ ਜਿਹੜਾ ਪੁਆਇੰਟ ਹੈ ਜੀ, ਇਹ ਕੰਨਿਆ ਕੁਮਾਰੀ ਲਗਾ ਲਓ ਜਾਂ ਅੰਡੇਮਾਨ ਨਿਕੋਬਾਰ, ਕਈ ਵਾਰੀ ਅੰਡੇਮਾਨ ਲਿਖਿਆ ਆ ਜਾਂਦਾ, ਕਈ ਵਾਰੀ ਨਿਕੋਬਾਰ ਲਿਖਿਆ ਜਾਂਦਾ, ਕਈ ਵਾਰੀ ਕੰਨਿਆ ਕੁਮਾਰੀ। ਤਾਂ ਅੰਡੇਮਾਨ ਐਂਡ ਨਿਕੋਬਾਰ ਕੰਨਿਆ ਕੁਮਾਰੀ ਦੇ ਵਿੱਚ ਹੈ ਜੀ ਇਹ ਪੁਆਇੰਟ। ਸਾਊਥ ਦੀ ਜੇਕਰ ਆਪਾਂ ਗੱਲ ਕਰੀਏ, ਇੰਡੀਆ ਦੇ ਜੇਕਰ ਮੈਂ ਮੈਪ ਦੀ ਗੱਲ ਕਰੀਏ ਤਾਂ ਸਭ ਤੋਂ ਥੱਲੇ ਜਿਹੜਾ ਹੈ ਜਿਹੜਾ ਇਹ ਜਿਹੜਾ ਪਾਣੀ ਦੇ ਵਿੱਚ ਹੈ ਨਾ, ਜਿਹੜਾ ਅੰਡੇਮਾਨ ਅਤੇ ਨਿਕੋਬਾਰ ਕੰਨਿਆ, ਉੱਥੇ ਜਿਹੜਾ ਪੁਆਇੰਟ ਹੈ ਮੰਨਿਆ ਜਾਂਦਾ ਸਾਊਥ ਵਾਲੀ ਸਾਈਡ ਦੇ ਵਿੱਚ, ਇਹਨੂੰ ਜਿਹੜਾ ਪਿੰਗਮੇਲੀਅਨ ਇਹਨੂੰ ਜਿਹੜਾ ਪਿੰਗਮੇਲੀਅਨ ਪੁਆਇੰਟ ਵੀ ਕਿਹਾ ਜਾਂਦਾ, ਇੰਦਰਾ ਪੁਆਇੰਟ ਵੀ ਕਿਹਾ ਜਾਂਦਾ। ਜੇ ਨੌਰਥ ਦੀ ਗੱਲ ਕਰੀਏ ਤਾਂ ਸਿਆਚਿਨ ਜਿਹੜਾ ਗਲੇਸ਼ੀਅਰ ਹੈ ਜੀ, ਸਿਆਚਿਨ ਗਲੇਸ਼ੀਅਰ ਹੈ, ਇੰਦਰਾ ਕੋਲ ਪੁਆਇੰਟ ਇਹਨੂੰ ਕਿਹਾ ਜਾਂਦਾ। ਈਸਟ ਵਾਲੀ ਸਾਈਡ 'ਤੇ ਗੱਲ ਕਰੀਏ ਤਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੈ ਜੀ ਇਹ ਪੁਆਇੰਟ, ਕਬੀਥੂ ਔਰ ਵੈਲਨੈਂਗੂ ਹੈ ਜੀ, ਕਬੀਥੂ ਔਰ ਵੈਲਨੈਂਗੂ ਹੈ ਜੀ, ਈਸਟ ਦੇ ਵਿੱਚ ਹੈ ਜੀ ਇਹ ਪੁਆਇੰਟ ਅਰੁਣਾਚਲ ਪ੍ਰਦੇਸ਼, ਈਸਟ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੈ ਜੀ ਕਬੀਥੂ ਔਰ ਵੈਲਨੈਂਗੂ, ਈਸਟ ਦੇ ਵਿੱਚ ਹੈ ਜੀ ਇਹ ਵਾਲਾ ਜਿਹੜਾ ਪੁਆਇੰਟ ਹੈ ਜੀ, ਈਸਟ ਦੇ ਵਿੱਚ ਹੈ ਜੀ ਅਰੁਣਾਚਲ ਪ੍ਰਦੇਸ਼ ਕਬੀਥੂ ਔਰ ਵੈਲਨੈਂਗੂ ਦੇ ਵਿੱਚ ਹੈ। ਠੀਕ ਹੈ ਜੀ, ਅਰੁਣਾਚਲ ਪ੍ਰਦੇਸ਼ ਦੇ ਕਬੀਥੂ ਔਰ ਵੈਲਨੈਂਗੂ ਦੇ ਵਿੱਚ ਹੈ ਜੀ ਇਹ ਪੁਆਇੰਟ। ਵੈਸਟ ਦੀ ਗੱਲ ਕਰੀਏ ਤਾਂ ਗੁਜਰਾਤ ਦੇ ਵਿੱਚ ਹੈ ਜੀ ਇਹ ਪੁਆਇੰਟ, ਗੁਹਾਰ ਮੋਟਾ ਸਿਰਕਰੈਕ,
ਠੀਕ ਹੈ ਜੀ। ਗੁਹਾਰ ਮੋਟਾ ਸਿਰ ਕਰੱਕ ਦੇ ਵਿੱਚ ਹੈ। ਵੈਸਟ ਵਾਲੀ ਸਾਈਡ 'ਤੇ ਆਪਾਂ ਜਿਹੜੀ ਗੱਲ ਕਰੀਏ, ਵੈਸਟ ਵਾਲੀ ਆਪਾਂ ਗੱਲ ਕਰੀਏ ਤਾਂ ਗੁਜਰਾਤ ਦੇ ਵਿੱਚ ਹੈ ਜੀ ਇਹ ਪੁਆਇੰਟ, ਜਿਹਨੂੰ ਜਿਹੜਾ ਗੁਹਾਰ ਮੋਟਾ ਦੇ ਨਾਂ ਦੇ ਨਾਲ ਹੈ, ਗੁਹਾਰ ਮੋਟਾ ਹੈ ਠੀਕ ਹੈ ਜੀ। ਈਸਟ ਦੇ ਵਿੱਚ ਅਰੁਣਾਚਲ ਪ੍ਰਦੇਸ਼, ਜਿਹਨੂੰ ਕਬੀਥੂ ਔਰ ਵੈਲ ਨੈਂਗੂ ਜਿਹੜਾ ਕਿਹਾ ਦਿੱਤਾ ਜਾਂਦਾ ਹੈ। ਗੁਜਰਾਤ ਦੇ ਵਿੱਚ ਗੁਹਾਰ ਮੋਟਾ ਹੈ ਠੀਕ ਹੈ। ਸੋ ਇਹਦੇ ਨਾਲ ਜਿਹੜੇ ਸੰਬੰਧਿਤ ਹੈ ਜੀ ਇਹ ਵਾਲੇ ਜਿਹੜੇ ਪੁਆਇੰਟ ਨੇ, ਤੁਸੀਂ ਬਸ ਯਾਦ ਰੱਖਣਾ ਜੀ। ਨੌਰਥ ਵਾਲੀ ਸਾਈਡ ਦੇ ਵਿੱਚ ਇੰਦਰਾ ਕੋਲ ਠੀਕ ਹੈ, ਲੰਦਾਖ। ਈਸਟ ਦੇ ਵਿੱਚ ਅਰੁਣਾਚਲ ਪ੍ਰਦੇਸ਼, ਕਬੀਥੂ ਵਲਨਾਗੂ ਠੀਕ ਹੈ, ਵਲਨਾਗੂ ਠੀਕ ਹੈ। ਸਾਊਥ ਦੇ ਵਿੱਚ ਇੰਦਰਾ ਪੁਆਇੰਟ ਜਿਹੜਾ ਹੈਗਾ ਜੀ, ਪਿਗਮੇਲੀਅਨ ਪੁਆਇੰਟ ਠੀਕ ਹੈ ਜੀ, ਪਿਗਮੇਲੀਅਨ ਪੁਆਇੰਟ ਹੈ ਜੀ ਠੀਕ ਹੈ। ਅੰਡੇਮਾਨ ਨਿਕੋਬਾਰ ਕੰਨਿਆ ਕੁਮਾਰੀ ਦੇ ਵਿੱਚ ਠੀਕ ਹੈ। ਵੈਸਟ ਦੇ ਵਿੱਚ ਗੁਜਰਾਤ ਹੈ ਜੀ, ਗੁਹਾਰ ਮੋਟਾ, ਗੁਹਾਰ ਮੋਟਾ। ਬਸ ਇਹਨੂੰ ਤਾਂ ਗੱਗੇ ਗੱਗੇ ਤੋਂ ਯਾਦ ਕਰ ਲਓ, ਗੁਜਰਾਤ ਵੀ ਗੱਗੇ ਤੋਂ ਸਟਾਰਟ ਹੁੰਦਾ ਅਤੇ ਗੁਹਾਰ ਵੀ ਗੱਗੇ ਤੋਂ ਸਟਾਰਟ ਹੁੰਦਾ ਠੀਕ ਹੈ। ਇਹ ਵਾਲੇ ਜਿਹੜੇ ਪੁਆਇੰਟ ਹੈ ਜੀ ਆਪਣੇ ਚਾਰ, ਕਿ ਕਿੱਥੇ ਆਪਣਾ ਇੰਡੀਆ ਜਾ ਕੇ ਜਿਹੜਾ ਹੈ ਉਹ ਖਤਮ ਹੁੰਦਾ। ਨੌਰਥ ਵਾਲੀ ਸਾਈਡ ਦੇ ਵਿੱਚ ਕਿਹੜਾ ਪੁਆਇੰਟ ਹੈ, ਈਸਟ ਵਾਲੀ ਸਾਈਡ 'ਤੇ ਕਿਹੜਾ ਹੈ, ਅਤੇ ਸਾਊਥ ਵਾਲੀ ਸਾਈਡ 'ਤੇ ਕਿਹੜਾ ਹੈ, ਅਤੇ ਵੈਸਟ ਵਾਲੀ ਸਾਈਡ 'ਤੇ ਕਿਹੜਾ ਹੈ ਠੀਕ ਹੈ ਜੀ। ਨੈਕਸਟ ਹੈ ਜੀ, ਭਾਰਤ ਦੇ ਚਾਰ ਪੁਆਇੰਟ ਕਿੱਥੇ ਹਨ, ਕੀ ਕਿਹਾ ਜਾਂਦਾ ਉਹਨਾਂ ਨੂੰ ਚਾਰੇ ਦਿਸ਼ਾਵਾਂ ਦੇ ਵਿੱਚ। ਸੋ ਭਾਰਤ ਦੇ ਜਿਹੜੇ ਚਾਰ ਪੁਆਇੰਟ ਇਹ ਕਿਹੜੇ ਕਿਹੜੇ ਨੇ ਠੀਕ ਹੈ, ਕਿੱਥੇ ਨੇ, ਅਤੇ ਉਹਨਾਂ ਭਾਰਤ ਦੇ ਚਾਰ ਪੁਆਇੰਟ ਕਿੱਥੇ ਹਨ, ਕੀ ਕਿਹਾ ਜਾਂਦਾ ਉਹਨਾਂ ਨੂੰ ਚਾਰੇ ਦਿਸ਼ਾਵਾਂ ਦੇ ਵਿੱਚ। ਨੈਕਸਟ ਆ ਜਾਓ ਜੀ, ਖੇਤਰਪਾਲ ਪੱਖੋਂ ਜੇਕਰ ਆਪਾਂ ਗੱਲ ਕਰੀਏ, ਖੇਤਰਪਾਲ ਪੱਖੋਂ ਭਾਰਤ ਜਿਹੜਾ ਉਹ ਜਿਹੜਾ 7ਵੇਂ ਨੰਬਰ 'ਤੇ ਹੈ। ਖੇਤਰਫਲ ਪੱਖੋਂ ਗੱਲ ਕਰੀਏ ਤਾਂ ਭਾਰਤ ਹੈ ਜਿਹੜਾ ਜੀ ਉਹ 7ਵੇਂ ਨੰਬਰ 'ਤੇ ਹੈਗਾ। ਖੇਤਰਪਾਲ ਦੀ ਗੱਲ ਕਰੀਏ ਆਪਾਂ, ਏਰੀਆ ਦੀ ਗੱਲ ਕਰੀਏ, ਤਾਂ ਭਾਰਤ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜਾ 7ਵੇਂ ਨੰਬਰ 'ਤੇ ਆ। ਇਸ ਨੇ ਦੁਨੀਆ ਦਾ 2.4% ਜਿਹੜਾ ਖੇਤਰ ਹੈ ਉਹ ਘੇਰਿਆ ਹੋਇਆ ਹੈ। ਜੇਕਰ ਦੁਨੀਆ ਦੀ ਗੱਲ ਕਰੀਏ ਤਾਂ ਇਹਨੇ ਪੂਰੀ ਦੁਨੀਆ ਦਾ 2.4% ਜਿਹੜਾ ਖੇਤਰ ਹੈ ਉਹ ਘੇਰਿਆ ਹੋਇਆ ਭਾਰਤ ਨੇ। ਮਤਲਬ 32,87,263 ਵਰਗ ਕਿਲੋਮੀਟਰ ਠੀਕ ਹੈ ਜੀ। ਕਿੰਨਾ ਜਿਹੜਾ ਇਹਨੇ ਜਿਹੜਾ ਖੇਤਰਫਲ ਹੈ ਉਹ ਘੇਰਿਆ ਹੋਇਆ ਹੈ, ਅਤੇ 32,87,263 ਵਰਗ ਕਿਲੋਮੀਟਰ ਇਹਨੇ ਜਿਹੜਾ ਖੇਤਰਫਲ ਹੈ ਉਹ ਖੇਤਰ ਹੈ ਉਹ ਘੇਰਿਆ ਹੋਇਆ। ਖੇਤਰਫਲ ਪੱਖੋਂ ਗੱਲ ਕਰੀਏ ਤਾਂ ਖੇਤਰਫਲ ਪੱਖੋਂ ਭਾਰਤ 7ਵੇਂ ਨੰਬਰ 'ਤੇ ਹੈਗਾ ਜੀ। ਇਸਨੇ ਦੁਨੀਆ ਦਾ 2.4% ਖੇਤਰ ਇਸਨੇ ਦੁਨੀਆ ਦਾ 2.4% ਜਿਹੜਾ ਖੇਤਰ ਹੈ ਉਹ ਘੇਰਿਆ ਹੋਇਆ ਹੈ। ਮਤਲਬ 32,87,263 ਵਰਗ ਕਿਲੋਮੀਟਰ ਹੈ ਜੀ ਇਹਦਾ। ਮਤਲਬ ਕਿੰਨਾ ਹੈ ਜੀ ਇਹਦਾ, 32,87,263 ਵਰਗ ਕਿਲੋਮੀਟਰ ਇਹ ਹੈਗਾ ਜੀ। ਇਹਦੇ ਏਰੀਏ ਦੀ ਗੱਲ ਕਰੀਏ, ਖੇਤਰਫਲ ਦੀ ਗੱਲ ਕਰੀਏ ਤਾਂ ਏਰੀਆ ਆਫ ਕੰਟਰੀ ਕਿੰਨਾ ਜੀ ਠੀਕ ਹੈ। ਸਭ ਤੋਂ ਪਹਿਲਾਂ ਜਿਹੜਾ ਕਿਹਦਾ ਜਿਹੜਾ ਖੇਤਰਫਲ ਹੈ, ਤਾਂ ਸਭ ਤੋਂ ਜਿਹੜਾ ਪਹਿਲਾਂ ਗੱਲ ਕਰੀਏ ਤਾਂ ਰਸ਼ੀਆ, ਸਭ ਤੋਂ ਪਹਿਲਾਂ ਰਸ਼ੀਆ ਦਾ ਖੇਤਰਫਲ ਸਭ ਤੋਂ ਜ਼ਿਆਦਾ ਹੈ ਜੀ ਦੁਨੀਆ ਦਾ। ਉਸ ਤੋਂ ਬਾਅਦ ਕੈਨੇਡਾ ਹੈ ਜੀ, ਉਸ ਤੋਂ ਬਾਅਦ ਚਾਈਨਾ, ਉਸ ਤੋਂ ਬਾਅਦ USA, ਉਸ ਤੋਂ ਬਾਅਦ ਬ੍ਰਾਜ਼ੀਲ, ਉਸ ਤੋਂ ਬਾਅਦ ਆਸਟ੍ਰੇਲੀਆ, ਉਸ ਤੋਂ ਬਾਅਦ ਇੰਡੀਆ। ਸੋ ਏਰੀਆ ਕੀ ਹੈ ਕੰਟਰੀਜ਼ ਦਾ, ਜੇਕਰ ਤੁਹਾਨੂੰ ਪੁੱਛਣਾ ਸਭ ਤੋਂ ਜ਼ਿਆਦਾ ਜਿਹੜਾ ਖੇਤਰਫਲ ਹੈ ਉਹ ਕਿਹਦਾ ਹੈ, ਤਾਂ ਰਸ਼ੀਆ ਦਾ ਜੀ। ਉਸ ਤੋਂ ਬਾਅਦ ਕੈਨੇਡਾ, ਉਸ ਤੋਂ ਬਾਅਦ ਚਾਈਨਾ, ਉਸ ਤੋਂ ਬਾਅਦ ਯੂਨਾਈਟਿਡ ਸਟੇਟ, ਉਸ ਤੋਂ ਬਾਅਦ ਬ੍ਰਾਜ਼ੀਲ, ਉਸ ਤੋਂ ਬਾਅਦ ਆਸਟ੍ਰੇਲੀਆ, ਅਤੇ 7ਵੇਂ ਨੰਬਰ 'ਤੇ ਆਪਣਾ ਇੰਡੀਆ, ਆਪਣਾ ਜਿਹੜਾ ਭਾਰਤ ਹੈ ਉਹ ਹੈਗਾ ਜੀ ਏਰੀਆ ਆਫ ਕੰਟਰੀ। ਰਸ਼ੀਆ, ਕੈਨੇਡਾ, ਚਾਈਨਾ, USA, ਬ੍ਰਾਜ਼ੀਲ ਅਤੇ ਆਸਟ੍ਰੇਲੀਆ ਅਤੇ ਇੰਡੀਆ, ਇਹ ਇੰਪੋਰਟੈਂਟ ਸੀਕੁਐਂਸ ਹੈ ਜੀ ਠੀਕ ਹੈ ਜੀ। ਨੈਕਸਟ ਆ ਜਾਓ ਜੀ, ਪਾਪੂਲੇਸ਼ਨ ਕੀ ਹੈ ਜੀ ਕੰਟਰੀ ਦੀ, ਪਾਪੂਲੇਸ਼ਨ ਦੀ ਗੱਲ ਕਰੀਏ। ਸੋ ਪਾਪੂਲੇਸ਼ਨ ਕੰਟਰੀ ਦੀ ਗੱਲ ਕਰੀਏ ਤਾਂ ਪਾਪੂਲੇਸ਼ਨ ਕੀ ਹੈ ਕੰਟਰੀ ਦੀ, ਫਸਟ ਨੰਬਰ 'ਤੇ ਜਿਹੜੀ ਇੰਡੀਆ ਦੀ ਪਾਪੂਲੇਸ਼ਨ ਹੈ ਜੀ 18.9% ਹੈ ਜੀ ਇੰਡੀਆ ਦੀ ਪਾਪੂਲੇਸ਼ਨ।
ਇੰਡੀਆ ਦੀ ਪਾਪੂਲੇਸ਼ਨ ਕਿੰਨੀ ਹੈ ਜੀ? ਪਾਪੂਲੇਸ਼ਨ ਆਫ ਕੰਟਰੀ ਸਭ ਤੋਂ ਜ਼ਿਆਦਾ, ਜੇਕਰ ਪਾਪੂਲੇਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜੀ ਪਾਪੂਲੇਸ਼ਨ ਹੈ ਜੀ ਉਹ ਇੰਡੀਆ ਦੀ ਹੈ। 18.9% ਹੈ ਜੀ ਇੰਡੀਆ ਦੀ ਪਾਪੂਲੇਸ਼ਨ, 18.9% ਹੈ। ਸੈਕਿੰਡ ਨੰਬਰ 'ਤੇ ਗੱਲ ਕਰੀਏ ਤਾਂ ਚੀਨ ਦੀ ਪਾਪੂਲੇਸ਼ਨ ਹੈ ਜੀ 17.6%, 17.6% ਜਿਹੜੀ ਚੀਨ ਦੀ ਜਿਹੜੀ ਪਾਪੂਲੇਸ਼ਨ ਹੈ ਜੀ। ਥਰਡ ਦੀ ਗੱਲ ਕਰੀਏ ਤਾਂ USA ਦੀ 4% ਜਿਹੜੀ ਪਾਪੂਲੇਸ਼ਨ ਹੈ ਜੀ। ਉਸ ਤੋਂ ਬਾਅਦ ਫੋਰਥ ਨੰਬਰ 'ਤੇ ਇੰਡੋਨੇਸ਼ੀਆ ਦੀ ਪਾਪੂਲੇਸ਼ਨ ਹੈ ਜੀ। ਫਿਫਥ ਨੰਬਰ ਦੀ ਗੱਲ ਕਰੀਏ ਤਾਂ ਆਪਾਂ ਜਿਹੜੀ ਪਾਕਿਸਤਾਨ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਹੈਗੀ ਹੈ। ਪਾਪੂਲੇਸ਼ਨ ਆਫ ਕੰਟਰੀ, ਸੋ ਕਿਹੜੇ ਕੰਟਰੀ ਦੀ ਕਿੰਨੀ ਜਿਹੜੀ ਪਾਪੂਲੇਸ਼ਨ ਹੈ ਉਹ ਹੈਗੀ ਹੈ। ਪਾਪੂਲੇਸ਼ਨ ਆਫ ਕੰਟਰੀ ਦੀ ਗੱਲ ਕਰੀਏ, ਫਸਟ ਨੰਬਰ 'ਤੇ ਜੇਕਰ ਆਪਾਂ ਪਾਪੂਲੇਸ਼ਨ ਦੀ ਗੱਲ ਕਰੀਏ ਤਾਂ ਇੰਡੀਆ ਦੀ ਪਾਪੂਲੇਸ਼ਨ ਹੈ 18.9% ਹੈ ਜੀ, 18.09% ਹੈ ਜੀ ਇੰਡੀਆ ਦੀ ਪਾਪੂਲੇਸ਼ਨ। ਪੂਰੇ ਦੀ ਆਪਾਂ ਜਿਹੜੀ ਗੱਲ ਕਰੀਏ ਤਾਂ ਇੰਡੀਆ ਸਭ ਤੋਂ ਪਹਿਲੇ ਨੰਬਰ 'ਤੇ ਆ ਪਾਪੂਲੇਸ਼ਨ ਦੇ ਵਿੱਚ, 18.09% ਪੂਰੀ ਦੁਨੀਆ ਦੀ ਗੱਲ ਕਰੀਏ ਤਾਂ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਚੀਨ ਹੈ ਜੀ, ਚੀਨ ਦੀ ਪਾਪੂਲੇਸ਼ਨ ਹੈ ਜੀ 17.6%, ਚੀਨ ਦੀ ਪਾਪੂਲੇਸ਼ਨ ਹੈ। ਥਰਡ ਨੰਬਰ 'ਤੇ ਗੱਲ ਕਰੀਏ ਤਾਂ ਜਿਹੜੀ ਪਾਪੂਲੇਸ਼ਨ ਹੈ ਜੀ ਉਹ ਯੂਨਾਈਟਡ ਸਟੇਟ ਦੀ ਹੈ, ਥਰਡ ਨੰਬਰ 'ਤੇ ਜਿਹੜੀ ਪਾਪੂਲੇਸ਼ਨ ਹੈ ਜੀ ਯੂਨਾਈਟਡ ਸਟੇਟ ਦੀ ਹੈ, 4% ਪਾਪੂਲੇਸ਼ਨ ਹੈ ਜੀ ਯੂਨਾਈਟਡ ਸਟੇਟ ਦੀ। ਇੰਡੀਆ, ਚੀਨ, USA, USA ਤੋਂ ਬਾਅਦ ਹੈਗਾ ਜੀ ਇੰਡੋਨੇਸ਼ੀਆ, ਇੰਡੋਨੇਸ਼ੀਆ ਤੋਂ ਬਾਅਦ ਹੈਗਾ ਜੀ ਪਾਕਿਸਤਾਨ। ਠੀਕ ਹੈ, ਇਹ ਪਾਪੂਲੇਸ਼ਨ ਹੈ ਜੀ ਕੰਟਰੀ ਵਾਈਜ਼। ਠੀਕ ਹੈ ਜੀ, ਨੈਕਸਟ ਆ ਜਾਓ ਜੀ। ਨੈਕਸਟ ਆਪਾਂ ਜਿਹੜੇ ਗੱਲ ਕਰਦੇ ਹਾਂ ਜੀ, ਇਹ ਆਪਾਂ ਗੱਲ ਕੀਤੀ ਸੀ ਭਾਰਤ ਹੈ ਜਿਹੜਾ ਉਹ ਪ੍ਰਾਇਦੀਪ ਹੈ ਨਾ, ਇੱਕ ਜਿਹੜਾ ਮੈਪ ਬਣਿਆ ਹੋਇਆ, ਜ਼ਿਆਦਾ ਸਹੀ ਤਾਂ ਨਹੀਂ ਇਹ ਬਣਿਆ ਹੋਇਆਗਾ। ਠੀਕ ਹੈ ਜੀ, ਬਾਕੀ ਬਸ ਤੁਸੀਂ ਜਿਹੜਾ ਅੰਦਾਜ਼ਾ ਆਪਾਂ ਜਿਹੜਾ ਇੱਥੋਂ ਜਿਹੜਾ ਇਹ ਲਗਾ ਲੈਣਾ, ਇਹ ਜਿਹੜਾ ਮੈਪ ਹੈ ਇੰਡੀਆ ਦਾ ਇਹ ਪ੍ਰਾਇਦੀਪ ਹੈ ਨਾ ਪੈਨੀਸੁਲਾ ਹੈ। ਕਿਉਂ ਆ? ਕਿਉਂਕਿ ਇਹਦੇ ਤਿੰਨ ਪਾਸੇ ਜਿਹੜਾ ਇਹ ਜਿਹੜਾ ਪਾਣੀ ਪਾਣੀ ਆ, ਤਿੰਨੋਂ ਪਾਸੇ ਆ ਨਾ ਜੀ, ਇੱਥੇ ਇੱਥੇ ਸਾਰੇ ਸਾਰੇ ਜਿਹੜਾ ਪਾਣੀ ਪਾਣੀ ਹੈ ਜੀ। ਠੀਕ ਹੈ, ਇੱਧਰ ਰਹਿ ਜਾਂਦੀ ਹੈ ਜੀ ਬੰਗਾਲ ਦੀ ਖਾੜੀ ਹੈ ਇੱਧਰ। ਠੀਕ ਹੈ ਜੀ, ਜੇਕਰ ਆਪਾਂ ਈਸਟ ਵਾਲੀ ਸਾਈਡ 'ਤੇ ਗੱਲ ਕਰੀਏ ਇੱਧਰ, ਠੀਕ ਹੈ ਜੀ, ਸਾਊਥ ਈਸਟ ਵਾਲੀ ਗੱਲ ਕਰੀਏ ਤਾਂ ਬੰਗਾਲ ਦੀ ਖਾੜੀ ਹੈ। ਆਪਾਂ ਨੌਰਥ ਵੈਸਟ ਦੀ ਗੱਲ ਕਰੀਏ ਤਾਂ ਇੱਧਰ ਜਿਹੜਾ ਅਰਬਨ ਜਿਹੜਾ ਉਹ ਸੀ ਹੈ ਜੀ, ਅਰੇਬੀਅਨ ਸੀ ਹੈ ਜੀ। ਠੀਕ ਹੈ ਜੀ, ਥੱਲੇ ਆਪਾਂ ਗੱਲ ਕਰੀਏ ਤਾਂ ਥੱਲੇ ਜਿਹੜਾ ਉਹ ਇੰਡੀਅਨ ਓਸ਼ਨ ਹੈ ਜੀ, ਇੰਡੀਅਨ ਓਸ਼ਨ ਹੈ ਜੀ, ਇੰਡੀਅਨ ਓਸ਼ਨ ਹੈ। ਅਤੇ ਸਾਊਥ ਵਾਲੀ ਸਾਈਡ 'ਤੇ ਗੱਲ ਕਰੀਏ ਤਾਂ ਇੰਡੀਅਨ ਓਸ਼ਨ ਹੈ ਜੀ। ਠੀਕ ਹੈ ਜੀ, ਸਾਊਥ ਈਸਟ ਦੀ ਗੱਲ ਕਰੀਏ ਤਾਂ ਬੰਗਾਲ ਦੀ ਖਾੜੀ ਹੈ, ਅਤੇ ਸਾਊਥ ਵੈਸਟ ਦੀ ਗੱਲ ਕਰੀਏ ਤਾਂ ਅਰੇਬੀਅਨ ਸੀ ਹੈ ਜੀ। ਸੋ ਇਹ ਸਾਰੇ ਜਿੰਨੇ ਜਿੰਨੇ ਨੇ ਭਾਰਤ ਨਾਲ ਸੰਬੰਧਿਤ ਸਾਰੀਆਂ ਜਿਹੜੀਆਂ ਇੰਪੋਰਟੈਂਟ ਜਿਹੜੀਆਂ ਗੱਲਾਂ ਨੇ। ਸੋ ਹਿਮਾਲਿਆ ਨਾਲ ਜੇਕਰ ਆਪਾਂ ਟੱਚ ਕਰਨ ਵਾਲੇ ਸਟੇਟਸ ਦੀ ਗੱਲ ਕਰੀਏ, ਹਿਮਾਲਿਆ ਨਾਲ ਟੱਚ ਕਰਨ ਵਾਲੇ ਸਟੇਟਸ ਕਿੰਨੇ ਨੇ? ਸੋ ਹਿਮਾਲਿਆ ਨਾਲ ਟੱਚ ਕਰਨ ਵਾਲੇ ਜਿਹੜੇ 11 ਸਟੇਟ ਹਨ, ਹਿਮਾਲਿਆ ਨਾਲ ਟੱਚ ਕਰਨ ਵਾਲੇ ਕਿੰਨੇ ਸਟੇਟ ਹੈ ਜੀ? ਹਿਮਾਲਿਆ ਨਾਲ ਟੱਚ ਕਰਨ ਵਾਲੇ ਜਿਹੜੇ 11 ਜਿਹੜੇ ਸਟੇਟ ਉਹ ਹਨ। ਠੀਕ ਹੈ, ਨੈਕਸਟ ਆਪਾਂ ਗੱਲ ਕਰਨੀ ਹੈ ਜੀ ਭਾਰਤ ਦੀ ਬਾਉਂਡਰੀ ਦੀ। ਸੋ ਭਾਰਤ ਦੀ ਬਾਉਂਡਰੀ ਦੀ ਗੱਲ ਕਰਦੇ ਹਾਂ, ਭਾਰਤ ਦੀ ਬਾਉਂਡਰੀ ਦੀਆਂ ਜਿਹੜੀਆਂ ਦੋ ਟਾਈਪਸ ਨੇ ਭਾਰਤ ਦੀ ਬਾਉਂਡਰੀ ਦੀਆਂ। ਫਸਟ ਆ ਗਿਆ ਜੀ ਕੋਸਟਲ ਬਾਉਂਡਰੀ ਹੈ, ਅਤੇ ਸੈਕਿੰਡ ਹੈਗੀ ਹੈ ਜੀ ਲੈਂਡ ਬਾਉਂਡਰੀ। ਠੀਕ ਹੈ, ਕੋਸਟਲ ਬਾਉਂਡਰੀ ਹੈ ਅਤੇ ਲੈਂਡ ਬਾਉਂਡਰੀ ਹੈ ਜੀ। ਭਾਰਤ ਦੀ ਤੱਟ ਰੇਖਾ ਹੈ, ਅਤੇ ਲੈਂਡ ਬਾਉਂਡਰੀ ਕੀ ਹੈ? ਜ਼ਮੀਨੀ ਹਿੱਸਾ। ਠੀਕ ਹੈ, ਭਾਰਤ ਦੀ ਬਾਉਂਡਰੀ ਦੀ ਗੱਲ ਕਰੀਏ ਤਾਂ ਦੋ ਬਾਉਂਡਰੀਜ਼ ਨੇ, ਕੋਸਟਲ ਬਾਉਂਡਰੀ ਹੈ ਜੀ ਅਤੇ ਲੈਂਡ ਬਾਉਂਡਰੀ ਹੈ। ਠੀਕ ਹੈ ਜੀ, ਭਾਰਤ ਦੀ ਤੱਟ ਰੇਖਾ ਅਤੇ ਜ਼ਮੀਨੀ ਹਿੱਸਾ। ਭਾਰਤ ਦੀ ਬਾਉਂਡਰੀ ਦੀ ਗੱਲ ਕਰੀਏ ਤਾਂ ਇਹਦੀਆਂ ਦੋ ਟਾਈਪਸ ਹੈ ਜੀ, ਕੋਸਟਲ ਬਾਉਂਡਰੀ ਹੈ ਅਤੇ ਲੈਂਡ ਬਾਉਂਡਰੀ ਹੈ। ਠੀਕ ਹੈ ਜੀ, ਭਾਰਤ ਦੀ ਤੱਟ ਰੇਖਾ ਅਤੇ ਜ਼ਮੀਨੀ ਹਿੱਸਾ ਜੀ। ਸੋ ਭਾਰਤ ਦੀ ਤੱਟ ਰੇਖਾ ਦੀ ਆਪਾਂ ਗੱਲ ਕਰੀਏ,
ਠੀਕ ਹੈ। ਅਤੇ ਜਾਂ ਜ਼ਮੀਨੀ ਹਿੱਸੇ ਦੀ ਗੱਲ ਕਰੀਏ, 6 ਸੌ ਕਿਲੋਮੀਟਰ ਜਿਹੜੀ ਮੇਨ ਲੈਂਡ ਹੈ ਜੀ, ਆਪਾਂ ਸਭ ਤੋਂ ਪਹਿਲਾਂ ਕੋਸਟਲ ਜਿਹੜੀ ਬਾਉਂਡਰੀ ਦੀ ਗੱਲ ਕਰਦੇ ਹਾਂ, ਭਾਰਤ ਦੀ ਜਿਹੜੀ ਤੱਟ ਰੇਖਾ ਦੀ ਆਪਾਂ ਜਿਹੜੀ ਗੱਲ ਆ ਕਰਦੇ ਹਾਂ, ਸੋ 6 ਸੌ ਕਿਲੋਮੀਟਰ ਮੇਨ ਲੈਂਡ ਹੈ ਜੀ, ਠੀਕ ਹੈ ਜੀ। ਅੰਡੇਮਾਨ ਨਿਕੋਬਾਰ, ਸੋ 6 ਸੌ ਕਿਲੋਮੀਟਰ ਜਿਹੜੀ ਮੇਨ ਲੈਂਡ ਹੈ ਜੀ ਅੰਡੇਮਾਨ ਨਿਕੋਬਾਰ, ਠੀਕ ਹੈ ਜੀ। ਪਲੱਸ ਜੇਕਰ ਆਪਾਂ ਗੱਲ ਕਰੀਏ ਤਾਂ ਪਲੱਸ ਇਹਦੇ ਨਾਲ ਲਕਸ਼ਦੀਪ ਵੀ ਹੈਗਾ ਜੀ ਨਾਲ, ਠੀਕ ਹੈ। 6 ਸੌ ਕਿਲੋਮੀਟਰ ਮੇਨ ਲੈਂਡ ਹੈ ਜੀ ਅੰਡੇਮਾਨ ਨਿਕੋਬਾਰ, ਪਲੱਸ ਲਕਸ਼ਦੀਪ ਹੈ। ਸੋ 7,500 ਕਿਲੋਮੀਟਰ ਹੈ ਜੀ ਸਭ ਦੇ ਅਕੋਰਡਿੰਗ, ਜੇਕਰ ਆਪਾਂ ਗੱਲ ਕਰੀਏ ਸਭ ਦੇ ਜਿਹੜਾ ਅਕੋਰਡਿੰਗ ਦੀ ਆਪਾਂ ਗੱਲ ਕਰੀਏ ਤਾਂ 7,500 ਕਿਲੋਮੀਟਰ ਹੈ ਜੀ ਇਹਨਾਂ ਸਭ ਦੇ ਅਕੋਰਡਿੰਗ ਕਿੰਨੀ ਹੈ ਜੀ 7,500 ਜਿਹੜੀ 16.6 ਜਿਹੜੀ ਕਿਲੋਮੀਟਰ ਹੈ ਜੀ ਇਹਦੇ ਅਕੋਰਡਿੰਗ। ਨੈਕਸਟ ਆਪਾਂ ਗੱਲ ਕਰੀਏ ਜੀ ਕੋਸਟਲ ਬਾਉਂਡਰੀ ਦੀ, ਠੀਕ ਹੈ। ਸਭ ਤੋਂ ਜ਼ਿਆਦਾ ਜੇਕਰ ਆਪਾਂ ਗੱਲ ਕਰੀਏ ਤਾਂ ਗੁਜਰਾਤ ਜਿਹੜਾ ਟੱਚ ਕਰਦਾ, ਕੋਸਟਲ ਬਾਉਂਡਰੀ ਦੀ ਗੱਲ ਕਰੀਏ ਤਾਂ ਜਿਹੜਾ ਸਭ ਤੋਂ ਜ਼ਿਆਦਾ ਕੌਣ ਟੱਚ ਕਰਦਾ ਜੀ, ਗੁਜਰਾਤ ਟੱਚ ਕਰਦਾ ਜੀ 1,600 ਕਿਲੋਮੀਟਰ, ਠੀਕ ਹੈ। 1,600 ਕਿਲੋਮੀਟਰ ਜਿਹੜੀ ਨਾਲ ਟੱਚ ਕਰਦੀ ਹੈ, ਸਭ ਤੋਂ ਜ਼ਿਆਦਾ ਜਿਹੜਾ ਗੁਜਰਾਤ ਟੱਚ ਕਰਦਾ ਜੀ 1,600 ਕਿਲੋਮੀਟਰ। ਦੂਸਰੇ ਨੰਬਰ 'ਤੇ ਜਿਹੜਾ ਟੱਚ ਕਰਦਾ ਜੀ ਉਹ ਆਂਧਰਾ ਪ੍ਰਦੇਸ਼ ਟੱਚ ਕਰਦਾ, ਤੀਸਰੇ ਨੰਬਰ 'ਤੇ ਤਾਮਿਲਨਾਡੂ ਟੱਚ ਕਰਦਾ, ਸਭ ਤੋਂ ਜਿਹੜਾ ਘੱਟ ਟੱਚ ਕਰਦਾ ਜੀ ਉਹ ਗੋਆ ਕਰਦਾ ਜੀ 131 ਕਿਲੋਮੀਟਰ ਟੱਚ ਕਰਦਾ ਜੀ। ਕੋਸਟਲ ਬਾਉਂਡਰੀ ਦੀ ਆਪਾਂ ਗੱਲ ਕਰੀਏ, ਕੋਸਟਲ ਬਾਉਂਡਰੀ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਟੱਚ ਕਰਦਾ ਜੀ ਉਹ ਟੱਚ ਹੁੰਦਾ ਜੀ ਗੁਜਰਾਤ ਦੇ ਨਾਲ 1,600 ਕਿਲੋਮੀਟਰ। ਦੂਸਰੇ ਨੰਬਰ 'ਤੇ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਟੱਚ ਕਰਦਾ ਜੀ, ਤੀਸਰੇ ਨੰਬਰ 'ਤੇ ਗੱਲ ਕਰੀਏ ਤਾਂ ਤਾਮਿਲਨਾਡੂ ਟੱਚ ਕਰਦਾ ਜੀ, ਅਤੇ ਸਭ ਤੋਂ ਘੱਟ ਟੱਚ ਕੌਣ ਕਰਦਾ, ਸਭ ਤੋਂ ਘੱਟ ਜਿਹੜਾ ਟੱਚ ਹੈ ਜੀ ਉਹ ਗੋਆ ਕਰਦਾ ਜੀ 131 ਕਿਲੋਮੀਟਰ ਗੋਆ, ਠੀਕ ਹੈ ਜੀ। ਕੋਸਟਲ ਬਾਉਂਡਰੀ ਦੀ ਆਪਾਂ ਗੱਲ ਕਰ ਰਹੇ ਹਾਂ, ਠੀਕ ਹੈ ਜੀ। ਭਾਰਤ ਦੇ ਸਮੁੰਦਰ ਨਾਲ ਟੋਟਲ ਜਿਹੜੀਆਂ 9 ਸਟੇਟਸ ਜਿਹੜੀਆਂ ਟੱਚ ਕਰਦੀਆਂ ਨੇ, ਹੈ ਨਾ, ਟੋਟਲ 9 ਸਟੇਟ ਟੱਚ ਕਰਦੀਆਂ ਨੇ। ਸੋ ਸ਼੍ਰੀਲੰਕਾ ਅਤੇ ਮਾਲਦੀਪ ਵਿੱਚ ਐਡ ਕਰਕੇ ਟੋਟਲ ਜਿਹੜੀਆਂ ਭਾਰਤ ਦੇ ਸਮੁੰਦਰ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ 9 ਜਿਹੜੀਆਂ ਸਟੇਟਸ ਆ ਉਹ ਟੱਚ ਆ ਉਹ ਕਰਦੀਆਂ ਨੇ, ਠੀਕ ਹੈ। 7 ਇਹ ਅਤੇ 2 ਜਿਹੜੀਆਂ ਵਿੱਚ ਹੋਰ ਐਡ ਸ਼੍ਰੀਲੰਕਾ ਅਤੇ ਮਾਲਦੀਪ ਕਰਦੇ ਨੇ, ਠੀਕ ਹੈ ਜੀ। ਆਪਾਂ ਕੋਸਟਲ ਜਿਹੜੀ ਬਾਉਂਡਰੀ ਦੀ ਜਿਹੜੀ ਗੱਲ ਹੈ ਉਹ ਕਰ ਰਹੇ ਸੀਗੇ, ਠੀਕ ਹੈ ਜੀ। ਸਭ ਤੋਂ ਜ਼ਿਆਦਾ ਜਿਹੜਾ ਗੁਜਰਾਤ ਹੈ 1,600 ਕਿਲੋਮੀਟਰ, ਫਿਰ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਗੋਆ, ਠੀਕ ਹੈ, ਇਹ ਟੱਚ ਕਰਦੇ ਆ। ਉਸ ਤੋਂ ਅੱਗੇ ਆ ਗਿਆ ਜੀ ਲੈਂਡ ਬਾਉਂਡਰੀ ਦੀ ਗੱਲ ਕਰੀਏ, ਜ਼ਮੀਨੀ ਹਿੱਸੇ ਦੀ ਗੱਲ ਕਰੀਏ, 15,200 ਕਿਲੋਮੀਟਰ ਹੈਗਾ ਜੀ ਜ਼ਮੀਨੀ ਹਿੱਸੇ ਦੀ ਗੱਲ ਕਰੀਏ। ਬਾਉਂਡਰੀ ਦੀ ਗੱਲ ਕਰੀਏ, ਲੈਂਡ ਬਾਉਂਡਰੀ ਦੀ ਗੱਲ ਕਰੀਏ ਤਾਂ 15,200 ਜਿਹੜਾ ਕਿਲੋਮੀਟਰ ਹੈਗੀ ਹੈ ਜੀ ਲੈਂਡ ਬਾਉਂਡਰੀ। 7 ਕੰਟਰੀਜ਼ ਦੇ ਨਾਲ ਇਹ ਟੱਚ ਕਰਦੀ ਹੈ ਜੀ ਇਹ ਬਾਉਂਡਰੀ। ਇਸ ਬਾਉਂਡਰੀ ਦੀ ਗੱਲ ਕਰੀਏ, ਲੈਂਡ ਬਾਉਂਡਰੀ ਦੀ ਗੱਲ ਕਰੀਏ ਤਾਂ 7 ਕੰਟਰੀਜ਼ ਦੇ ਨਾਲ ਟੱਚ ਕਰਦੀ ਹੈ ਜੀ ਇਹ ਬਾਉਂਡਰੀ। 7 ਕੰਟਰੀ ਕਿਹੜੇ ਕਿਹੜੇ ਨੇ? ਸੋ ਫਸਟ ਹੈਗਾ ਜੀ ਪਾਕਿਸਤਾਨ, ਫਸਟ ਬਾਉਂਡਰੀ ਹੈਗੀ ਜਿਹਦੀ ਪਾਕਿਸਤਾਨ। ਸੈਕਿੰਡ ਹੈਗੀ ਜੀ ਅਫਗਾਨਿਸਤਾਨ, ਥਰਡ ਹੈਗਾ ਜੀ ਚਾਈਨਾ, ਫੋਰਥ ਹੈਗਾ ਜੀ ਨੇਪਾਲ, ਫਿਫਥ ਹੈਗਾ ਜੀ ਭੂਟਾਨ, ਸਿਕਸ ਹੈਗਾ ਜੀ ਬੰਗਲਾਦੇਸ਼, ਅਤੇ 7 ਨੰਬਰ 'ਤੇ ਹੈ ਜੀ ਮਾਇਨਮਾਰ। ਸੋ 7 ਕੰਟਰੀ ਜਿਹੜੇ ਟੱਚ ਕਰਦੇ ਆ ਜੀ ਉਹ ਟੱਚ ਕਰਦੇ ਆ ਜੀ ਲੈਂਡ ਬਾਉਂਡਰੀ ਦੇ ਨਾਲ। ਪਾਕਿਸਤਾਨ ਟੱਚ ਕਰਦਾ ਜੀ ਲੈਂਡ ਬਾਉਂਡਰੀ ਦੇ ਨਾਲ, ਅਫਗਾਨਿਸਤਾਨ ਟੱਚ ਕਰਦਾ ਜੀ, ਠੀਕ ਹੈ, ਪਾਕਿਸਤਾਨ ਟੱਚ ਕਰਦਾ ਜੀ, ਅਫਗਾਨਿਸਤਾਨ ਟੱਚ ਕਰਦਾ ਜੀ, ਚਾਈਨਾ ਟੱਚ ਕਰਦਾ ਜੀ, ਨੇਪਾਲ ਟੱਚ ਕਰਦਾ ਜੀ, ਭੂਟਾਨ ਟੱਚ ਕਰਦਾ ਜੀ, ਬੰਗਲਾਦੇਸ਼ ਟੱਚ ਕਰਦਾ ਜੀ, ਅਤੇ ਮਿਆਂਮਾਰ ਜਿਹੜਾ ਟੱਚ ਹੈ ਉਹ ਕਰਦਾ ਜੀ। 7 ਟੱਚ ਕਰਦੇ ਆ ਜੀ। ਨੈਕਸਟ ਆ ਗਿਆ ਜੀ ਬੰਗਲਾਦੇਸ਼, ਬੰਗਲਾਦੇਸ਼ ਦੀ ਆਪਾਂ ਜੇਕਰ ਗੱਲ ਕਰੀਏ
ਤਾਂ ਸਭ ਤੋਂ ਜ਼ਿਆਦਾ ਜਿਹੜੀ ਬਾਉਂਡਰੀ ਟੱਚ ਉਹ ਕਰਦੀ ਹੈ ਜੀ, ਉਹ ਬੰਗਲਾਦੇਸ਼ ਦੇ ਨਾਲ ਕਰਦੀ ਹੈ। ਠੀਕ ਹੈ, ਆਪਾਂ ਗੱਲ ਕਰ ਰਹੇ ਹਾਂ ਇਹ ਜਿਹੜੇ 7 ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਬਾਰੇ ਦੇ ਵਿੱਚ ਆਪਾਂ ਜਿਹੜੀ ਗੱਲ ਹੈ ਉਹ ਕਰਾਂਗੇ, ਕਿੰਨੀ ਕਿੰਨੀ ਬਾਉਂਡਰੀ ਟੱਚ ਕਰਦੀ ਹੈ। ਸੋ ਸਭ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ। ਸੋ ਬੰਗਲਾਦੇਸ਼ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੀ ਬਾਉਂਡਰੀ ਉਹ ਟੱਚ ਕਰਦੀ ਹੈ ਜੀ ਭਾਰਤ ਦੇ ਨਾਲ। ਬੰਗਲਾਦੇਸ਼ ਜਿਹੜਾ ਬਣਿਆ ਸੀ ਜੀ ਉਹ 1977 ਦੇ 1900 ਬੰਗਲਾਦੇਸ਼ ਜਿਹੜਾ ਬਣਿਆ ਜੀ ਇਹ ਬਣਿਆ ਜੀ 1971 ਦੇ ਵਿੱਚ ਬਣਿਆ ਜੀ। ਬਾਕੀ ਆਪਾਂ ਚੈੱਕ ਕਰ ਲੈਂਦੇ ਹਾਂ ਇੱਕ ਵਾਰੀ ਕਾਪੀ ਤੋਂ। ਸੋ ਬੰਗਲਾਦੇਸ਼ ਜਿਹੜਾ ਬਣਿਆ ਜੀ 1971 ਦੇ ਵਿੱਚ ਬਣਿਆ ਹੈ। ਠੀਕ ਹੈ, ਕਰਜ਼ਨ ਦੀ ਵੰਡ ਦੀ ਜਿਹੜੀ ਹੋਈ ਸੀ, ਕਰਜ਼ਨ ਦੀ ਵੰਡ ਤਾਂ ਉਦੋਂ ਇਹ ਹੁਣ ਦੇ ਵਿੱਚ ਆਇਆ, ਉਦੋਂ ਇਹ ਬਣਿਆ ਬੰਗਲਾਦੇਸ਼ 1971 ਦੇ ਵਿੱਚ ਬਣਿਆ ਹੈਗਾ ਜੀ। ਸੋ ਥਰਡ ਨੰਬਰ 'ਤੇ ਜੀ, ਕਿੰਨੀ ਬਾਉਂਡਰੀ ਭਾਰਤ ਦੇ ਨਾਲ ਟੱਚ ਹੁੰਦੀ ਹੈ ਬੰਗਲਾਦੇਸ਼ ਦੀ? ਜੇਕਰ ਆਪਾਂ ਗੱਲ ਕਰੀਏ ਕਿ ਭਾਰਤ ਦੇ ਨਾਲ ਹੁੰਦੀ ਤਾਂ ਸਭ ਤੋਂ ਜ਼ਿਆਦਾ ਬਾਉਂਡਰੀ ਟੱਚ ਹੈ, ਪਰ ਕਿੰਨੀ ਬਾਉਂਡਰੀ ਟੱਚ ਹੁੰਦੀ ਹੈ? ਤਾਂ ਜੇਕਰ ਆਪਾਂ ਗੱਲ ਕਰੀਏ ਤਾਂ 4096 ਕਿਲੋਮੀਟਰ ਜਿਹੜਾ ਹੈ ਬਾਉਂਡਰੀ ਜਿਹੜੀ ਟੱਚ ਹੈ ਉਹ ਹੁੰਦੀ ਹੈ 4096। ਠੀਕ ਹੈ, 4096, 4096 ਜਿਹੜੀ ਕਿਲੋਮੀਟਰ ਜਿਹੜੀ ਲੌਂਗੈਸਟ ਜਿਹੜੀ ਬਾਉਂਡਰੀ ਉਹ ਹੈਗੀ ਹੈ ਜੀ, ਜਿਹੜੀ ਭਾਰਤ ਦੇ ਨਾਲ ਜਿਹੜੀ ਟੱਚ ਹੈ ਉਹ ਕਰਦੀ ਹੈ। ਸੋ ਕਿਹੜੇ ਦੇਸ਼ ਜਿਹੜੇ ਟੱਚ ਕਰਦੇ ਨੇ ਜੀ? ਠੀਕ ਹੈ, ਕਿਹੜੇ ਦੇਸ਼ ਜਿਹੜੇ ਆ ਜਿਹੜੇ ਟੱਚ ਹੈ ਉਹ ਕਰਦੇ ਨੇ? ਸੋ ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ। ਠੀਕ ਹੈ, ਕਿਹੜੇ ਰਾਜ ਟੱਚ ਕਰਦੇ ਨੇ? ਸੋ ਇੱਦਾਂ ਰਾਜ ਲਿਖਣੇ ਸੀ ਇੱਥੇ, ਕਿਹੜੇ ਜਿਹੜੇ ਰਾਜ ਟੱਚ ਕਰਦੇ ਨੇ? ਸੋ ਕਿਹੜੇ ਕਿਹੜੇ ਜਿਹੜੇ ਰਾਜ ਨੇ ਉਹ ਟੱਚ ਕਰਦੇ ਨੇ ਬੰਗਲਾਦੇਸ਼ ਦੇ ਨਾਲ ਭਾਰਤ ਦੇ? ਸੋ ਟੱਚ ਕਰਦੇ ਨੇ ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ। ਸੋ ਪੱਛਮੀ ਬੰਗਾਲ ਟੱਚ ਕਰਦਾ ਜੀ ਬੰਗਾਲ ਦੇ ਨਾਲ, ਠੀਕ ਆ, ਅਸਾਮ ਟੱਚ ਕਰਦਾ ਜੀ, ਮੇਘਾਲਿਆ ਟੱਚ ਕਰਦਾ ਜੀ, ਤ੍ਰਿਪੁਰਾ ਅਤੇ ਮਿਜ਼ੋਰਮ ਇਹ ਟੱਚ ਕਰਦੇ ਨੇ ਜੀ। ਨੈਕਸਟ ਆ ਜਾਓ ਜੀ, ਨਦੀਆਂ, ਨਦੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸੋ ਟਿਸਟਾ ਡਿਸਪਿਊਟ ਚੱਲ ਰਿਹਾ ਜੀ ਭਾਰਤ ਅਤੇ ਬੰਗਲਾ ਦੇ ਵਿੱਚ। ਇੱਕ ਜਿਹੜੀ ਨਦੀ ਹੈ ਜੀ ਬੰਗਲਾਦੇਸ਼ ਨੂੰ ਅਤੇ ਭਾਰਤ ਨੂੰ ਲੈ ਕੇ ਜਿਹੜਾ ਇੱਕ ਡਿਸਪਿਊਟ ਚੱਲ ਰਿਹਾ ਜੀ, ਉਹ ਨਦੀ ਹੈਗੀ ਹੈ ਜੀ ਟਿਸਟਾ, ਟਿਸਟਾ ਡਿਸਪਿਊਟ ਜਿਹੜਾ ਨਦੀ ਦਾ ਨਾਮ ਹੈ ਜੀ ਟਿਸਟਾ। ਠੀਕ ਹੈ, ਇਹ ਜਿਹੜਾ ਡਿਸਪਿਊਟ ਹੈ ਉਹ ਚੱਲ ਰਿਹਾ ਜੀ ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਚਾਈਨਾ ਦੇਸ਼ ਦੀ। ਸੋ ਚਾਈਨਾ ਕਿੰਨੀ ਬਾਉਂਡਰੀ ਨਾਲ ਜਿਹੜੀ ਟੱਚ ਹੁੰਦੀ ਹੈ ਇੰਡੀਆ ਦੇ? ਕਿਹੜੀਆਂ ਕਿਹੜੀਆਂ ਸਟੇਟਸ ਨੇ? ਠੀਕ ਹੈ, ਸੋ ਸਭ ਦੇ ਬਾਰੇ ਦੇ ਵਿੱਚ ਆਪਾਂ ਪੜ੍ਹਦੇ ਹਾਂ। ਕਿਹੜੀ ਲਾਈਨ ਕਿਹਾ ਜਾਂਦਾ ਜਿਹੜੀ ਇੰਡੀਆ ਅਤੇ ਚਾਈਨਾ ਦੇ ਵਿੱਚ ਆਉਂਦੀ ਹੈ? ਸੋ ਉਹਨਾਂ ਬਾਰੇ ਦੇ ਵਿੱਚ ਆਪਾਂ ਪੜ੍ਹਦੇ ਹਾਂ ਜੀ। ਚੀਨ ਦੇ ਨਾਲ ਜੇਕਰ ਟੋਟਲ ਆਪਾਂ ਗੱਲ ਕਰੀਏ ਤਾਂ ਭਾਰਤ ਜਿਹੜਾ ਹੈ 3488 ਕਿਲੋਮੀਟਰ ਜਿਹੜਾ ਟੱਚ ਆ ਉਹ ਕਰਦਾ ਜੀ ਚੀਨ ਜਿਹੜਾ ਭਾਰਤ ਦੇ ਨਾਲ ਜਿਹੜਾ ਜਿਹੜੀ ਇਹਨਾਂ ਦੀ ਬਾਉਂਡਰੀ ਹੈ ਟੱਚ ਕਰਦੀ ਹੈ ਜੀ। 3488 ਕਿਲੋਮੀਟਰ ਜਿਹੜਾ ਟੱਚ ਕਰਦਾ ਜੀ ਚੀਨ ਭਾਰਤ ਦੇ ਨਾਲ, ਚੀਨ ਨਾਲ 3488 ਕਿਲੋਮੀਟਰ ਜਿਹੜਾ ਟੱਚ ਆ ਉਹ ਕਰਦੇ ਆ। ਅਤੇ ਟੋਟਲ ਜਿਹੜੀਆਂ ਸਟੇਟਸ ਆ ਉਹ ਕਿਹੜੀਆਂ ਕਿਹੜੀਆਂ ਲੱਗਦੀਆਂ ਜੀ ਚੀਨ ਦੇ ਨਾਲ? ਹਿਮਾਚਲ ਪ੍ਰਦੇਸ਼, ਸੋ ਹਿਮਾਚਲ ਪ੍ਰਦੇਸ਼ ਹੈ ਜੀ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਮ ਅਤੇ ਜੰਮੂ ਕਸ਼ਮੀਰ ਜਿਹੜੀ ਯੂਟੀ ਹੈ। ਠੀਕ ਹੈ, ਇਹ ਜਿਹੜੀਆਂ ਜਿਹੜੀਆਂ ਚੀਨ ਦੇ ਨਾਲ ਜਿਹੜਾ ਟੱਚ ਹੈ ਉਹ ਕਰਦਾ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਮ ਅਤੇ ਜੰਮੂ ਐਂਡ ਕਸ਼ਮੀਰ ਜਿਹੜੀ ਕਿ ਹੁਣ ਯੂਟੀ ਹੈ। ਠੀਕ ਹੈ ਜੀ, ਇਹ ਜਿਹੜੀਆਂ ਸਟੇਟਸ ਹੈ ਟੱਚ ਕਰਦੀਆਂ ਜੀ ਚੀਨ ਦੇ ਨਾਲ।
ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਅਤੇ ਜੰਮੂ ਕਸ਼ਮੀਰ। ਨੈਕਸਟ ਹੈ ਜੀ ਚਾਈਨਾ ਅਤੇ ਭਾਰਤ ਦੇ ਵਿੱਚ ਲਾਈਨ, ਜਿਹੜੀ ਲਾਈਨ ਜਾਂ ਥਾਂ ਜਿਹੜੀ ਹੈ ਚਾਈਨਾ ਅਤੇ ਭਾਰਤ ਨੂੰ ਅਲੱਗ ਅਲੱਗ ਕਰਦੀ ਆ, ਉਸ ਲਾਈਨ ਨੂੰ ਕੀ ਕਿਹਾ ਜਾਂਦਾ ਹੈ? ਚਾਈਨਾ ਅਤੇ ਭਾਰਤ ਦੇ ਵਿੱਚ, ਚਾਈਨਾ ਅਤੇ ਭਾਰਤ ਦੇ ਵਿੱਚ ਇੱਕ ਲਾਈਨ ਹੈ ਜੀ, ਚਾਈਨਾ ਅਤੇ ਭਾਰਤ ਦੇ ਵਿੱਚ ਇੱਕ ਲਾਈਨ ਹੈ, ਉਹ ਲਾਈਨ ਜਿਹੜੀ ਹੈ ਉਸ ਲਾਈਨ ਨੂੰ ਕੀ ਕਿਹਾ ਜਾਂਦਾ, ਜਿਹੜੀ ਕਿ ਚਾਈਨਾ ਨੂੰ ਅਤੇ ਭਾਰਤ ਦੋਨਾਂ ਨੂੰ ਜਿਹੜੀ ਅਲੱਗ ਕਰਦੀ ਹੈ, ਤਾਂ ਉਸ ਲਾਈਨ ਨੂੰ ਜਿਹੜਾ ਕਿਹਾ ਜਾਂਦਾ ਜੀ ਮੈਕਮੋਹਨ ਲਾਈਨ ਬੋਲਿਆ ਜਾਂਦਾ ਜੀ, ਮੈਕਮੋਹਨ ਲਾਈਨ। ਠੀਕ ਹੈ ਜੀ, ਉਹ ਲਾਈਨ ਕਿਹੜੀ ਹੈ ਜੀ? ਮੈਕਮੋਹਨ ਜਿਹੜੀ ਲਾਈਨ ਹੈ ਜੀ, ਉਹ ਵਾਲੀ ਲਾਈਨ ਕਿਹੜੀ ਹੈ ਜੀ? ਮੈਕਮੋਹਨ ਲਾਈਨ ਹੈ ਜੀ, ਚਾਈਨਾ ਅਤੇ ਭਾਰਤ ਦੇ ਵਿੱਚ ਇੱਕ ਲਾਈਨ ਹੈ ਜਾਂਦੀ ਹੈ, ਜਿਹੜੀ ਸਪੇਸ ਹੈ ਜੀ, ਤਾਂ ਉਸ ਸਪੇਸ ਨੂੰ ਕੀ ਕਿਹਾ ਜਾਂਦਾ ਜੀ? ਉਹਨੂੰ ਮੈਕਮੋਹਨ ਜਿਹੜੀ ਲਾਈਨ ਹੈ ਉਹ ਕਿਹਾ ਜਾਂਦਾ। ਇਹ ਵੀ ਇੰਪੋਰਟੈਂਟ ਹੈ, ਕੁਸਚਨ ਪੁੱਛਿਆ ਜਾਂਦਾ ਜੀ। ਨੈਕਸਟ ਹੈ ਜੀ 1959 ਵਿੱਚ ਤਿੱਬਤ ਨੂੰ ਚੀਨ ਨੇ ਆਪਣੇ ਅੰਡਰ ਕਰ ਲਿਆ ਸੀ। ਸੋ ਚੀਨ ਸੀ ਜਿਹੜਾ, ਇਹਨੇ ਜਿਹੜਾ ਸੀਗਾ 1959 ਦੇ ਵਿੱਚ, 1959 ਦੇ ਵਿੱਚ ਤਿੱਬਤ ਨੂੰ ਆਪਣੇ ਅੰਡਰ ਕਰ ਲਿਆ ਸੀਗਾ, ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਸੀ। ਇਹ ਵਾਲੀ ਜਿਹੜੀ ਲੜਾਈ ਚੱਲੀ ਸੀ ਇਹ 1906 ਤੋਂ ਲੈ ਕੇ 1912 ਤੱਕ, 1906 ਤੋਂ ਲੈ ਕੇ 1912 ਤੱਕ ਇਹ ਜਿਹੜੀ ਲੜਾਈ ਹੈ ਉਹ ਚੱਲਦੀ ਰਹੀ ਹੈ, 1906 ਤੋਂ ਲੈ ਕੇ 1912 ਤੱਕ। 1914 ਦੇ ਵਿੱਚ ਜਾ ਕੇ ਜਿਹੜਾ ਸੀ ਤਿੱਬਤ ਨੇ ਜਿਹੜਾ ਕਿਹਾ ਕਿ ਅਸੀਂ ਜਿਹੜੇ, ਇਹ ਜਦੋਂ ਲੜਾਈ ਹੋਈ 1906 ਤੋਂ ਲੈ ਕੇ 1912 ਤੱਕ, ਠੀਕ ਹੈ, ਉਸ ਤੋਂ ਬਾਅਦ 1914 ਦੇ ਵਿੱਚ ਇੱਕ ਵੀ ਤਿੱਬਤ ਨੇ ਕਹਿ ਦਿੱਤਾ ਕਿ ਅਸੀਂ ਆਜ਼ਾਦ ਹਾਂ, ਸਾਡੇ 'ਤੇ ਚੀਨ ਦਾ ਜਿਹੜਾ ਕਬਜ਼ਾ ਹੈ ਉਹ ਨਹੀਂ ਹੈਗਾ। ਫਿਰ ਜਾ ਕੇ ਚੀਨ ਨੇ ਜਿਹੜਾ ਸੀ 1959 ਦੇ ਵਿੱਚ ਹਮਲਾ ਕਰਤਾ ਚੀਨ ਨੇ ਤਿੱਬਤ 'ਤੇ, ਤਾਂ ਉਹਨੂੰ ਆਪਣੇ ਅੰਡਰ ਜਿਹੜਾ ਔਫੀਸ਼ੀਅਲ ਲਗਾ ਲਓ ਤੁਸੀਂ, ਔਫੀਸ਼ੀਅਲੀ ਜਿਹੜਾ ਅੰਡਰ ਕਰ ਲਿਆ ਸੀ ਤਿੱਬਤ ਨੂੰ ਚੀਨ ਨੇ, ਉਹ ਕੀਤਾ ਸੀ 1959 ਦੇ ਵਿੱਚ। ਪਰ ਜਿਹੜੀ ਲੜਾਈ ਚੱਲਦੀ ਰਹੀ ਸੀ ਇਹ 1906 ਤੋਂ ਲੈ ਕੇ 1912 ਤੱਕ ਚੱਲੀ, ਬਟ 1914 ਵਿੱਚ ਤਿੱਬਤ ਕਹਿੰਦਾ ਵੀ ਅਸੀਂ ਆਜ਼ਾਦ ਹਾਂ, ਅਤੇ ਫਿਰ ਜਾ ਕੇ ਚੀਨ ਨੇ ਜਿਹੜਾ ਸੀ 1959 ਦੇ ਵਿੱਚ, 1959 ਦੇ ਵਿੱਚ ਫਿਰ ਜਿਹੜਾ ਸੀ ਤਿੱਬਤ ਜਿਹੜਾ ਹਮਲਾ ਕਰਕੇ ਅਤੇ ਉਹਨੂੰ ਆਪਣੇ ਅੰਡਰ ਜਿਹੜਾ ਔਫੀਸ਼ੀਅਲੀ ਉਹ ਕਰ ਲਿਆ ਸੀਗਾ। ਸੋ ਇਹ ਸੀਗਾ ਜੀ ਚਾਈਨਾ ਦੇ ਬਾਰੇ ਦੇ ਵਿੱਚ, ਠੀਕ ਹੈ, ਮੈਕਮੋਹਨ ਲਾਈਨ ਹੈ ਜੀ, ਇਹਨੂੰ ਯਾਦ ਰੱਖਣਾ ਤੁਸੀਂ, ਚਾਈਨਾ ਅਤੇ ਭਾਰਤ ਦੇ ਵਿੱਚ ਜਿਹੜੀ ਲਾਈਨ ਹੈ ਜੀ, ਜਿੱਥੋਂ ਪਤਾ ਲੱਗਦਾ ਕਿ ਇਹ ਜਿਹੜੀ ਇੱਧਰਲਾ ਪਾਸਾ ਚਾਈਨਾ ਦਾ, ਉੱਧਰਲਾ ਭਾਰਤ ਦਾ, ਤਾਂ ਮੈਕਮੋਹਨ ਲਾਈਨ ਹੈ ਜੀ। ਨੈਕਸਟ ਆ ਜਾਓ ਜੀ, ਹੁਣ ਚਾਈਨਾ ਦੀ ਤਾਂ ਆਪਾਂ ਗੱਲ ਕਰ ਲਈ, ਹੁਣ ਆਪਾਂ ਗੱਲ ਕਰਨੀ ਆ ਮਿਆਂਮਾਰ ਦੀ। ਨੈਕਸਟ ਆਪਾਂ ਗੱਲ ਕਰ ਰਹੇ ਹਾਂ ਜੀ ਮਿਆਂਮਾਰ ਦੇ ਬਾਰੇ ਦੇ ਵਿੱਚ। ਸੋ ਇਹਦਾ ਜਿਹੜਾ ਓਲਡ ਨੇਮ ਦੀ ਗੱਲ ਕਰੀਏ ਤਾਂ ਮਿਆਂਮਾਰ ਨੂੰ ਜਿਹੜਾ ਦਾ ਓਲਡ ਨੇਮ ਸੀ ਇਹਦਾ, ਇਹਨੂੰ ਜਿਹੜਾ ਬਰਮਾ ਕਿਹਾ ਜਾਂਦਾ ਸੀ, ਬਰਮਾ ਦੇ ਨਾਮ ਇਹਨੂੰ ਨਾਮ ਲਿਆ ਜਾਂਦਾ ਸੀਗਾ ਜੀ ਮਿਆਂਮਾਰ ਦਾ। ਸੋ ਪਹਿਲਾਂ ਜਿਹੜਾ ਸੀ ਬਰਮਾ ਸੀ ਜਿਹੜਾ ਇਹ ਭਾਰਤ ਦਾ ਹਿੱਸਾ ਸੀਗਾ, 1937 ਦੇ ਵਿੱਚ ਡਿਸਪਿਊਟ ਤੋਂ ਬਾਅਦ ਅਲੱਗ ਹੋ ਗਿਆ। ਤਾਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜਾ ਬਰਮਾ ਸੀ ਇਹ ਭਾਰਤ ਦਾ ਹਿੱਸਾ ਸੀਗਾ। 1937 ਦੇ ਵਿੱਚ ਡਿਸਪਿਊਟ ਹੋਇਆ, ਲੜਾਈ ਹੋਈ, ਤਾਂ ਉਦੋਂ ਜਿਹੜਾ ਬਰਮਾ ਹੈ ਜੀ ਭਾਰਤ ਤੋਂ ਜਿਹੜਾ ਅਲੱਗ ਆ ਉਹ ਹੋ ਗਿਆ। ਸੋ ਇਹਦੀ ਜੇਕਰ ਆਪਾਂ ਬਾਉਂਡਰੀ ਦੀ ਗੱਲ ਕਰੀਏ ਤਾਂ ਇਹਦੀ ਜਿਹੜੀ ਬਾਉਂਡਰੀ ਹੈ ਜੀ ਉਹ 1647 ਕਿਲੋਮੀਟਰ ਜਿਹੜੀ ਟੱਚ ਹੈ ਉਹ ਹੁੰਦੀ ਹੈ। ਇਹਦੀ ਬਾਉਂਡਰੀ ਦੀ ਗੱਲ ਕਰੀਏ ਤਾਂ ਇਹਦੀ ਜਿਹੜੀ ਬਾਉਂਡਰੀ ਹੈ ਜੀ ਭਾਰਤ ਦੇ ਨਾਲ, ਇਹਦੀ ਬਾਉਂਡਰੀ ਦੀ ਗੱਲ ਕਰੀਏ ਤਾਂ 1647 ਕਿਲੋਮੀਟਰ ਜਿਹੜੀ ਟੱਚ ਹੁੰਦੀ ਹੈ ਜੀ ਇਹਦੀ ਬਾਉਂਡਰੀ ਭਾਰਤ ਦੇ ਨਾਲ। ਸੋ ਭਾਰਤ ਦੇ ਨਾਲ ਮਿਆਂਮਾਰ ਦੀ ਜਿਹੜੀ ਬਾਉਂਡਰੀ ਹੈ ਜੀ ਇਹ 1647 ਕਿਲੋਮੀਟਰ ਜਿਹੜੀ ਟੱਚ ਆ ਹੁੰਦੀ ਹੈ ਜੀ, 1647 ਕਿਲੋਮੀਟਰ ਟੱਚ ਹੁੰਦੀ ਹੈ। ਸਟੇਟਸ ਦੀ ਗੱਲ ਕਰੀਏ, ਕਿਹੜੀਆਂ ਕਿਹੜੀਆਂ ਜਿਹੜੀਆਂ ਸਟੇਟਸ ਆ, ਕਿਹੜੇ ਕਿਹੜੇ ਰਾਜ ਹੈ ਜੀ ਭਾਰਤ ਦੇ, ਉਹ ਮਿਆਂਮਾਰ ਦੇ ਨਾਲ ਲੱਗਦੇ ਆ,
ਉਹ ਲੱਗਦੇ ਆ ਜੀ ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼। ਇਹ ਚਾਰ ਜਿਹੜੀਆਂ ਸਟੇਟਸ ਆ, ਚਾਰ ਜਿਹੜੇ ਰਾਜ ਆ ਜੀ, ਇਹ ਭਾਰਤ ਦੇ ਇਹ ਮਿਆਂਮਾਰ ਦੇ ਨਾਲ ਲੱਗਦੇ ਆ ਜੀ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼। ਇਹ ਮਿਆਂਮਾਰ ਦੇ ਨਾਲ ਲੱਗਦੇ ਆ ਜੀ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼। ਅਤੇ ਟੋਟਲ ਬਾਉਂਡਰੀ ਦੀ ਗੱਲ ਕਰੀਏ ਤਾਂ 1647 ਕਿਲੋਮੀਟਰ ਜਿਹੜੀ ਆ ਬਾਉਂਡਰੀ ਆ ਟੱਚ ਕਰਦੀ ਹੈ ਜੀ ਭਾਰਤ ਦੀ ਮਿਆਂਮਾਰ ਦੇ ਨਾਲ। ਨੈਕਸਟ ਆਪਾਂ ਗੱਲ ਕਰਾਂਗੇ ਜੀ ਪਾਕਿਸਤਾਨ ਦੀ, ਠੀਕ ਆ ਜੀ। ਪਾਕਿਸਤਾਨ ਦੀ ਗੱਲ ਕਰਦੇ ਹਾਂ ਜੀ, ਕਿੰਨੀ ਬਾਉਂਡਰੀ ਆ, ਕਿਹੜੀਆਂ ਕਿਹੜੀਆਂ ਸਟੇਟਸ ਆ, ਸੋ ਸਾਰੀ ਗੱਲ ਕਰਾਂਗੇ। ਸੋ ਪਾਕਿਸਤਾਨ ਦੀ ਆਪਾਂ ਗੱਲ ਕਰੀਏ ਤਾਂ ਸੋ ਭਾਰਤ ਦੀ ਪਾਕਿਸਤਾਨ ਦੀ ਸੋ ਆਪਾਂ ਗੱਲ ਕਰੀਏ ਤਾਂ ਭਾਰਤ ਦੀ ਜਿਹੜੀ ਬਾਉਂਡਰੀ ਉਹ ਸ਼ੇਅਰ ਹੁੰਦੀ ਹੈ ਜਿਹੜੀ ਪਾਕਿਸਤਾਨ ਦੇ ਨਾਲ ਹੁੰਦੀ ਹੈ ਜੀ, ਇਹ 3323 ਵੀ ਇਹਨੂੰ ਹੋ ਸਕਦੀ, ਆਪਸ਼ਨ ਦੇ ਵਿੱਚ ਆ ਸਕਦੀ, ਜਾਂ 3310 ਵੀ ਆ ਸਕਦੀ, 3323, 3000 ਜਾਂ 3310। ਸੋ ਇਹ ਦੋਨੋਂ ਬਾਉਂਡਰੀਜ਼ ਨੇ, ਸੋ ਕੋਈ ਵੀ ਆਪਸ਼ਨ ਦੇ ਵਿੱਚ ਆ ਜਾਏ ਤਾਂ ਤੁਸੀਂ ਜਿਹੜਾ ਟਿੱਕਿਆ ਉਹ ਕਰ ਦੇਣਾ। 3323 ਅਤੇ 3310 ਕਿਲੋਮੀਟਰ ਜਿਹੜੀ ਬਾਉਂਡਰੀ ਹੈ ਉਹ ਸ਼ੇਅਰ ਕਰਦਾ ਜੀ ਪਾਕਿਸਤਾਨ ਦੇ ਨਾਲ। ਕਿਹੜੀਆਂ ਕਿਹੜੀਆਂ ਸਟੇਟਸ ਹੈ, ਜਿਹੜੀਆਂ ਰਾਜ ਨੇ ਜਿਹੜੇ ਭਾਰਤ ਦੇ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਨੇ, ਕਿਹੜੀਆਂ ਕਿਹੜੀਆਂ ਸਟੇਟ ਨੇ ਜਿਹੜੀਆਂ ਪਾਕਿਸਤਾਨ ਦੇ ਨਾਲ ਲੱਗਦੀਆਂ ਭਾਰਤ ਦੀਆਂ? ਪੰਜਾਬ ਲੱਗਦਾ ਜੀ, ਰਾਜਸਥਾਨ ਲੱਗਦਾ ਅਤੇ ਗੁਜਰਾਤ ਲੱਗਦਾ। ਪੰਜਾਬ, ਰਾਜਸਥਾਨ ਅਤੇ ਗੁਜਰਾਤ ਇਹ ਤਿੰਨ ਜਿਹੜੇ ਰਾਜ ਨੇ ਜੀ, ਇਹ ਪਾਕਿਸਤਾਨ ਦੇ ਨਾਲ ਜਿਹੜੇ ਲੱਗਦੇ ਨੇ ਉਹਦੀ ਬਾਉਂਡਰੀ ਦੇ ਨਾਲ। ਪੰਜਾਬ, ਰਾਜਸਥਾਨ ਅਤੇ ਗੁਜਰਾਤ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਇਹ ਤਿੰਨ ਜਿਹੜੇ ਰਾਜ ਹੈ ਜੀ, ਇਹ ਪਾਕਿਸਤਾਨ ਦੇ ਨਾਲ ਜਿਹੜੇ ਲੱਗਦੇ ਨੇ, ਉਹਦੀ ਜਿਹੜੀ ਬਾਉਂਡਰੀ ਦੇ ਨਾਲ ਜਿਹੜੇ ਲੱਗਦੇ ਨੇ। ਪੰਜਾਬ ਵਾਲੀ ਸਾਈਡ ਤੋਂ ਜਿਹੜਾ ਪਾਕਿਸਤਾਨ ਦੀ ਜਿਹੜੀ ਹੱਦ ਸ਼ੁਰੂ ਹੁੰਦੀ ਹੈ, ਰਾਜਸਥਾਨ ਉੱਥੋਂ ਹੱਦ ਸ਼ੁਰੂ ਹੁੰਦੀ ਹੈ, ਅਤੇ ਗੁਜਰਾਤ, ਠੀਕ ਹੈ ਜੀ, ਇਹ ਤਿੰਨ ਜਿਹੜੇ ਸਟੇਟਸ ਨੇ। ਸੋ ਸਭ ਤੋਂ ਜ਼ਿਆਦਾ ਜੇਕਰ ਆਪਾਂ ਗੱਲ ਕਰੀਏ ਇਹਨਾਂ ਤਿੰਨਾਂ ਸਟੇਟ ਦੀ ਗੱਲ ਕਰੀਏ, ਰਾਜ ਦੀ ਗੱਲ ਕਰੀਏ, ਤਾਂ ਸਭ ਤੋਂ ਜ਼ਿਆਦਾ ਜਿਹੜਾ ਰਾਜਸਥਾਨ ਹੈ, 10,035 ਕਿਲੋਮੀਟਰ ਬਾਉਂਡਰੀ ਜਿਹੜੀ ਟੱਚ ਕਰਦੀ ਹੈ। ਸਭ ਤੋਂ ਜ਼ਿਆਦਾ ਜੇਕਰ ਆਪਾਂ ਬਾਉਂਡਰੀ ਦੀ ਗੱਲ ਕਰੀਏ ਤਾਂ ਰਾਜਸਥਾਨ ਦੀ ਬਾਉਂਡਰੀ ਜਿਹੜੀ ਟੱਚ ਕਰਦੀ ਹੈ ਜੀ ਭਾਰਤ ਦੇ ਨਾਲ, ਰਾਜਸਥਾਨ ਦੀ ਜਿਹੜੀ ਬਾਉਂਡਰੀ ਉਹ ਟੱਚ ਕਰਦੀ ਹੈ ਜੀ ਭਾਰਤ ਦੇ ਨਾਲ। 1,035 ਕਿਲੋਮੀਟਰ ਬਾਉਂਡਰੀ ਸਭ ਤੋਂ ਜ਼ਿਆਦਾ ਜਿਹੜੀ ਟੱਚ ਕਰਦੀ ਹੈ। ਅਤੇ ਪੰਜਾਬ ਦੀ ਬਾਉਂਡਰੀ ਦੀ ਗੱਲ ਕਰੀਏ ਤਾਂ 553 ਕਿਲੋਮੀਟਰ ਜਿਹੜੀ ਟੱਚ ਕਰਦੀ, ਜੇਕਰ ਆਪਾਂ ਪੰਜਾਬ ਦੀ ਜੇਕਰ ਬਾਉਂਡਰੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਜਿਹੜੀ ਬਾਉਂਡਰੀ ਹੈ ਜੀ ਪਾਕਿਸਤਾਨ ਦੇ ਨਾਲ ਉਹ 553 ਕਿਲੋਮੀਟਰ ਜਿਹੜੀ ਟੱਚ ਆ ਉਹ ਕਰਦੀ ਹੈ। ਅਤੇ ਜਿਵੇਂ ਆਪਾਂ ਭਾਰਤ ਅਤੇ ਚੀਨ ਦੇ ਵਿੱਚ ਇੱਕ ਲਾਈਨ ਪੜ੍ਹੀ ਸੀ ਮੈਕ ਮੋਹਨ ਲਾਈਨ ਦੇ ਬਾਰੇ ਦੇ ਵਿੱਚ ਆਪਾਂ ਪੜ੍ਹਿਆ ਸੀ, ਉੱਦਾਂ ਲਾਈਨ ਇੱਕ ਜਿਹੜੀ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਵੀ ਜਿਹੜੀ ਖਿੱਚੀ ਗਈ ਹੈ ਜੀ, ਪਾਕਿਸਤਾਨ ਅਤੇ ਭਾਰਤ ਦੇ ਵਿੱਚ ਵੀ ਇੱਕ ਜਿਹੜੀ ਲਾਈਨ ਹੈ ਜੀ ਉਹ ਖਿੱਚੀ ਗਈ ਹੈ। ਅਤੇ ਉਹ ਲਾਈਨ ਕਿਹੜੀ ਹੈ ਜੀ, ਉਸ ਲਾਈਨ ਨੂੰ ਜਿਹੜਾ ਕਿਹਾ ਜਾਂਦਾ ਜੀ ਰੈੱਡ ਕਲਿਫਟ, ਰੈੱਡ ਕਲਿਫਟ ਲਾਈਨ ਕਿਹਾ ਜਾਂਦਾ ਜੀ। 1947 ਦੇ ਵਿੱਚ ਇਹ ਲਾਈਨ ਖਿੱਚੀ ਗਈ ਸੀ ਜੀ, ਰੈੱਡ ਕਲਿਫਟ ਲਾਈਨ ਹੈ ਜੀ, ਰੈੱਡ ਕਲਿਫਟ ਲਾਈਨ ਹੈ ਜੀ, ਠੀਕ ਹੈ ਜੀ, ਪਾਕਿਸਤਾਨ ਅਤੇ ਭਾਰਤ ਦੇ ਵਿੱਚ ਖਿੱਚੀ ਗਈ ਲਾਈਨ। ਇਹਦੇ 'ਤੇ ਵੀ ਜਿਹੜੇ ਕੁਸਚਨ ਹੈ ਉਹ ਪੁੱਛ ਲਏ ਜਾਂਦੇ ਨੇ ਜੀ। ਸੋ ਨੈਕਸਟ ਆ ਜਾਓ ਜੀ, ਨੈਕਸਟ ਆਪਾਂ ਚੱਲਦੇ ਹਾਂ ਜੀ ਅਫਗਾਨਿਸਤਾਨ ਦੇ ਵੱਲ। ਸਭ ਤੋਂ ਘੱਟ ਜਿਹੜੀ ਬਾਉਂਡਰੀ ਜਿਹੜੀ ਟੱਚ ਕਰਦੀ ਹੈ ਜੀ ਭਾਰਤ ਦੀ ਉਹ ਜਿਹੜੀ ਅਫਗਾਨਿਸਤਾਨ ਦੇ ਨਾਲ ਕਰਦੀ ਹੈ। ਸਭ ਤੋਂ ਜਿਹੜੀ ਘੱਟ ਜਿਹੜੀ ਬਾਉਂਡਰੀ ਟੱਚ ਕਰਦੀ ਹੈ ਜੀ ਉਹ ਕਰਦੀ ਹੈ ਅਫਗਾਨਿਸਤਾਨ ਦੀ। 106 ਕਿਲੋਮੀਟਰ ਜਿਹੜੀ ਟੱਚ ਕਰਦੀ ਹੈ ਜੀ ਬਾਉਂਡਰੀ, 106 ਕਿਲੋਮੀਟਰ ਟੱਚ ਕਰਦੀ ਹੈ ਜੀ ਅਫਗਾਨਿਸਤਾਨ ਦੇ ਨਾਲ। ਅਫਗਾਨਿਸਤਾਨ ਦੀ ਗੱਲ ਕਰੀਏ ਤਾਂ ਸਭ ਤੋਂ ਘੱਟ ਜਿਹੜੀ ਬਾਉਂਡਰੀ ਭਾਰਤ ਦੀ ਜਿਹੜੀ ਟੱਚ ਹੁੰਦੀ ਹੈ ਜੀ ਅਫਗਾਨਿਸਤਾਨ ਦੇ ਨਾਲ, 106 ਕਿਲੋਮੀਟਰ ਜਿਹੜੀ ਟੱਚ ਹੈ ਉਹ ਹੁੰਦੀ ਹੈ ਜੀ।
ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ ਵੀ ਇੱਕ ਲਾਈਨ ਹੈ ਜਿਹਨੂੰ ਜਿਹੜਾ ਡੋਰੰਡ ਲਾਈਨ ਹੈ, ਜਿਹੜਾ ਡੁਰੰਡ ਜਿਹੜਾ ਲਾਈਨ ਹੈ ਉਹ ਜਿਹੜਾ ਕਿਹਾ ਜਾਂਦਾ ਹੈ। ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਵੀ ਇੱਕ ਲਾਈਨ ਹੈ ਨੀ, ਜਿਹਨੂੰ ਜਿਹੜਾ ਡੁਰੰਡ ਜਿਹੜੀ ਲਾਈਨ ਹੈ ਉਹ ਜਿਹੜਾ ਕਿਹਾ ਜਾਂਦਾ ਹੈ ਜੀ, ਭਾਰਤ ਅਤੇ ਅਫਗਾਨਿਸਤਾਨ ਵਿਚਲੀ ਲਾਈਨ ਨੂੰ। ਜੰਮੂ ਕਸ਼ਮੀਰ ਦਾ ਥੋੜ੍ਹਾ ਜਿਹਾ ਜਿਹੜਾ ਪਾਰਟ ਹੈ ਉਹ ਟੱਚ ਕਰਦਾ ਹੈ ਜੀ, ਸੋ ਜੰਮੂ ਕਸ਼ਮੀਰ ਦਾ ਜਿਹੜਾ ਥੋੜ੍ਹਾ ਜਿਹਾ ਪਾਰਟ ਹੈ ਟੱਚ ਕਰਦਾ ਜੀ ਭਾਰਤ ਦੇ ਨਾਲ, ਮੌਜੂਦਾ ਲੱਦਾਖ ਜਿਹੜਾ ਉਹ ਟੱਚ ਕਰਦਾ ਹੈ ਕਿਉਂਕਿ ਇਹ ਯੂਟੀ ਬਣ ਗਿਆ ਹੈ। ਠੀਕ ਹੈ, ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਥੋੜ੍ਹਾ ਜਿਹਾ ਜਿਹੜਾ ਪਾਰਟ ਹੈ ਉਹ ਟੱਚ ਕਰਦਾ ਹੈ, ਅਤੇ ਮੌਜੂਦਾ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਤਾਂ ਲੱਦਾਖ ਜਿਹੜਾ ਉਹ ਟੱਚ ਕਰਦਾ ਹੈ ਕਿਉਂਕਿ ਇਹ ਜਿਹੜਾ ਹੁਣ ਯੂਟੀ ਬਣ ਚੁੱਕਿਆ ਹੈ। ਸੋ ਇਹ ਅਫਗਾਨਿਸਤਾਨ ਦੀ ਗੱਲ ਸੀਗੀ। ਨੈਕਸਟ ਆ ਗਏ ਜੀ ਨੇਪਾਲ 'ਤੇ ਚੱਲਦੇ ਹਾਂ ਜੀ। ਨੇਪਾਲ ਕੀ ਹੈ ਜੀ, ਨੇਪਾਲ ਜਿਹੜਾ ਇਹਦੇ ਨਾਲ ਜਿਹੜੀ ਬਾਉਂਡਰੀ ਲੱਗਦੀ ਹੈ ਜੀ ਭਾਰਤ ਦੀ, ਉਹ 1850 ਕਿਲੋਮੀਟਰ ਬਾਉਂਡਰੀ ਜਿਹੜੀ ਸ਼ੇਅਰ ਕਰਦਾ ਜੀ। ਨੇਪਾਲ ਹੈ ਜਿਹੜਾ ਇਹ ਭਾਰਤ ਦੇ ਨਾਲ 1850 ਕਿਲੋਮੀਟਰ ਜਿਹੜੀ ਬਾਉਂਡਰੀ ਉਹ ਸ਼ੇਅਰ ਕਰਦਾ ਹੈ। ਭਾਰਤ ਨੇਪਾਲ ਦੇ ਨਾਲ ਜਿਹੜਾ 1850 ਕਿਲੋਮੀਟਰ ਜਿਹੜੀ ਬਾਉਂਡਰੀ ਹੈ ਸ਼ੇਅਰ ਕਰਦਾ ਹੈ ਜੀ, ਨੇਪਾਲ ਦੇ ਨਾਲ ਭਾਰਤ ਆਪਣੀ ਬਾਉਂਡਰੀ ਸ਼ੇਅਰ ਕਰਦਾ ਜੀ 1850 ਕਿਲੋਮੀਟਰ। ਠੀਕ ਹੈ, ਕਿਹੜੀਆਂ ਕਿਹੜੀਆਂ ਸਟੇਟ ਹੈ ਜੀ ਭਾਰਤ ਦੀਆਂ ਨੇਪਾਲ ਦੇ ਨਾਲ ਟੱਚ ਕਰਦੀਆਂ ਜੀ, ਉਹਨਾਂ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਹਾਂ। ਕਿਹੜੀਆਂ ਕਿਹੜੀਆਂ ਸਟੇਟਸ ਹੈ ਜੀ, ਕਿਹੜੇ ਕਿਹੜੇ ਰਾਜ ਹੈ ਜੀ ਜਿਹੜੇ ਨੇਪਾਲ ਦੇ ਨਾਲ ਟੱਚ ਹੁੰਦੇ ਨੇ? ਫਸਟ ਹੈ ਜੀ ਯੂਕੇ, ਉੱਤਰਾਖੰਡ। ਠੀਕ ਹੈ, ਉੱਤਰਾਖੰਡ ਜਿਹੜਾ ਕਰਦਾ ਜੀ, ਉੱਤਰਾਖੰਡ ਟੱਚ ਕਰਦਾ ਜੀ ਨੇਪਾਲ ਦੇ ਨਾਲ। ਵੈਸਟ ਬੰਗਾਲ ਟੱਚ ਹੋਊਗਾ, ਉੱਤਰ ਪ੍ਰਦੇਸ਼ ਟੱਚ ਹੁੰਦਾ ਜੀ, ਬਿਹਾਰ ਟੱਚ ਹੁੰਦਾ ਅਤੇ ਸਿੱਕਮ ਟੱਚ ਹੁੰਦਾ। ਭਾਰਤ ਦੇ ਨੇਪਾਲ ਦੇ ਨਾਲ ਜਿਹੜੀ ਬਾਉਂਡਰੀ ਟੱਚ ਹੁੰਦੀ ਹੈ, ਅਤੇ ਉਸ ਬਾਉਂਡਰੀ ਦੇ ਨਾਲ ਉੱਤਰਾਖੰਡ ਟੱਚ ਕਰਦਾ ਜੀ, ਵੈਸਟ ਬੰਗਾਲ ਟੱਚ ਕਰਦਾ ਜੀ, ਉੱਤਰ ਪ੍ਰਦੇਸ਼ ਟੱਚ ਕਰਦਾ ਜੀ, ਠੀਕ ਹੈ, ਬਿਹਾਰ ਟੱਚ ਕਰਦਾ ਅਤੇ ਸਿੱਕਮ ਟੱਚ ਕਰਦਾ। ਠੀਕ ਹੈ ਜੀ, ਸਟੇਟ ਜਿਹੜੀਆਂ ਭਾਰਤ ਦੀਆਂ ਨੇਪਾਲ ਦੇ ਨਾਲ ਜਿਹੜੀਆਂ ਟੱਚ ਆ ਉਹ ਹੁੰਦੀਆਂ ਨੇ, ਉੱਤਰਾਖੰਡ ਟੱਚ ਹੁੰਦਾ ਜੀ, ਵੈਸਟ ਬੰਗਾਲ ਟੱਚ ਹੁੰਦਾ ਜੀ, ਉੱਤਰ ਪ੍ਰਦੇਸ਼ ਟੱਚ ਹੁੰਦਾ ਜੀ, ਬਿਹਾਰ ਟੱਚ ਹੁੰਦਾ ਅਤੇ ਸਿੱਕਮ ਟੱਚ ਹੁੰਦਾ। ਨੇਪਾਲ ਅਤੇ ਭਾਰਤ ਨੂੰ ਜਿਹੜਾ ਕਾਲੀ ਰਿਵਰ ਅਲੱਗ ਕਰਦੀ ਹੈ, ਜੇਕਰ ਆਪਾਂ ਗੱਲ ਕਰੀਏ ਨੇਪਾਲ ਅਤੇ ਭਾਰਤ ਨੂੰ ਕਿਹੜੀ ਰਿਵਰ ਅਲੱਗ ਕਰਦੀ ਹੈ, ਤਾਂ ਨੇਪਾਲ ਅਤੇ ਭਾਰਤ ਨੂੰ ਜਿਹੜੀ ਕਾਲੀ ਰਿਵਰ ਜਿਹੜੀ ਹੈ, ਜਿਹਨੂੰ ਕਾਲਾ ਪਾਣੀ ਕਿਹਾ ਦਿੱਤਾ ਜਾਂਦਾ, ਸੋ ਕਾਲੀ ਰਿਵਰ ਉਹ ਅਲੱਗ ਕਰਦੀ ਹੈ ਜੀ ਨੇਪਾਲ ਅਤੇ ਭਾਰਤ ਨੂੰ, ਕਾਲੀ ਰਿਵਰ ਅਲੱਗ ਕਰਦੀ ਹੈ ਜੀ ਕਾਲਾ ਪਾਣੀ, ਜਿਹਨੂੰ ਕਾਲਾ ਪਾਣੀ ਕਹਿ ਦਿੱਤਾ ਜਾਂਦਾ। ਠੀਕ ਹੈ, ਕਾਲੀ ਰਿਵਰ ਅਲੱਗ ਕਰਦੀ ਹੈ ਭਾਰਤ ਅਤੇ ਨੇਪਾਲ ਨੂੰ। ਨੈਕਸਟ ਆ ਜਾਓ ਜੀ। ਸੋ ਇਹ ਸੀਗਾ ਜੀ ਜਿਹੜੇ ਆਪਾਂ ਜਿਹੜੀਆਂ ਬਾਉਂਡਰੀਜ਼ ਜਿਹੜੀਆਂ ਆਪਾਂ ਪੜ੍ਹੀਆਂ ਨੇ, ਲੈਂਡ ਬਾਉਂਡਰੀਜ਼ ਦੀ ਆਪਾਂ ਜਿਹੜੀ ਗੱਲ ਆ ਉਹ ਕੀਤੀ ਹੈ। ਸੋ ਇੱਕ ਜਿਹੜਾ ਸੀਕੁਐਂਸ ਉਹ ਕਰ ਲੈਂਦੇ ਹਾਂ ਜੀ ਆਪਾਂ ਭਾਰਤ ਦੀ ਬਾਉਂਡਰੀ ਜਿਹੜੀ ਬਾਕੀ ਦੇਸ਼ਾਂ ਦੇ ਨਾਲ, ਜੇਕਰ ਸੀਕੁਐਂਸ ਦੀ ਆਪਾਂ ਜਿਹੜੀ ਇੱਕ ਗੱਲ ਕਰ ਲੈਂਦੇ ਹਾਂ, ਸੋ ਇਹਦੇ ਨਾਲ ਜਿਹੜਾ ਸੌਖਾ ਹੈ ਉਹ ਹੋ ਜਾਂਦਾ। ਸੋ ਬੰਗਲਾਦੇਸ਼ ਦੀ ਜਿਹੜੀ ਬਾਉਂਡਰੀ ਹੈ ਜੀ ਉਹ 4096 ਕਿਲੋਮੀਟਰ ਹੈ। ਚੀਨ ਦੀ ਬਾਉਂਡਰੀ ਹੈ ਜੀ 3488 ਕਿਲੋਮੀਟਰ ਹੈ। ਪਾਕਿਸਤਾਨ ਦੀ ਬਾਉਂਡਰੀ 3323 ਕਿਲੋਮੀਟਰ ਹੈ। ਨੇਪਾਲ ਦੀ ਬਾਉਂਡਰੀ 1751 ਜੀ। ਮਿਆਂਮਾਰ ਦੀ ਬਾਉਂਡਰੀ ਹੈ ਜੀ 1643 ਹੈ ਜੀ। ਭੂਟਾਨ ਦੀ ਬਾਉਂਡਰੀ ਹੈ ਜੀ 699 ਕਿਲੋਮੀਟਰ ਹੈ ਜੀ। ਅਫਗਾਨਿਸਤਾਨ ਦੀ ਬਾਉਂਡਰੀ ਹੈ ਜਿਹੜੀ ਜੀ ਉਹ 106 ਕਿਲੋਮੀਟਰ ਹੈ ਜੀ। ਸੋ ਭਾਰਤ ਦੀ ਜਿਹੜੀ ਬਾਉਂਡਰੀ ਹੈ ਜੀ ਬਾਕੀ ਦੇਸ਼ਾਂ ਦੇ ਨਾਲ ਆਉਂਦਾ, ਜਿਹੜਾ ਸੀਕੁਐਂਸ ਕੀ ਹੈ ਜੀ ਉਹਦੀ ਬਾਉਂਡਰੀ ਨੂੰ ਲੈ ਕੇ, ਠੀਕ ਹੈ, ਬੰਗਲਾਦੇਸ਼ 4096 ਕਿਲੋਮੀਟਰ ਹੈ ਜੀ। ਬੰਗਲਾਦੇਸ਼ 4096 ਕਿਲੋਮੀਟਰ ਹੈ ਜੀ। ਚੀਨ 3400 ਚੀਨ 3488 ਕਿਲੋਮੀਟਰ ਹੈ ਜੀ। ਪਾਕਿਸਤਾਨ 3323 ਕਿਲੋਮੀਟਰ ਹੈ ਜੀ।
ਨੇਪਾਲ 1,751 ਕਿਲੋਮੀਟਰ ਹੈ ਜੀ, ਮਿਆਂਮਾਰ 1,643 ਕਿਲੋਮੀਟਰ ਹੈ ਜੀ, ਭੂਟਾਨ 699 ਕਿਲੋਮੀਟਰ ਹੈ ਜੀ, ਅਫਗਾਨਿਸਤਾਨ 1,006 ਕਿਲੋਮੀਟਰ ਹੈ ਜੀ। ਸੋ ਭਾਰਤ ਦੀ ਬਾਉਂਡਰੀ ਬਾਕੀ ਦੇਸ਼ਾਂ ਦੇ ਨਾਲ ਜਿਹੜਾ ਸੀਕੁਐਂਸ ਹੈ ਉਹ ਕੀ ਹੈ ਜੀ, ਉਹ ਇੱਕ ਜਿਹੜਾ ਤੁਹਾਨੂੰ ਜਿਹੜਾ ਸੌਖੇ ਤਰੀਕੇ ਦੇ ਨਾਲ ਜਿਹੜਾ ਸਮਝਾਇਆ, ਠੀਕ ਹੈ ਜੀ, ਸਾਰਾ ਇਕੱਠਾ ਕਰਕੇ। ਸੋ ਨੈਕਸਟ ਆ ਜਾਓ ਜੀ, ਆਪਾਂ ਨੈਕਸਟ ਆਪਾਂ ਗੱਲ ਕਰਦੇ ਹਾਂ, ਨੈਕਸਟ ਵੀ ਜਿਹੜੇ ਪੁਆਇੰਟ ਹੈ ਕੁਝ ਜੀ ਇੰਪੋਰਟੈਂਟ ਪੁਆਇੰਟ ਹੈ ਜੀ, ਉਹਨਾਂ ਦੀ ਗੱਲ ਕਰਦੇ ਹਾਂ। ਸਾਡੇ ਸਾਰੇ ਭਾਰਤ ਦੇ ਵਿੱਚ 17 ਸਟੇਟਸ ਅਜਿਹੇ ਨੇ ਜਿਹੜੇ ਕਿਸੇ ਨਾ ਕਿਸੇ ਦੇਸ਼ ਨਾਲ ਆਪਣੀ ਬਾਉਂਡਰੀ ਸ਼ੇਅਰ ਕਰਦੇ ਹਨ। ਜੇਕਰ ਕੁਐਸਚਨ ਆ ਜਾਂਦਾ ਜੀ ਭਾਰਤ ਦੇ ਕਿੰਨੇ ਸਟੇਟ ਜਿਹੜੇ ਆ ਉਹ ਜਿਹੜੇ ਆ ਜਿਨ੍ਹਾਂ ਦੀ ਜਿਹੜੀ ਬਾਉਂਡਰੀ ਆ ਆਪਣੀ ਜਿਹੜੀ ਸ਼ੇਅਰ ਆ ਉਹ ਕਰਦੇ ਨੇ, ਹੈ ਨਾ, ਦੂਸਰੇ ਦੇਸ਼ਾਂ ਦੇ ਨਾਲ, ਹੈ ਨਾ। ਸਾਡੇ ਸਾਰੇ ਭਾਰਤ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ 17 ਰਾਜ ਨੇ ਜਿਹੜੇ ਕਿਸੇ ਦੇਸ਼ ਦੇ ਨਾਲ ਆਪਣੀ ਬਾਉਂਡਰੀ ਜਿਹੜੀ ਬਾਉਂਡਰੀ ਉਹ ਸ਼ੇਅਰ ਕਰਦੇ ਆ, ਅਤੇ 11 ਸਟੇਟਸ ਕਿਸੇ ਨਾਲ ਵੀ ਆਪਣੀ ਜਿਹੜੀ ਬਾਉਂਡਰੀ ਉਹ ਸ਼ੇਅਰ ਨਹੀਂ ਕਰਦੇ। ਅਤੇ 11 ਜਿਹੜੀਆਂ ਸਟੇਟ ਨੇ 11 ਸਟੇਟ ਨੇ ਉਹ ਅਜਿਹੀਆਂ ਨੇ ਜਿਹੜੀਆਂ ਕਿਸੇ ਨਾਲ ਵੀ ਆਪਣੀ ਬਾਉਂਡਰੀ ਸ਼ੇਅਰ ਨਹੀਂ ਕਰਦੀਆਂ। ਸੋ ਇਹਦੇ ਵਿੱਚ ਜਿਹੜੀ ਕਰ ਆਪਾਂ ਫਸਟ ਗੱਲ ਕਰੀਏ ਤਾਂ 17 ਸਟੇਟਸ ਕਿਹੜੀਆਂ ਨੇ ਜਿਹੜੀਆਂ ਬਾਉਂਡਰੀ ਦੂਸਰੇ ਦੇਸ਼ਾਂ ਦੇ ਨਾਲ ਜਿਹੜੀਆਂ ਸ਼ੇਅਰ ਆ ਉਹ ਕਰਦੇ ਆ। ਵੈਸਟ ਬੰਗਾਲ ਕਰਦਾ ਜੀ, ਮਿਜ਼ੋਰਮ, ਠੀਕ ਹੈ, ਨਾਗਾਲੈਂਡ, ਮੇਘਾਲਿਆ, ਨਾਗਾਲੈਂਡ ਡਬਲ ਹੋ ਗਿਆ ਜੀ, ਬਿਹਾਰ ਹੈ ਜੀ, ਹਿਮਾਚਲ ਪ੍ਰਦੇਸ਼ ਹੈ, ਜੰਮੂ ਕਸ਼ਮੀਰ ਹੈ, ਗੁਜਰਾਤ ਹੈ ਜੀ, ਅਸਾਮ ਹੈ, ਤ੍ਰਿਪੁਰਾ ਹੈ, ਅਰੁਣਾਚਲ ਪ੍ਰਦੇਸ਼ ਹੈ ਜੀ, ਉੱਤਰਾਖੰਡ ਹੈ ਜੀ, ਪੰਜਾਬ ਹੈ, ਰਾਜਸਥਾਨ ਹੈ, ਸਿੱਕਮ ਹੈ ਜੀ, ਉੱਤਰ ਪ੍ਰਦੇਸ਼ ਹੈ, ਠੀਕ ਹੈ। ਇੱਕ ਜਿਹੜਾ ਡਬਲ ਹੋਇਆ, ਇੱਕ ਮਿਸ ਹੈ ਇਹਦੇ 'ਚੋਂ। ਸੋ 17 ਜਿਹੜੀਆਂ ਸਟੇਟਸ ਨੇ ਉਹ ਟੱਚ ਕਰਦੀਆਂ ਜੀ ਦੂਸਰੇ ਦੇਸ਼ਾਂ ਦੇ ਨਾਲ ਆਪਣੀ ਜਿਹੜੀ ਬਾਉਂਡਰੀ ਜਿਹੜੀ ਟੱਚ ਹੁੰਦੀ ਹੈ 17 ਸਟੇਟਸ ਦੀ ਹੁੰਦੀ ਹੈ। ਵੈਸਟ ਬੰਗਾਲ, ਮਿਜ਼ੋਰਮ, ਨਾਗਾਲੈਂਡ, ਮੇਘਾਲਿਆ, ਬਿਹਾਰ, ਹਿਮਾਚਲ ਪ੍ਰਦੇਸ਼, ਹੈ ਨਾ, ਅਤੇ ਜੰਮੂ ਕਸ਼ਮੀਰ, ਗੁਜਰਾਤ, ਅਸਾਮ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਰਾਜਸਥਾਨ, ਸਿੱਕਮ ਅਤੇ ਉੱਤਰ ਪ੍ਰਦੇਸ਼। ਸੋ ਇਹ 17 ਜਿਹੜੀਆਂ ਸਟੇਟਸ ਹੈ ਇਹਨਾਂ ਦੀ ਬਾਉਂਡਰੀ ਟੱਚ ਹੁੰਦੀ ਹੈ, ਅਤੇ ਜਿਹੜੀਆਂ 11 ਰਹਿ ਗਈਆਂ ਉਹ ਕਿਸੇ ਨਾਲ ਵੀ ਆਪਣੀ ਬਾਉਂਡਰੀ ਉਹ ਸ਼ੇਅਰ ਨਹੀਂ ਕਰਦੇ। ਨੈਕਸਟ ਆ ਜਾਓ, ਨੈਕਸਟ ਹੈਗਾ ਜੀ ਇੰਪੋਰਟੈਂਟ ਕੁਛ ਜਿਹੜੇ ਪੁਆਇੰਟਸ ਨੇ ਜਿਨ੍ਹਾਂ ਦੇ ਬਾਰੇ ਦੇ ਵਿੱਚ ਵੀ ਜਿਹੜਾ ਪਤਾ ਹੋਣਾ ਚਾਹੀਦਾ ਹੈ। ਸੋ ਇਹਦੇ ਵਿੱਚ ਵੀ ਜਿਹੜੇ ਕੁਐਸਚਨ ਹੈ ਉਹ ਪੁੱਛ ਲਏ ਜਾਂਦੇ ਆ। ਫਸਟ ਹੈ ਜੀ 8 ਡਿਗਰੀ ਚੈਨਲ। 8 ਡਿਗਰੀ ਚੈਨਲ ਹੈ ਜੀ ਇਹ ਮਾਲਦੀਵ ਅਤੇ ਮਿਨੀ ਕੋਏ ਨੂੰ ਵੱਖਰਾ ਕਰਦਾ ਹੈ। 8 ਡਿਗਰੀ ਪੁੱਛ ਲਿਆ ਜਾਂਦਾ, 8 ਡਿਗਰੀ ਚੈਨਲ ਕਿਹਦੇ ਨਾਲ ਸੰਬੰਧਿਤ ਹੈ, ਜਾਂ ਮਾਲਦੀਵ ਅਤੇ ਮਿਨੀ ਕੋਏ ਨੂੰ ਵੱਖ ਕਰਨ ਵਾਲਾ ਚੈਨਲ ਕਿਹੜਾ ਹੈ, ਤਾਂ 8 ਡਿਗਰੀ ਜਿਹੜਾ ਚੈਨਲ ਹੈ ਉਹ ਤੁਸੀਂ ਜਿਹੜਾ ਲਿਖੋਗੇ। ਸੋ 8 ਡਿਗਰੀ ਚੈਨਲ ਹੈ ਜੀ ਜਿਹੜਾ 8 ਡਿਗਰੀ ਚੈਨਲ ਹੈ ਜੀ ਇਹ ਮਾਲਦੀਵ ਅਤੇ ਮਿਨੀ ਕੋਏ ਨੂੰ ਜਿਹੜਾ ਵੱਖਰਾ ਹੈ ਉਹ ਕਰਦਾ ਜੀ। ਮਾਲਦੀਪ ਅਤੇ ਮਿੰਨੀ ਕੋਏ ਨੂੰ ਜਿਹੜਾ ਵੱਖਰਾ ਹੈ ਉਹ ਕਰਦਾ ਹੈ। ਸੋ 90 ਡਿਗਰੀ ਜਿਹੜਾ ਚੈਨਲ ਦੀ ਗੱਲ ਕਰੀਏ ਤਾਂ 90 ਡਿਗਰੀ ਜਿਹੜਾ ਚੈਨਲ ਹੈ ਜੀ ਇਹ ਲਕਸ਼ਦੀਪ ਅਤੇ ਮਿੰਨੀ ਕੋਏ ਨੂੰ ਅਲੱਗ ਕਰਦਾ ਹੈ। 90 ਡਿਗਰੀ ਜੇਕਰ ਆਪਾਂ ਚੈਨਲ ਦੀ ਗੱਲ ਕਰੀਏ, 90 ਡਿਗਰੀ ਚੈਨਲ ਦੀ ਗੱਲ ਕਰੀਏ ਤਾਂ ਇਹ ਜਿਹੜਾ ਚੈਨਲ ਹੈ ਜੀ ਲਕਸ਼ਦੀਪ ਅਤੇ ਮਿੰਨੀ ਕੋਏ ਨੂੰ ਜਿਹੜਾ ਅਲੱਗ ਕਰਦਾ ਜੀ, ਲਕਸ਼ਦੀਪ ਅਤੇ ਮਿੰਨੀ ਕੋਏ ਨੂੰ ਅਲੱਗ ਕਰਦਾ ਹੈ। ਨੈਕਸਟ ਆ ਜਾਓ ਜੀ 10 ਡਿਗਰੀ ਚੈਨਲ ਦੀ ਗੱਲ ਕਰੀਏ ਤਾਂ 10 ਡਿਗਰੀ ਜਿਹੜਾ ਚੈਨਲ ਹੈ ਜੀ ਅੰਡੇਮਾਨ ਅਤੇ ਨਿਕੋਬਾਰ ਨੂੰ ਅਲੱਗ ਕਰਦਾ ਜੀ। 10 ਡਿਗਰੀ ਚੈਨਲ ਹੈ ਜਿਹੜਾ 10 ਡਿਗਰੀ ਜਿਹੜਾ ਚੈਨਲ ਹੈ ਜੀ ਇਹ ਅੰਡੇਮਾਨ ਅਤੇ ਨਿਕੋਬਾਰ ਨੂੰ ਅਲੱਗ ਕਰਦਾ ਜੀ। 10 ਡਿਗਰੀ ਚੈਨਲ ਅਲੱਗ ਕਰਦਾ ਜੀ ਅੰਡੇਮਾਨ ਅਤੇ ਨਿਕੋਬਾਰ ਨੂੰ ਅਲੱਗ ਕਰਦਾ ਹੈ।
ਨੈਕਸਟ ਆ ਗਿਆ ਜੀ ਗ੍ਰੇਟ ਚੈਨਲ। ਗ੍ਰੇਟ ਚੈਨਲ ਦੀ ਗੱਲ ਕਰੀਏ ਤਾਂ ਸੁਮਾਤਰਾ ਦੇ ਵਿੱਚ ਹੈ। ਗ੍ਰੇਟ ਚੈਨਲ ਕਿੱਥੇ ਆ ਜੀ? ਸੁਮਾਤਰਾ ਦੇ ਵਿੱਚ ਹੈ ਜੀ। ਇਹ ਇੰਡੋਨੇਸ਼ੀਆ ਅਤੇ ਨਿਕੋਬਾਰ ਨੂੰ ਅਲੱਗ ਕਰਦਾ ਜੀ। ਗ੍ਰੇਟ ਚੈਨਲ ਕਿਹਨੂੰ ਅਲੱਗ ਕਰਦਾ ਜੀ? ਇੰਡੋਨੇਸ਼ੀਆ ਅਤੇ ਨਿਕੋਬਾਰ ਨੂੰ ਜਿਹੜਾ ਅਲੱਗ ਆ ਕਰਦਾ ਸੁਮਾਤਰਾ ਦੇ ਵਿੱਚ ਹੈ ਜੀ। ਗ੍ਰੇਟ ਚੈਨਲ ਕਿੱਥੇ ਆ ਜੀ? ਗ੍ਰੇਟ ਚੈਨਲ ਹੈਗਾ ਜੀ ਸੁਮਾਤਰਾ ਦੇ ਵਿੱਚ। ਗ੍ਰੇਟ ਚੈਨਲ ਕਿੱਥੇ ਆ ਜੀ? ਸੁਮਾਤਰਾ ਦੇ ਵਿੱਚ ਹੈ ਅਤੇ ਇਹ ਇੰਡੋਨੇਸ਼ੀਆ ਅਤੇ ਨਿਕੋਬਾਰ ਨੂੰ ਜਿਹੜਾ ਅਲੱਗ ਹੈ ਉਹ ਕਰਦਾ ਜੀ। ਗ੍ਰੇਟ ਚੈਨਲ ਕਿੱਥੇ ਆ ਜੀ? ਗ੍ਰੇਟ ਚੈਨਲ ਹੈਗਾ ਜੀ ਸੁਮਾਤਰਾ ਦੇ ਵਿੱਚ। ਗ੍ਰੇਟ ਚੈਨਲ ਹੈਗਾ ਸੁਮਾਤਰਾ ਦੇ ਵਿੱਚ ਅਤੇ ਇਹ ਜਿਹੜਾ ਗ੍ਰੇਟ ਚੈਨਲ ਹੈ ਜੀ ਇਹ ਇੰਡੋਨੇਸ਼ੀਆ ਅਤੇ ਨਿਕੋਬਾਰ ਨੂੰ ਜਿਹੜਾ ਅਲੱਗ ਹੈ ਉਹ ਕਰਦਾ ਜੀ। ਨੈਕਸਟ ਆ ਜਾਓ ਜੀ ਪਾਕ ਸਟਰੇਟ ਦੀ ਗੱਲ ਕਰੀਏ। ਪਾਕ ਸਟਰੇਟ ਕਿੱਥੇ ਆ ਜੀ? ਭਾਰਤ ਅਤੇ ਸ਼੍ਰੀ ਲੰਕਾ ਦੇ ਵਿੱਚ, ਠੀਕ ਹੈ। ਪਾਕ ਸਟਰੇਟ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਕਿੱਥੇ ਆ ਜੀ? ਭਾਰਤ ਦੇ ਤਾਮਿਲਨਾਡੂ ਅਤੇ ਜਿਹੜਾ ਸ਼੍ਰੀ ਲੰਕਾ ਦੇ ਵਿੱਚ, ਠੀਕ ਹੈ ਜੀ। ਸੋ ਪਾਕ ਸਟਰੇਟ ਕਿੱਥੇ ਆ ਜੀ? ਭਾਰਤ ਅਤੇ ਸ਼੍ਰੀ ਲੰਕਾ, ਤਾਮਿਲਨਾਡੂ, ਠੀਕ ਹੈ ਜੀ। ਗਲਫ ਆਫ ਕਸ਼ ਕਿੱਥੇ ਆ ਜੀ? ਇਹ ਵੈਸਟਰਨ ਗੁਜਰਾਤ ਦੇ ਵਿੱਚ ਹੈ ਜੀ। ਵੈਸਟਰਨ ਗੁਜਰਾਤ ਦੇ ਵਿੱਚ ਕਿੱਥੇ ਆ ਜੀ? ਗਲਫ ਆਫ ਕਸ਼ ਵੈਸਟਰਨ ਗੁਜਰਾਤ ਦੇ ਵਿੱਚ ਹੈ ਜੀ। ਗਲਫ ਆਫ ਕਸ਼ ਵੈਸਟਰਨ ਗੁਜਰਾਤ ਦੇ ਵਿੱਚ। ਸੋ ਕੋਕੋ ਸਟਰੇਟ ਕਿੱਥੇ ਆ ਜੀ? ਕੋਕੋ ਸਟਰੇਟ ਕਿੱਥੇ ਆ ਜੀ? ਕੋਕੋ ਇਜ਼ਲੈਂਡ ਐਂਡ ਨੌਰਥ ਅੰਡੇਮਾਨ ਦੇ ਵਿੱਚ ਹੈ ਜੀ। ਕੋਕੋ ਇਜ਼ਲੈਂਡ ਕਿੱਥੇ ਆ ਜੀ? ਮਾਇਨਮਾਰ ਦੇ ਵਿੱਚ ਐਂਡ ਨੌਰਥ ਅੰਡੇਮਾਨ ਦੇ ਵਿੱਚ। ਸੋ ਕੋਕੋ ਸਟਰੇਟ ਕਿੱਥੇ ਆ ਜੀ? ਕੋਕੋ ਇਜ਼ਲੈਂਡ ਐਂਡ ਨੌਰਥ ਅੰਡੇਮਾਨ ਦੇ ਵਿੱਚ। ਕੋਕੋ ਸਟਰੇਟ ਕਿੱਥੇ ਆ ਜੀ? ਕੋਕੋ ਇਜ਼ਲੈਂਡ ਹੈਗੀ ਜੀ ਮਾਇਨਮਾਰ ਦੇ ਵਿੱਚ ਐਂਡ ਜਿਹੜਾ ਨੌਰਥ ਜਿਹੜਾ ਅੰਡੇਮਾਨ ਦੇ ਵਿੱਚ ਹੈ ਜੀ। ਨੌਰਥ ਅੰਡੇਮਾਨ ਦੇ ਵਿੱਚ ਅਤੇ ਕੋਕੋ ਇਜ਼ਲੈਂਡ, ਠੀਕ ਹੈ ਜੀ। ਇਹ ਕਿੱਥੇ ਆ ਜੀ? ਕੋਕੋ ਜਿਹੜੀ ਸਟਰੇਟ ਹੈ ਜੀ, ਕੋਕੋ ਸਟਰੇਟ ਹੈ ਜੀ ਇਹ, ਕੋਕੋ ਇਜ਼ਲੈਂਡ ਮਾਇਨਮਾਰ ਦੇ ਵਿੱਚ ਹੈ ਅਤੇ ਨੌਰਥਨ ਅੰਡੇਮਾਨ ਦੇ ਵਿੱਚ। ਅੱਗੇ ਹੈਗਾ ਜੀ ਮਾਹਿਮ ਕ੍ਰੈਕ ਕਿੱਥੇ ਹੈ ਜੀ? ਮਾਹਿਮ ਕ੍ਰੈਕ ਕਿੱਥੇ ਹੈ ਜੀ? ਇਹ ਮੁੰਬਈ ਦੇ ਵਿੱਚ ਹੈ ਜੀ। ਇਹ ਸਾਰੇ ਜਿਹੜੇ ਇੰਪੋਰਟੈਂਟ ਜਿਹੜੇ ਪੁਆਇੰਟ ਹੈ ਜੀ, ਠੀਕ ਹੈ, ਅਤੇ ਇਹਨਾਂ ਬਾਰੇ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਇੰਪੋਰਟੈਂਟ ਹੈ ਅਤੇ ਇੱਥੋਂ ਜਿਹੜੇ ਕੁਸਚਨ ਆ ਪੁੱਛ ਲਏ ਜਾਂਦੇ, ਜਿੰਨੇ ਵੀ ਇੰਪੋਰਟੈਂਟ ਆ ਉਹੀ ਲਿਖੇ ਹੋਏ ਨੇ। ਮਾਹਿਮ ਕ੍ਰੈਕ ਕਿੱਥੇ ਹੈ ਜੀ? ਮੁੰਬਈ ਦੇ ਵਿੱਚ ਹੈ। ਗਲਫ ਆਫ ਖੰਬਾਤ ਕਿੱਥੇ ਹੈ ਜੀ? ਗਲਫ ਆਫ ਖੰਬਾਤ ਕਿੱਥੇ ਹੈ ਜੀ? ਈਸਟਰਨ ਗੁਜਰਾਤ, ਨਰਮਦਾ ਅਤੇ ਤਾਪਤੀ ਨਦੀ ਦੇ ਮੁਹਾਂਦਰੇ ਦੇ ਵਿੱਚ ਹੈ ਜੀ। ਗਲਫ ਆਫ ਖਬਾਤ ਕੀਤੀ ਹੈ ਜੀ ਈਸਟਰਨ ਗੁਜਰਾਤ, ਨਰਮਦਾ ਅਤੇ ਤਾਪਦੀ ਦੇ ਮਹਾਂਦਰੇ ਵਿਚਕਾਰ ਹੈ ਜੀ। ਈਸਟਰਨ ਗੁਜਰਾਤ ਕਿੱਥੇ ਹੈ ਜੀ? ਨਰਮਦਾ ਅਤੇ ਤਾਪਦੀ ਦੇ ਜਿਹੜਾ ਮਹਾਂਦਰੇ ਜਿਹੜਾ ਵਿਚਕਾਰ ਹੈ ਉਹ ਹੈ। ਗਲਫ ਆਫ ਖਬਾਤ ਕਿੱਥੇ ਹੈ ਜੀ ਈਸਟਰਨ ਗੁਜਰਾਤ ਦੇ ਵਿੱਚ ਹੈ, ਨਰਮਦਾ ਅਤੇ ਤਾਪਤੀ ਨਦੀ ਦੇ ਜਿਹੜਾ ਮਹਾਂਦਰੇ ਜਿਹੜਾ ਵਿਚਕਾਰ ਹੈ ਉਹ ਹੈਗਾ। ਨਦੀ ਅਤੇ ਤਾਪਤੀ ਦੇ ਮਹਾਂਦਰੇ ਵਿਚਕਾਰ ਉਹ ਹੈਗਾ ਜੀ। ਨੈਕਸਟ ਹੈਗਾ ਜੀ ਡੰਕਨ ਪੈਰਿਸ ਕਿੱਥੇ ਹੈ, ਠੀਕ ਹੈ। ਡੰਕਨ ਪੈਰਿਸ ਕਿੱਥੇ ਹੈ ਜੀ ਇਹ ਸਾਊਥ ਅੰਡੇਮਾਨ ਐਂਡ ਲਿਟਲ ਅੰਡੇਮਾਨ ਦੇ ਵਿੱਚ ਹੈ। ਡੰਕਨ ਪੈਰਿਸ ਕਿੱਥੇ ਹੈ ਜੀ? ਇਹ ਸਾਊਥ ਅੰਡੇਮਾਨ ਅਤੇ ਲਿਟਲ ਅੰਡੇਮਾਨ ਵਿਚਕਾਰ ਹੈ। ਕਿੱਥੇ ਹੈ ਜੀ? ਇਹ ਸਾਊਥ ਅੰਡੇਮਾਨ ਐਂਡ ਲਿਟਲ ਅੰਡੇਮਾਨ ਦੇ ਵਿਚਕਾਰ ਹੈਗਾ ਜੀ। ਇਹ ਸਾਊਥ ਅੰਡੇਮਾਨ ਐਂਡ ਲਿਟਲ ਅੰਡੇਮਾਨ ਜਿਹੜਾ ਵਿਚਕਾਰ ਹੈਗਾ ਜੀ ਇਹ ਡੰਕਨ ਪੈਰਿਸ। ਸੋ ਨੈਕਸਟ ਹੈ ਜੀ ਪਾਣੀ ਨਾਲ ਲੱਗਦੀ ਰੇਖਾ ਕਿਹੜੀ ਹੈ ਜੀ? ਇਹਨੂੰ ਤੱਟਵਰਤੀ ਕਿਹਾ ਜਾਂਦਾ। ਪਾਣੀ ਨਾਲ ਲੱਗਦੀ ਰੇਖਾ ਨੂੰ ਕੀ ਕਿਹਾ ਜਾਂਦਾ ਜੀ?
ਤੱਟਵਰਤੀ ਕਿਹਾ ਜਾਂਦਾ ਅਤੇ ਨਾ ਹੀ ਰਾਜ ਇਹਦੇ ਨਾਲ ਲੱਗਦੇ ਨੇ, ਨਾਈਨ ਸਟੇਟਸ ਲੱਗਦੀਆਂ ਨੇ। ਪਾਣੀ ਨਾਲ ਲੱਗਦੀ ਰੇਖਾ ਕਿਹੜੀ ਹੈ ਜੀ? ਤੱਟਵਰਤੀ ਰੇਖਾ ਜੀ, ਪਾਣੀ ਨਾਲ ਲੱਗਦੀ ਰੇਖਾ ਨਾਈਨ ਰਾਜ ਨੇ, ਠੀਕ ਹੈ। ਪਾਣੀ ਨਾਲ ਲੱਗਦੀ ਰੇਖਾ ਕਿਹੜੀ ਹੈ ਜੀ? ਤੱਟਵਰਤੀ ਹੈ ਜੀ, ਠੀਕ ਹੈ, ਨਾਈਨ ਰਾਜ ਨੇ। ਅਤੇ ਗੁਆਂਢੀ ਦੇਸ਼ਾਂ ਦੀ ਗੱਲ ਕਰੀਏ, ਗੁਆਂਢੀ ਦੇਸ਼ ਕਿੰਨੇ ਨੇ? 17 ਰਾਜ ਹਨ। ਗੁਆਂਢੀ ਦੇਸ਼ਾਂ ਦੀ ਗੱਲ ਕਰੀਏ ਤਾਂ ਗੁਆਂਢੀ ਦੇਸ਼ ਕਿੰਨੇ ਨੇ? ਗੁਆਂਢੀ ਦੇਸ਼ਾਂ 17 ਰਾਜ ਹਨ। ਸੋ ਤੱਟਵਰਤੀ ਨਾਈਨ ਨੇ ਅਤੇ ਗੁਆਂਢੀ ਦੇਸ਼ ਜਿਹੜੇ ਟੱਚ ਕਰਦੇ ਨੇ ਦੂਸਰਿਆਂ ਦੇ ਨਾਲ, ਹੈ ਨਾ, ਦੇਸ਼ਾਂ ਦੇ ਨਾਲ, 17 ਰਾਜ ਨੇ ਭਾਰਤ ਦੇ, ਠੀਕ ਹੈ। ਇਹ ਤਾਂ ਆਪਾਂ ਪਹਿਲਾਂ ਵੀ ਗੱਲ ਕਰ ਲਈ ਕਿ 17 ਰਾਜ ਦੇ ਜਿਹੜੀ ਜਿਹੜੇ ਟੱਚ ਆ ਉਹ ਕਰਦੇ ਨੇ ਗੁਆਂਢੀ ਦੇਸ਼ਾਂ ਦੇ ਨਾਲ। ਸੋ ਨੈਕਸਟ ਹੈ ਜੀ, ਹਿਮਾਲਿਆ ਨਾਲ ਟੱਚ ਕਰਦੇ ਰਾਜ ਕਿੰਨੇ ਆ? ਸੋ ਹਿਮਾਲਿਆ ਨਾਲ ਟੱਚ ਕਰਦੇ ਰਾਜ 11 ਨੇ, 11 ਰਾਜ ਨੇ। ਹਿਮਾਲਿਆ ਨੂੰ ਜਿਹੜਾ ਵਰਨ ਪਰਬਤ ਵੀ ਕਿਹਾ ਜਾਂਦਾ, ਫੋਲਡ ਮਾਊਂਟੇਨ ਜੰਗ ਵੀ ਕਿਹਾ ਜਾਂਦਾ, ਠੀਕ ਹੈ। ਹਿਮਾਲਿਆ ਨਾਲ ਕਿੰਨੇ ਰਾਜ ਟੱਚ ਕਰਦੇ ਨੇ? 11 ਰਾਜ ਜਿਹੜੇ ਉਹ ਹਿਮਾਲਿਆ ਦੇ ਨਾਲ ਟੱਚ ਕਰਦੇ ਨੇ। ਨੈਕਸਟ ਹੈ ਜੀ, ਸਭ ਤੋਂ ਵੱਧ ਵਰਖਾ ਵਾਲਾ, ਵਰਖਾ ਭਾਰਤ ਦੇ ਵਿੱਚ ਸਭ ਤੋਂ ਵਰਖਾ ਵਾਲਾ ਜਿਹੜਾ ਖੇਤਰ ਹੈ ਉਹ ਕਿਹੜਾ ਹੈ? ਅਤੇ ਉਹ ਹੈਗਾ ਸੋ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵਰਖਾ ਵਾਲਾ ਜਿਹੜਾ ਕਿਹੜਾ ਜਿਹੜਾ ਖੇਤਰ ਹੈ ਜੀ, ਉਹ ਹੈਗਾ ਜੀ ਮਾਮੀ ਮਰਾਮ, ਠੀਕ ਹੈ ਜੀ। ਸਭ ਤੋਂ ਵੱਧ ਵਰਖਾ ਵਾਲਾ ਕਿਹੜਾ ਜਿਹੜਾ ਹੈਗਾ ਜੀ, ਉਹ ਹੈਗਾ ਮਾਮੀ ਮਰਾਮ। ਅਤੇ ਦੁਨੀਆ ਦੀ ਸਭ ਤੋਂ ਵੱਧ ਜਿਹੜੀ ਵਰਖਾ ਹੁੰਦੀ ਹੈ ਉਹ ਭਾਰਤ ਦੇ ਮੇਘਾਲਿਆ ਦੇ ਵਿੱਚ ਹੁੰਦੀ ਹੈ। ਦੁਨੀਆ ਦੀ ਸਭ ਤੋਂ ਵੱਧ ਜੇਕਰ ਵਰਖਾ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਹੁੰਦੀ ਹੈ, ਮੇਘਾਲਿਆ ਦੇ ਵਿੱਚ। ਅਤੇ ਸਭ ਤੋਂ ਘੱਟ ਜੇਕਰ ਵਰਖਾ ਦੀ ਗੱਲ ਕਰੀਏ ਤਾਂ ਉਹ ਭਾਰਤ ਦੇ ਲੇਹ ਦੇ ਵਿੱਚ ਹੁੰਦੀ ਹੈ। ਸਭ ਤੋਂ ਘੱਟ ਵਰਖਾ ਕਿੱਥੇ ਹੁੰਦੀ ਹੈ? ਲੇਹ ਦੇ ਵਿੱਚ ਹੁੰਦੀ ਹੈ ਜੀ, ਸਭ ਤੋਂ ਘੱਟ ਵਰਖਾ। ਸਭ ਤੋਂ ਜ਼ਿਆਦਾ ਜਿਹੜੇ ਜੰਗਲ ਵਾਲਾ ਰਾਜ ਕਿਹੜਾ ਜੀ? ਸਭ ਤੋਂ ਜ਼ਿਆਦਾ ਜੰਗਲ ਵਾਲਾ ਰਾਜ ਹੈਗਾ ਜੀ ਮੱਧਿਆ ਪ੍ਰਦੇਸ਼, ਐਮ ਪੀ। ਸਭ ਤੋਂ ਜ਼ਿਆਦਾ ਜੰਗਲ ਵਾਲਾ ਰਾਜ ਕਿਹੜਾ ਜੀ? ਮੱਧਿਆ ਪ੍ਰਦੇਸ਼ ਹੈ, ਐਮ ਪੀ ਹੈ ਜੀ। ਸਭ ਤੋਂ ਜ਼ਿਆਦਾ ਜੰਗਲ ਵਾਲਾ ਰਾਜ ਕਿਹੜਾ ਜੀ? ਮੱਧਿਆ ਪ੍ਰਦੇਸ਼ ਹੈ। ਸਭ ਤੋਂ ਘੱਟ ਜੰਗਲ ਵਾਲਾ ਰਾਜ ਕਿਹੜਾ ਜੀ? ਹਰਿਆਣਾ। ਸਭ ਤੋਂ ਘੱਟ ਜੰਗਲ ਵਾਲਾ ਰਾਜ ਕਿਹੜਾ ਜੀ? ਹਰਿਆਣਾ। ਸਭ ਤੋਂ ਘੱਟ ਜੰਗਲ ਵਾਲਾ ਰਾਜ ਕਿਹੜਾ ਜੀ? ਹਰਿਆਣਾ। ਸਭ ਤੋਂ ਘੱਟ ਜੰਗਲ ਵਾਲਾ ਰਾਜ ਹੈ ਜੀ ਹਰਿਆਣਾ। ਸਭ ਤੋਂ ਜ਼ਿਆਦਾ ਸ਼ਹਿਰੀਕ੍ਰਿਤ ਰਾਜ ਕਿਹੜਾ ਜੀ? ਗੋਆ। ਸਭ ਤੋਂ ਜ਼ਿਆਦਾ ਜਿਹੜਾ ਸ਼ਹਿਰੀਕ੍ਰਿਤ ਰਾਜ ਕਿਹੜਾ ਜੀ? ਉਹ ਗੋਆ ਜੀ। ਸਭ ਤੋਂ ਜ਼ਿਆਦਾ ਜਿਹੜਾ ਸ਼ਹਿਰੀਕ੍ਰਿਤ ਰਾਜ ਦੀ ਗੱਲ ਕਰੀਏ ਤਾਂ ਉਹ ਕਿਹੜਾ ਜੀ? ਗੋਆ ਹੈ। ਅਤੇ ਸਭ ਤੋਂ ਘੱਟ ਸ਼ਹਿਰੀਕ੍ਰਿਤ ਰਾਜ ਕਿਹੜਾ ਜੀ? ਐਚ ਪੀ ਹੈ ਜੀ, ਹਿਮਾਚਲ ਪ੍ਰਦੇਸ਼ ਹੈ ਜੀ। ਸਭ ਤੋਂ ਘੱਟ ਜਿਹੜਾ ਸ਼ਹਿਰੀਕ੍ਰਿਤ ਰਾਜ ਕਿਹੜਾ ਜੀ? ਸਭ ਤੋਂ ਘੱਟ ਸ਼ਹਿਰੀਕ੍ਰਿਤ ਰਾਜ ਐਚ ਪੀ ਹੈ ਜੀ, ਹਿਮਾਚਲ ਪ੍ਰਦੇਸ਼ ਹੈ ਜੀ। ਭਾਰਤ ਦੀ ਜੇਕਰ ਸੈਕਸ ਰੇਸ਼ੋ ਦੀ ਆਪਾਂ ਗੱਲ ਕਰੀਏ ਤਾਂ 943 ਜਿਹੜੀਆਂ ਕੁੜੀਆਂ ਨੇ 1000 ਜਿਹੜਾ ਮੁੰਡਿਆਂ ਦੇ ਪਿੱਛੇ। ਸੈਕਸ ਰੇਸ਼ੋ ਕੀ ਹੈ ਜੀ ਭਾਰਤ ਦੀ? 943/1000। ਸੋ 1000 ਦੇ ਪਿੱਛੇ, 1000 ਦੇ ਪਿੱਛੇ 943 ਕੁੜੀਆਂ ਨੇ। ਸੋ ਰੂਰਲ ਪਾਪੂਲੇਸ਼ਨ ਕਿੰਨੀ ਹੈ ਜੀ ਭਾਰਤ ਦੀ? ਰੂਰਲ ਪਾਪੂਲੇਸ਼ਨ ਹੈਗੀ ਹੈ ਜੀ ਭਾਰਤ ਦੀ 68.8%। ਰੂਰਲ ਪਾਪੂਲੇਸ਼ਨ ਕਿੰਨੀ ਹੈ ਜੀ ਭਾਰਤ ਦੀ? 68.8%। ਅਰਬਨ ਪਾਪੂਲੇਸ਼ਨ ਕਿੰਨੀ ਹੈ ਜੀ ਭਾਰਤ ਦੀ? 37.7%। ਅਰਬਨ ਪਾਪੂਲੇਸ਼ਨ ਕਿੰਨੀ ਹੈ ਜੀ ਭਾਰਤ ਦੀ? ਟੋਟਲ ਲਿਟਰੇਸੀ ਰੇਟ ਕਿੰਨਾ ਜੀ? ਟੋਟਲ ਲਿਟਰੇਸੀ ਰੇਟ ਦੀ ਗੱਲ ਕਰੀਏ ਤਾਂ 74.04% ਹੈ ਜੀ ਲਿਟਰੇਸੀ ਰੇਟ, ਠੀਕ ਹੈ ਜੀ, 74.04%। ਅਤੇ ਮਰਦ ਜਿਹੜੇ ਹੈਗੇ ਨੇ ਲਿਟਰੇਸੀ ਦੇ ਵਿੱਚ ਹੈਗੇ ਨੇ 82.14%, ਠੀਕ ਹੈ। ਅਤੇ ਔਰਤਾਂ ਹੈਗੀਆਂ ਨੇ 65.46% ਲਿਟਰੇਸੀ ਰੇਟ, ਠੀਕ ਹੈ। ਜਿਹਨੂੰ ਸਿਗਨੇਚਰ ਆਉਂਦੇ ਨੇ ਕਰਨੇ, ਉਹਨੂੰ ਜਿਹੜਾ ਪੜ੍ਹਿਆ ਮੰਨਿਆ ਜਾਂਦਾ ਕਿ ਉਹ ਇਨਸਾਨ ਪੜ੍ਹਿਆ ਵਾ।
ਟੋਟਲ ਲਿਟਰੇਸੀ ਰੇਟ ਕਿੰਨਾ ਜੀ 74.04% ਹੈ, ਜਿਹਦੇ ਵਿੱਚ ਜਿਹੜੇ ਮੇਲ ਨੇ ਉਹ ਹੈਗੇ ਨੇ 82.14% ਅਤੇ ਔਰਤਾਂ ਹੈਗੀਆਂ ਜੀ 65.46%। ਨੈਕਸਟ ਹੈ ਜੀ ਐਸਸੀ ਪਾਪੂਲੇਸ਼ਨ ਕਿੰਨੀ ਹੈ ਜੀ ਭਾਰਤ ਦੀ, ਭਾਰਤ ਦੀ ਐਸਸੀ ਪਾਪੂਲੇਸ਼ਨ ਹੈਗੀ ਹੈ ਜੀ 16.6%। ਠੀਕ ਹੈ ਜੀ ਐਸਸੀ ਪਾਪੂਲੇਸ਼ਨ ਕਿੰਨੀ ਹੈ ਜੀ ਭਾਰਤ ਦੀ 16.6%। ਅਤੇ ਐਸਟੀ, ਐਸਸੀ ਮਤਲਬ ਸ਼ਡਿਊਲ ਕਾਸਟ ਅਨੁਸੂਚਿਤ ਜਾਤੀਆਂ, ਐਸਟੀ ਮਤਲਬ ਹੋ ਗਿਆ ਅਨੁਸੂਚਿਤ ਜਨਜਾਤੀਆਂ। ਠੀਕ ਹੈ ਐਸਟੀ ਪਾਪੂਲੇਸ਼ਨ ਕਿੰਨੀ ਹੈ ਜੀ ਭਾਰਤ ਦੀ 8.6% ਹੈ ਜੀ। ਟੋਟਲ ਰਾਜ ਕਿੰਨੇ ਹੈ ਜੀ ਭਾਰਤ ਦੇ ਵਿੱਚ, ਤਾਂ ਟੋਟਲ ਜਿਹੜੇ ਰਾਜ ਹੈ ਉਹ 28 ਹੈ ਜੀ। ਠੀਕ ਹੈ ਜੀ, ਅਤੇ ਯੂਟੀ ਕਿੰਨੀਆਂ ਨੇ 8 ਨੇ, 2 ਨਵੀਆਂ ਬਣੀਆਂ ਨੇ ਜੰਮੂ ਕਸ਼ਮੀਰ ਅਤੇ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ, ਇੱਕ ਪੁਰਾਣੇ ਯੂਟੀ ਨੂੰ ਜਿਹੜਾ ਕੰਬਾਈਨ ਵੀ ਕੀਤਾ ਗਿਆ ਜਿਹਦੇ ਵਿੱਚ ਦਮਨ ਦਿਊ ਅਤੇ ਦਾਦਰ ਨਗਰ ਹਵੇਲੀ ਹੈ, ਇੱਕ ਪੁਰਾਣਾ ਯੂਟੀ ਸੀਗਾ ਜੀ ਉਹਨੂੰ ਕੰਬਾਈਨ ਕਰ ਦਿੱਤਾ ਜੀ। ਸੋ ਦਮਨ ਦਿਊ ਅਤੇ ਦਾਦਰ ਨਗਰ ਹਵੇਲੀ ਨੂੰ ਜਿਹੜਾ ਕੰਬਾਈਨ ਹੈ ਉਹ ਕਰ ਦਿੱਤਾ ਗਿਆ ਅਤੇ 2 ਨਵੇਂ ਜਿਹੜੇ ਆ ਯੂਟੀ ਆ ਉਹ ਬਣੀਆਂ ਨੇ। ਠੀਕ ਹੈ, ਜੰਮੂ ਕਸ਼ਮੀਰ ਅਤੇ ਲੱਦਾਖ, ਜੰਮੂ ਅਤੇ ਕਸ਼ਮੀਰ ਲੱਦਾਖ। ਠੀਕ ਹੈ ਜੀ, ਅਤੇ ਇੱਕ ਯੂਟੀ ਨੂੰ ਜਿਹੜਾ ਕੰਬਾਈਨ ਕੀਤਾ ਜੀ ਇਹਨਾਂ ਨੇ ਦਮਨ ਦਿਊ ਅਤੇ ਨਗਰ ਹਵੇਲੀ। ਨੈਕਸਟ ਹੈ ਜੀ ਟੋਟਲ ਜਿਹੜਾ ਮਾਊਂਟੇਨ ਏਰੀਆ ਕਿੰਨਾ ਜੀ ਭਾਰਤ ਦਾ, ਟੋਟਲ ਭਾਰਤ ਦਾ ਟੋਟਲ ਜਿਹੜਾ ਮਾਊਂਟੇਨ ਏਰੀਆ ਕਿੰਨਾ ਜੀ ਭਾਰਤ, ਭਾਰਤ ਦਾ ਟੋਟਲ ਜਿਹੜਾ ਮਾਊਂਟੇਨ ਏਰੀਆ ਕਿੰਨਾ ਜੀ 10.7% ਹੈ ਜੀ। ਟੋਟਲ ਮਾਊਂਟੇਨ ਏਰੀਆ ਕਿੰਨਾ ਜੀ ਭਾਰਤ ਦਾ, ਟੋਟਲ ਮਾਊਂਟੇਨ ਏਰੀਆ ਕਿੰਨਾ ਜੀ ਭਾਰਤ ਦਾ, ਅਤੇ 10.7% ਹੈ ਜੀ। ਅਤੇ ਟੋਟਲ ਹਿੱਲ ਏਰੀਆ ਕਿੰਨਾ ਜੀ 18.6% ਹੈ ਜੀ। ਟੋਟਲ ਜਿਹੜਾ ਹਿੱਲ ਏਰੀਆ, ਟੋਟਲ ਮਾਊਂਟੇਨ ਏਰੀਆ ਕਿੰਨਾ ਜੀ ਭਾਰਤ ਦਾ 10.7% ਹੈ ਜੀ। ਟੋਟਲ ਮਾਊਂਟੇਨ ਏਰੀਆ ਕਿੰਨਾ ਜੀ ਭਾਰਤ ਦਾ 10.7% ਹੈ, ਅਤੇ ਟੋਟਲ ਹਿੱਲ ਏਰੀਆ ਕਿੰਨਾ ਜੀ 18.6% ਹੈ। ਪਠਾਰ ਏਰੀਆ ਕਿੰਨਾ ਜੀ 27.7% ਹੈ ਜੀ। ਪਠਾਰ ਪਲੇਟਿਊ ਏਰੀਆ ਕਿੰਨਾ ਜੀ, ਪਠਾਰ ਪਲੇਟਿਊ ਏਰੀਆ ਕਿੰਨਾ ਜੀ 27.7% ਹੈ ਜੀ। ਪਠਾਰ ਏਰੀਆ ਭਾਰਤ ਦੀ ਆਪਾਂ ਗੱਲ ਕਰ ਰਹੇ ਹਾਂ, ਹਿੱਲ ਏਰੀਆ ਜੀ 18.6%, ਮਾਊਂਟੇਨ ਏਰੀਆ ਜੀ 10.7%, ਪਠਾਰ ਏਰੀਆ ਜੀ 27.7%, ਮੈਦਾਨ ਇਲਾਕੇ ਕਿੰਨੇ ਆ ਜੀ 43% ਹੈ। ਨੈਕਸਟ ਆ ਜੀ, ਨੈਕਸਟ ਕੁਝ ਜਿਹੜੇ ਆ ਬਹੁਤ ਹੀ ਸੌਖੇ ਸੌਖੇ ਜੇ ਜਿਹੜੇ ਪੁਆਇੰਟ ਹੈ ਜੀ। ਨੈਸ਼ਨਲ ਐਨੀਮਲਸ ਕਿਹੜਾ ਜੀ ਭਾਰਤ ਦਾ, ਟਾਈਗਰ ਹੈ ਜੀ। ਨੈਸ਼ਨਲ ਹੈਰੀਟੇਜ ਐਨੀਮਲਸ ਕਿਹੜਾ ਜੀ, ਐਲੀਫੈਂਟ ਹੈ। ਨੈਸ਼ਨਲ ਹੈਰੀਟੇਜ ਐਨੀਮਲਸ ਹੈਗਾ ਜੀ ਐਲੀਫੈਂਟ ਹੈ। ਨੈਸ਼ਨਲ ਐਨੀਮਲਸ ਦੀ ਗੱਲ ਕਰੀਏ ਤਾਂ ਟਾਈਗਰ ਹੈ। ਨੈਸ਼ਨਲ ਬਰਡ ਕਿਹੜਾ ਜੀ, ਪੀਕੌਕ ਹੈ। ਨੈਸ਼ਨਲ ਫਲਾਵਰ ਕਿਹੜਾ ਜੀ, ਲੋਟਸ ਹੈ। ਨੈਸ਼ਨਲ ਐਮਬਲਮ ਕਿਹੜਾ ਜੀ, ਲਾਈਨ ਕੈਪੀਟਲ ਆਫ ਅਸ਼ੋਕਾ ਹੈ ਜੀ। ਨੈਸ਼ਨਲ ਐਮਬਲਮ ਕਿਹੜਾ ਜੀ, ਲਾਈਨ ਕੈਪੀਟਲ ਆਫ ਅਸ਼ੋਕਾ ਹੈ ਜੀ। ਲਾਈਨ ਕੈਪੀਟਲ ਆਫ ਅਸ਼ੋਕਾ ਜੀ ਨੈਸ਼ਨਲ ਐਮਬਲਮ। ਨੈਸ਼ਨਲ ਐਮਬਲਮ ਕਿਹੜਾ ਜੀ, ਨੈਸ਼ਨਲ ਐਮਬਲਮ ਕਿਹੜਾ ਜੀ, ਲਾਈਨ ਕੈਪੀਟਲ ਆਫ ਅਸ਼ੋਕਾ ਜੀ। ਨੈਸ਼ਨਲ ਐਂਥਮ ਕਿਹੜਾ ਜੀ, ਨੈਸ਼ਨਲ ਐਂਥਮ ਕਿਹੜਾ ਜੀ, ਜਨ ਗਣ ਮਨ। ਨੈਸ਼ਨਲ ਐਂਥਮ ਕਿਹੜਾ ਜੀ, ਆਪਣਾ ਜਨ ਗਣ ਮਨ ਨੈਸ਼ਨਲ ਐਂਥਮ ਹੈ ਜੀ। ਰਾਸ਼ਟਰੀ ਗੀਤ ਕਿਹੜਾ ਜੀ, ਬੰਦੇ ਮਾਤਰਮ। ਰਾਸ਼ਟਰੀ ਗੀਤ ਕਿਹੜਾ ਜੀ, ਬੰਦੇ ਮਾਤਰਮ, ਜਿਹੜਾ ਕਿ ਲਿਖਿਆ ਗਿਆ ਜੀ ਬਕਿਮ ਚੰਦਰ ਚੈਟਰਜੀ ਦੇ ਦੁਆਰਾ। ਸੋ ਨੈਕਸਟ ਹੈਗਾ ਜੀ, ਰਾਸ਼ਟਰੀ ਗੀਤ ਕਿਹੜਾ ਜੀ, ਆਪਣਾ ਬੰਦੇ ਮਾਤਰਮ ਹੈ, ਬਕਿਮ ਚੰਦਰ ਚੈਟਰਜੀ ਦੁਆਰਾ ਲਿਖਿਆ ਗਿਆ ਜੀ। ਅਤੇ ਰਾਸ਼ਟਰੀ ਜਿਹੜਾ ਫਲੈਗ ਕਿਹੜਾ ਜੀ, ਉਹ ਆਪਣਾ ਤਿਰੰਗਾ ਜੀ। ਨੈਸ਼ਨਲ ਫਲੈਗ ਕਿਹੜਾ ਜੀ, ਤਿਰੰਗਾ। ਅਤੇ ਨੈਸ਼ਨਲ ਰਿਵਰ ਕਿਹੜੀ ਹੈ ਜੀ, ਇੰਡੀਆ ਦੀ ਗੰਗਾ। ਗੰਗਾ ਨੈਸ਼ਨਲ ਰਿਵਰ ਹੈ ਜੀ ਇੰਡੀਆ ਦੀ। ਸੋ ਇਹ ਸੀਗਾ ਜੀ ਆਪਣੇ ਜਿਹੜੇ ਆ
ਪੁਆਇੰਟ ਜਿਹੜੇ ਇੰਪੋਰਟੈਂਟ ਇੰਡੀਅਨ ਜੀਓਗ੍ਰਾਫੀ ਦੇ ਨਾਲ ਸੰਬੰਧਿਤ, ਭਾਰਤੀ ਭੂਗੋਲ ਦੇ ਨਾਲ ਸੰਬੰਧਿਤ, ਅਤੇ ਕੁਝ ਜਿਹੜੇ ਇੰਪੋਰਟੈਂਟ ਜਿਹੜੇ ਫੈਕਟ ਸੀ, ਕੁਝ ਪੁਆਇੰਟ ਸੀਗੇ ਜਿਹਦੇ ਤੋਂ ਜਿਹੜੇ ਕੁਐਸਚਨ ਨੇ ਉਹ ਪੁੱਛੇ ਜਾ ਸਕਦੇ ਨੇ, ਹੈ ਨਾ। ਤਾਂ ਉਹ ਸਾਰੇ ਦੇ ਸਾਰੇ ਜਿਹੜੇ ਆਪਾਂ ਜਿਹੜੇ ਇਹਦੇ ਵਿੱਚ ਜਿਹੜੇ ਕਵਰ ਹੈ ਜੀ ਉਹ ਕੀਤੇ ਨੇ। ਸੋ ਬਾਕੀ ਹੋਰ ਜੇਕਰ ਕੋਈ ਪੁਆਇੰਟਸ ਹੋਣਗੇ ਤਾਂ ਉਹਨਾਂ ਨੂੰ ਅਗਲੀਆਂ ਵੀਡੀਓਜ਼ ਦੇ ਵਿੱਚ ਆਪਾਂ ਜਿਹੜੀਆਂ ਕਵਰ ਹੈ ਉਹ ਕਰਾਂਗੇ। ਅਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰ ਦੇਣਾ, ਅਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੀ ਆਪਣੇ ਫਰੈਂਡਸ ਦੇ ਨਾਲ ਵਟਸਐਪ ਗਰੁੱਪ ਦੇ ਵਿੱਚ। ਅਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਨਾਲ ਦੀ ਨਾਲ ਜਿਹੜਾ ਬੈੱਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ, ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓ ਜਿਹੜੀਆਂ ਅਪਲੋਡ ਕਰਾਂ ਤਾਂ ਉਹਨਾਂ ਦੇ ਜਿਹੜੇ ਨੋਟੀਫਿਕੇਸ਼ਨ ਹੈ ਜੀ ਉਹ ਤੁਹਾਡੇ ਤੱਕ ਜਿਹੜੇ ਪਹੁੰਚ ਉਹ ਸਕਣ। ਇਹ ਸ਼ੇਅਰ ਜ਼ਰੂਰ ਕਰੋ ਜੀ। ਥੈਂਕਸ ਫੋਰ ਵਾਚਿੰਗ।